सबसे नीच है ये मूल निवासी शूद्र। इस कुएं से हम पानी नहीं ले सकते। अरे आर्यन, पिशाच बनकर तुम हमारा कुएं चूसते हो। अपने पुरखों की दर्दनाक मौत और हार का जश्न मनाने वालों, होश में आओ। साईं मियां मीर, भाई गनी खान, नबी खान, मलेरकोटला के नवाब शेर मोहम्मद खान आदि गुरु साहब के साथ डट के खड़े हैं। तुम अपनी पगड़ियां उतार कर यहाँ फेंक दो। नहीं नहीं, हम अपनी पगड़ी नहीं उतारेंगे। ये हमारी इज्जत और शान है। मूर्ख, गुलाम की शान सर पे पगड़ी देखने से नहीं, मालिक के जूते चाटने से होती है। गुरुदेव, ये सिंधु घाटी है। ये घाटी तो सोने की चिड़िया है। चलो इसे लूटते हैं। मूल निवासियों को उनके छीने गए हक वापस दिलाने के लिए महामानव गौतम बुद्ध का जन्म हुआ। मेरे भाई, तुम्हें शून्य से मुझे कुछ नहीं हुआ। अरे हम शूद्र नहीं रहे। भगवान डर जादू टोना टोटका के चक्रों में ऐसा उलझाएंगे, ये सदा के लिए हमारे गुलाम तो होंगे ही, इनकी आने वाली पीढ़ियां भी इसी अंधविश्वास में उलझी रहेंगी। अनेक दिन के संग साथ वटिया स्यो क्यारीस, नीचा अंदर नीच। ਸਾਡਾ ਟੀ ਵੀ ਯੂ ਐੱਸ ਏ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਨਿੱਘਾ ਸਵਾਗਤ। ਨਿੱਘੀ ਜੀ ਆਇਆਂ ਆਖਦੇ ਹਾਂ ਜੀ। ਹਮੇਸ਼ਾ ਦੀ ਤਰ੍ਹਾਂ ਹੀ ਨਿਊਜ਼ ਰੂਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਜਿਹਦੇ ਵਿੱਚ ਅਸੀਂ ਡਿਸਕਸ਼ਨ ਕਰਦੇ ਹਾਂ, ਵਿਚਾਰ ਕਰਦੇ ਹਾਂ ਚਲੰਤ ਮੁੱਦਿਆਂ ਦੇ ਉੱਤੇ। ਔਰ ਪਿਛਲੇ ਦਿਨਾਂ ਤੋਂ ਜੋ ਸਾਡਾ ਚੱਲ ਰਿਹਾ ਪ੍ਰੋਗਰਾਮ, ਆਉਣ ਵਾਲੀ ਜਿਹੜੀ ਫਿਲਮ ਅਸੀਂ ਕੱਲ੍ਹ ਉਹ ਰਿਲੀਜ਼ ਕਰਨ ਜਾ ਰਹੇ ਹਾਂ ਸਿਮਰਨ ਪ੍ਰੋਡਕਸ਼ਨ ਦੇ ਪਲੇਟਫਾਰਮ ਦੇ ਉੱਤੇ, ਡਿਜੀਟਲ ਮੀਡੀਆ ਦੇ ਉੱਤੇ। ਔਰ ਉਸ ਫਿਲਮ ਦੇ ਨਾਲ ਜਿਹੜੀ ਚਰਚਾ ਕਰਦੇ ਹਾਂ ਉਹਦੇ ਨਾਲ ਸੰਬੰਧਿਤ ਵਿਸ਼ੇ ਦੇ ਉੱਤੇ, ਸ਼ੂਦਰ ਟੂ ਖਾਲਸਾ, ਸ਼ੂਦਰਾਂ ਦੇ ਬਾਰੇ ਦੇ ਵਿੱਚ, ਉਹਨਾਂ ਦੇ ਇਤਿਹਾਸ ਦੇ ਬਾਰੇ ਵਿੱਚ, ਮੂਲ ਨਿਵਾਸੀਆਂ ਦੇ ਬਾਰੇ ਦੇ ਵਿੱਚ, ਆਰੀਅਨ ਦੇ ਬਾਰੇ ਵਿੱਚ, ਜੋ ਕਿ ਉਸ ਫਿਲਮ ਦੇ ਵਿੱਚ ਵਿਸ਼ਾ ਦਿਖਾਇਆ ਗਿਆ, ਉਹਦੇ ਹਰ ਇੱਕ ਪਹਿਲੂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਤੋਂ। ਔਰ ਕੱਲ੍ਹ ਵੀ ਅਸੀਂ ਦਿਲਬਾਗ ਸਿੰਘ ਜੀ, ਜਿਹੜੇ ਕਿ ਇਸ ਫਿਲਮ ਦੇ ਲੇਖਕ ਨੇ, ਰਾਈਟਰ ਨੇ ਔਰ ਪ੍ਰੋਡਿਊਸਰ ਵੀ ਨੇ, ਉਹਨਾਂ ਨੇ ਨਾ ਕੱਲ੍ਹ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਸੀ ਔਰ ਉਸੇ ਹੀ ਲੜੀ ਨੂੰ ਅਸੀਂ ਅੱਜ ਅੱਗੇ ਤੋਰਨਾ, ਕਿਉਂਕਿ ਕੱਲ੍ਹ ਅਸੀਂ ਗੱਲ ਛੱਡੀ ਸੀ ਕਿ ਸ਼ੂਦਰ ਟੂ ਖਾਲਸਾ ਤਾਂ ਬਣ ਗਿਆ, ਪਰ ਅੱਜ ਜਿਹੜੇ ਖਾਲਸੇ ਵੀ ਨੇ, ਅਸੀਂ ਦਿੱਖ ਦੇ ਤੌਰ ਦੇ ਉੱਤੇ, ਬਾਹਰੀ ਤੌਰ ਦੇ ਉੱਤੇ ਅਸੀਂ ਖਾਲਸੇ ਦਿਖਦੇ ਹਾਂ, ਪਰ ਜਿਹੜੇ ਕੰਮ ਸਾਡੇ ਉਹ ਅੱਜ ਵੀ ਬ੍ਰਾਹਮਣਵਾਦ ਵਾਲੇ ਨੇ। ਜੋ ਕੁਛ ਬ੍ਰਾਹਮਣ ਸਾਨੂੰ ਕਹਿੰਦਾ ਆ, ਉਹ ਇਕੱਲੇ ਖਾਲਸੇ ਦੀ ਗੱਲ ਨਹੀਂ ਹੈ ਜਾਂ ਇਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਹੈ, ਅਸਲ ਵਿੱਚ ਅਸੀਂ ਬ੍ਰਾਹਮਣਵਾਦ ਦੀ ਜਕੜ ਦੇ ਵਿੱਚ ਇੱਥੋਂ ਤੱਕ ਜਕੜੇ ਗਏ ਹਾਂ ਕਿ ਭਾਵੇਂ ਧਰਮ ਕੋਈ ਵੀ ਹੋਵੇ, ਸਾਡੀਆਂ ਜਿਹੜੀਆਂ ਕਾਰਵਾਈਆਂ ਨੇ, ਸਾਡੀਆਂ ਜਿਹੜੀਆਂ ਰੀਤਾਂ ਨਿਭਾਉਣ ਦੀਆਂ, ਰਸਮਾਂ ਨਿਭਾਉਣ ਦੀਆਂ ਤਰੀਕਾ ਹੈ, ਉਹ ਬਿਲਕੁਲ ਬ੍ਰਾਹਮਣਵਾਦ ਵਾਂਗੂ ਹੈ। ਸੋ ਇਸੇ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਵਾਸਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜੇ ਨੇ ਸੁਰਿੰਦਰ ਕੰਵਲ ਜੀ, ਜਿਹੜੇ ਵਿਚਾਰ ਕਰਦੇ ਨੇ, ਔਰ ਸਰਦਾਰ ਦਿਲਬਾਗ ਸਿੰਘ ਜੀ, ਜਿਹੜੇ ਇਸ ਫਿਲਮ ਦੇ ਰਾਈਟਰ ਪ੍ਰੋਡਿਊਸਰ ਨੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਦੋਨਾਂ ਹੀ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸੁਰਿੰਦਰ ਕੰਵਲ ਜੀ, ਜਿੱਦਾਂ ਅਸੀਂ, ਮੈਂ ਦੱਸਿਆ ਸ਼ੁਰੂ 'ਚ ਕਿ ਗੱਲ ਕੀਤੀ ਸੀ ਕਿ ਕੱਲ੍ਹ ਅਸੀਂ ਜਿੱਥੇ ਗੱਲ ਛੱਡੀ ਸੀ ਕਿ ਸ਼ੂਦਰ ਟੂ ਖਾਲਸਾ ਤੇ ਬਣ ਗਏ, ਬੇਸ਼ੱਕ ਅਸੀਂ ਫਿਲਮ ਦੇ ਨਾਲ ਸੰਬੰਧਿਤ ਗੱਲ ਸੀ, ਪਰ ਉਹ ਇਤਿਹਾਸਕ ਸੱਚਾਈਆਂ ਜਿਹੜੀਆਂ ਕੱਲ੍ਹ ਦਿਲਬਾਗ ਸਿੰਘ ਜੀ ਹੁਣਾਂ ਨੇ ਸਾਨੂੰ, ਸਾਡੇ ਦਰਸ਼ਕਾਂ ਨੂੰ ਦੱਸੀਆਂ, ਅੱਜ ਅਸੀਂ ਚਾਹੁੰਦੇ ਹਾਂ ਕਿ ਉਸੇ ਲੜੀ ਨੂੰ ਅੱਗੇ ਤੋਰਨਾ, ਕਿਉਂਕਿ ਬ੍ਰਾਹਮਣਵਾਦ ਦੀ ਜਕੜ ਦੇ ਵਿੱਚ ਵੇਖਣ ਵਿੱਚ ਆਉਂਦਾ ਕਿ ਪੂਰੇ ਸਮਾਜ ਦੇ ਵਿੱਚ ਜਿਹੜੀ ਬ੍ਰਾਹਮਣਵਾਦ ਦੀ ਜਕੜ ਆ ਜਾਂ ਮਨੂਵਾਦ ਦੀ ਜਕੜ ਆ, ਉਹ ਹਰ ਧਰਮ ਦੇ ਉੱਤੇ ਪੀੜੀ ਹੋਈ ਜਾ ਰਹੀ ਹੈ ਔਰ ਪੀੜੀ ਹੈ, ਜਿੱਥੋਂ ਛੁੱਟਣ ਦੇ ਸਾਡੇ ਕੋਲ ਕੋਈ ਬਹੁਤ ਵੱਡੇ ਉਪਰਾਲੇ ਨਹੀਂ ਹੋ ਰਹੇ। ਸੋ
ਤੁਸੀਂ ਸਵਾਲ ਸਰਦਾਰ ਦਿਲਬਾਗ ਸਿੰਘ ਜੀ ਉਹਨਾਂ ਨੂੰ ਜ਼ਰੂਰ ਕਰੋ, ਕੱਲ੍ਹ ਵਾਲੀ ਲੜੀ ਨੂੰ ਅਸੀਂ ਅੱਜ ਫਿਰ ਅੱਗੇ ਤੋਰਦੇ ਹਾਂ ਜੀ। ਜੀ ਸ਼ੁਕਰੀਆ ਸਿਮਰਨ ਜੀ, ਔਰ ਬਹੁਤ ਬਹੁਤ ਸਵਾਗਤ ਤੁਹਾਡਾ ਦਿਲਬਾਗ ਜੀ। ਤੁਸੀਂ ਕੱਲ੍ਹ ਸਾਨੂੰ ਬੜੀ ਵਡਮੁੱਲੀ ਜਾਣਕਾਰੀ ਦਿੱਤੀ ਇਸ ਸਾਰੇ ਸਿਸਟਮ ਦੀ, ਉਹ ਸਿਸਟਮ ਜਿਹੜਾ ਸਦੀਆਂ ਤੋਂ ਸਾਡੇ ਨਾਲ ਜਿਹੜਾ ਸੀਗਾ, ਜਿਹਨੇ ਸਾਨੂੰ ਇੱਕ ਸਕਰੂ ਦੀ ਤਰ੍ਹਾਂ ਪੇਚੀਦਗੀ ਦੇ ਵਿੱਚ ਲਪੇਟ ਕੇ ਸਾਨੂੰ ਇੰਨਾ ਜ਼ਿਆਦਾ ਬੁਰੇ ਤਰੀਕੇ ਦੀ ਵਿਵਸਥਾ ਦੇ ਵਿੱਚ ਸੁੱਟ ਦਿੱਤਾ ਜਾ ਕੇ ਕਿ ਭਾਰਤ ਜਿਹੜਾ ਵਾ ਉਹ ਸਦੀਆਂ ਤੋਂ ਗੁਲਾਮੀ ਦੀ ਰਵਾਇਤ ਉਹਦੇ ਅੰਦਰ ਇਸ ਤਰ੍ਹਾਂ ਦੀ ਬੈਠ ਗਈ ਕਿ ਉਹ ਟੁੱਟਣ ਦਾ ਹਜੇ ਤੱਕ ਨਾਂ ਹੀ ਨਹੀਂ ਲੈ ਰਹੀ। ਮੈਂ ਗੱਲ ਕਰਨਾ ਚਾਹੁੰਦੀ ਹਾਂ ਅੱਜ ਦੇ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਕਿ ਮਨੂ ਸਮ੍ਰਿਤੀ, ਬ੍ਰਾਹਮਣਵਾਦ, ਜਾਂ ਇਹ ਕਹਿ ਲਈਏ ਕਿ ਕੁਛ ਉਹ ਜਿਹੜੇ ਲੋਕ ਜਿਹੜੇ ਕਿ ਮਤਲਬ ਗਿਣਤੀ ਦੇ ਵਿੱਚ ਤਾਂ ਬਹੁਤ ਥੋੜੇ ਸੀਗੇ, ਲੇਕਿਨ ਉਹਨਾਂ ਨੇ ਇਸ ਸਾਰੇ ਸਿਸਟਮ ਨੂੰ ਜਿਹੜਾ ਸੀਗਾ ਉਹ ਇਸ ਬੁਰੇ ਤਰੀਕੇ ਦੇ ਨਾਲ ਚੌਪਟ ਕਰ ਦਿੱਤਾ। ਸਵਾਲ ਇਹ ਕਿ ਉੱਠਦਾ ਵਾ ਕਿ ਭਾਰਤੀਆਂ ਦੇ ਕੋਲ ਕੋਈ ਵੀ ਰਾਜਨੀਤਿਕ ਸਿਸਟਮ ਨਾ ਸੀਗਾ? ਦੇਖੋ, ਜੋ ਘੱਟ ਗਿਣਤੀ ਜਿਹੜੇ ਲੋਕ ਕਨਾਨ ਕੰਟਰੀ ਤੋਂ ਆਏ, ਜਿਹਨੂੰ ਅੱਜ ਇਜ਼ਰਾਈਲ ਕਹਿੰਦੇ ਨੇ, ਇਹਨਾਂ ਨੂੰ ਉੱਥੋਂ, ਮੈਂ ਕੱਲ ਵੀ ਦੱਸਿਆ ਸੀ, ਇਹਨਾਂ ਨੂੰ ਮਾਰਨ ਦਾ ਹੁਕਮ ਸੀ ਕਿ ਸਾਰਿਆਂ ਨੂੰ ਮਾਰ ਦਿਓ, ਬੁੱਤ ਪੂਜਕਾਂ ਨੂੰ ਮਾਰ ਦਿਓ, ਕਿ ਪੱਥਰਾਂ ਨੂੰ ਜਦ ਤੁਸੀਂ ਪੂਜਣ ਲੱਗ ਪੈਂਦੇ ਆ ਤਾਂ ਤੁਸੀਂ ਦਿਮਾਗ ਤੁਹਾਡੇ ਡੈਡ ਹੋ ਜਾਂਦੇ, ਤੁਸੀਂ ਗੁਲਾਮ ਹੋ ਜਾਂਦੇ। ਪਰ ਇਹ ਉੱਥੋਂ ਦੌੜ ਕੇ ਹੌਲੀ ਹੌਲੀ ਯੂਰੇਸ਼ੀਆ ਕੁਰੇਸ਼ੀਆ ਵਿੱਚ ਹੀ ਇਹ ਭਾਰਤ ਵਿੱਚ ਪਹੁੰਚ ਗਏ, ਤੇ ਭਾਰਤ ਵਿੱਚ ਆ ਕੇ ਇਹਨਾਂ ਨੇ ਲੋਕਾਂ ਨੂੰ ਪਿਆਰ ਦੇ ਨਾਲ ਗੁਲਾਮ ਬਣਾਇਆ, ਹੌਲੀ ਹੌਲੀ ਰੀਤ ਰਿਵਾਜਾਂ ਕਰਕੇ ਹੌਲੀ 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 ਸਿਸਟਮ ਚਲਾਇਆ, ਵਰਨ ਵਿਵਸਥਾ ਚਲਾਈ। ਉਸ ਸਮੇਂ ਕੀ ਭਾਰਤ ਦੇ ਕੋਲ ਆਪਣਾ ਕੋਈ ਸਿਸਟਮ ਨਾ ਸੀਗਾ? ਬਹੁਤ ਤਕੜਾ ਸਿਸਟਮ ਸੀ ਭਾਰਤ ਦੇ ਜਿਹੜੇ ਲੋਕ ਰਹਿੰਦੇ ਸੀ। ਦੇਖੋ, ਜਿਹੜਾ ਇਹਨੂੰ ਜੰਬੂ ਦੀਪ ਕਹਿੰਦੇ ਸੀ ਪਹਿਲਾਂ ਇਸ ਏਰੀਏ ਨੂੰ, ਇਹਨਾਂ ਆਲੇ ਦੁਆਲੇ ਜਿਹੜੇ ਕੰਟਰੀ ਨਾ ਸਾਰੇ ਵਿੱਚ ਪਾ ਕੇ ਇਹਨੂੰ ਜੰਬੂ ਦੀਪ ਕਹਿੰਦੇ ਸੀ। ਸਾਡੀ ਬਹੁਤ ਹੀ ਵਧੀਆ ਸਿਸਟਮ ਸੀ ਇਹ, ਇਹਨਾਂ ਨੇ ਇੱਦਾਂ ਆ ਕੇ ਅਟੈਕ ਨਹੀਂ ਕੀਤਾ ਵੀ ਸਾਡੇ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ, ਇੱਦਾਂ ਨਹੀਂ ਕੀਤਾ। ਇਹਨੇ ਘੁਸਪੈਠ ਕਰਕੇ ਬੰਦੇ ਮਾਰੇ, ਜਿੱਦਾਂ ਅੱਜ ਮਾਰਦੇ ਆ, ਜਿੱਦਾਂ ਸਿੱਖਾਂ ਵਿੱਚ ਨਹੀਂ ਸਿੱਖ ਬਣ ਕੇ ਜਾਣਾ, ਇਹਨੇ ਸਿੱਖ ਬਣ ਕੇ ਇਹ ਉਸ ਸਿਸਟਮ ਦਾ ਨਾਸ਼ ਕਰਨਾ, ਇਹਨੇ ਮੁਸਲਮਾਨਾਂ ਵਿੱਚ ਮੁਸਲਮਾਨ ਬਣ ਕੇ ਜਾਣਾ, ਈਸਾਈਆਂ 'ਚ ਈਸਾਈ, ਬੋਧੀਆਂ 'ਚ ਬੋਧੀ, ਇੱਦਾਂ ਇਹ ਸਾਡੇ ਸਿਸਟਮ ਵਿੱਚ ਆ ਗਏ, ਬੰਦੇ ਹੀ ਆਏ ਸੀ ਸਾਰੇ। ਇਹਨੇ ਹੌਲੀ 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 ਗੁਲਾਮ ਕਰ ਲਿਆ, ਤੇ ਇਹਨੇ ਵਰਨ ਵਿਵਸਥਾ ਚਲਾ ਤੀ ਲੋਕਾਂ ਨੂੰ ਅਨਪੜ੍ਹ, ਪਹਿਲਾਂ ਤਾਂ ਉਹਨਾਂ ਦੀ ਐਜੂਕੇਸ਼ਨ ਤੇ ਕਬਜ਼ਾ ਕੀਤਾ, ਅਨਐਜੂਕੇਟਡ ਕਰਤਾ ਉਹਨਾਂ ਨੂੰ। ਜਿੱਦਾਂ ਹੁਣ ਆਪਾਂ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਆ ਕੇ, ਇਹਨਾਂ ਤੇ ਕੋਈ ਅਸੀਂ ਆ ਕੇ ਅਟੈਕ ਤਾਂ ਨਹੀਂ ਕਰ ਸਕਦੇ, ਪਰ ਇਹਨਾਂ ਨੂੰ ਅਸੀਂ ਬੁਰੀਆਂ ਆਦਤਾਂ ਤੇ ਲਾ ਦਈਏ, ਨਸ਼ਿਆਂ ਤੇ ਲਾ ਦਈਏ, ਜਾਂ ਹੋਰ ਪਿਆਰ ਨਾਲ ਇਹਨਾਂ ਨੂੰ ਗਲਤ ਰੀਤੀ ਰਿਵਾਜ ਬੁੱਤ ਪੂਜਾ ਕਰਨ ਲਾ ਦਈਏ, ਹੈ ਨਾ, ਹੌਲੀ ਹੌਲੀ 500 ਸਾਲ ਬਾਅਦ, 1000 ਸਾਲ ਬਾਅਦ ਇਹਨਾਂ ਲੋਕਾਂ ਨੂੰ ਗੁਲਾਮ ਕਰ ਲਈਏ, ਵਰਨ ਵਿਵਸਥਾ ਚਲਾ ਦਈਏ, ਫਿਰ ਜਾਤ ਪਾਤ ਬਣ ਦਈਏ, ਇੱਦਾਂ ਇਹਨਾਂ ਨੇ ਸਾਨੂੰ ਹੌਲੀ ਗੁਲਾਮ ਕੀਤਾ। ਜਦੋਂ ਵਰਨ ਵਿਵਸਥਾ ਆਈ ਤੇ ਸ਼ੂਦਰ ਸਾਰੇ ਬਣਾ ਤੇ, ਅਨਪੜ੍ਹ ਬਣਾ ਤੇ, ਉਦੋਂ ਬੁੱਧਿਜ਼ਮ ਆਇਆ, ਇਹ ਵਰਨ ਵਿਵਸਥਾ ਨੂੰ ਖਤਮ ਕਰ ਲਈ। ਜਾਤ ਨਹੀਂ ਸੀ ਉਸ ਵੇਲੇ, ਜਾਤ ਨਹੀਂ ਸੀ ਕੋਈ ਵੀ, ਸਿਰਫ ਵਰਨ ਵਿਵਸਥਾ ਨੂੰ ਬੁੱਧਿਜ਼ਮ ਨੇ ਡਿਸਟਰੋਏ ਕੀਤਾ, ਔਰ ਉਹਨੂੰ ਡਿਸਟਰੋਏ ਕਰਨ ਤੋਂ ਬਾਅਦ ਜਿਹੜਾ ਬੁੱਧ ਰਾਜ ਪੈਦਾ ਹੋਇਆ, ਕਿਉਂਕਿ ਲੋਕਾਂ 'ਚ ਜਾਗਰਤੀ ਆ ਗਈ ਵੀ ਇਹਨਾਂ ਸਾਨੂੰ ਗੁਲਾਮ ਬਣਾ ਲਿਆ ਸੀ, ਲੋਕਾਂ 'ਚ ਜਾਗਰਤੀ ਆ ਗਈ ਤਾਂ ਬੁੱਧ ਰਾਜ ਪੈਦਾ ਹੋ ਗਿਆ। ਬੁੱਧ ਰਾਜ ਨੂੰ ਖਤਮ ਕਰਨ ਲਈ ਇਹਨਾਂ ਨੇ ਬੋਧੀਆਂ ਨੂੰ ਆਪਣੀਆਂ ਕੁੜੀਆਂ ਦਿੱਤੀਆਂ, ਜਾਣ ਕੇ ਵਿਆਹ ਸ਼ਾਦੀ ਹੋਏ, ਪੁਸ਼ਪਮਿੱਤਰ ਸ਼ੁੰਗ ਆਇਆ, ਪੁਸ਼ਪਮਿੱਤਰ ਸ਼ੁੰਗ ਨੇ ਸੈਨਾਪਤੀ ਬਣਾ ਲਿਆ, ਕਿਉਂਕਿ ਜਿੱਦਾਂ ਅੱਜ ਵੀ ਸਾਡੇ ਜਿਹੜੇ ਲੋਕ ਆ ਨਾ, ਅਸੀਂ ਨਹੀਂ ਇਹਨਾਂ ਨਾਲ ਫਰਕ ਕਰਦੇ, ਪਰ ਇਹ ਸਾਡੇ ਨਾਲ ਫਰਕ ਕਰਦੇ। ਉਸ ਵੇਲੇ ਜਿਹੜੇ ਮੂਲ ਵਾਸੀ ਸੀ ਭਾਰਤ ਨੇ, ਉਹਨਾਂ ਨੇ ਪੁਸ਼ਪਮਿੱਤਰ ਸ਼ੁੰਗ ਨੂੰ ਸੈਨਾਪਤੀ ਬਣਾ ਲਿਆ ਬੋਧੀ ਰਾਜਾ ਨੇ, ਪਰ ਉਹਨੇ ਕਤਲ ਕਰ ਦਿੱਤਾ ਰਾਜੇ ਦਾ, ਸੈਨਾਪਤੀ ਨੇ ਕਤਲ ਕਰਕੇ ਦੁਬਾਰਾ ਫੇਰ ਗੁਲਾਮ ਬਣਾ ਲਿਆ। ਤੇ ਉਦੋਂ ਪਹਿਲਾਂ ਹੀ ਮਨੂ ਸਿਮ੍ਰਤੀ ਲਿਖ ਲਈ ਸੀ ਵੀ ਅਸੀਂ ਜਦ ਦੁਬਾਰਾ ਗੁਲਾਮ ਕਰਨੇ ਆਏ, ਅਸੀਂ ਚੌਥੇ ਬਰਨ ਦੀਆਂ ਜਾਤਾਂ ਬਣਾਉਣੀਆਂ ਤਾਂ ਕਿ ਚੌਥੇ ਬਰਨ ਦੇ ਲੋਕ ਇਕੱਠੇ ਨਾ ਹੋ ਸਕਣ। ਫਿਰ ਮਨੂ ਸਿਮ੍ਰਤੀ ਗੱਲ ਜਿਵੇਂ ਮਨੂ ਸਮ੍ਰਿਤੀ ਦੇ ਦੁਆਲੇ ਹਜੇ ਵੀ ਭਾਰਤ ਘੁੰਮ ਰਿਹਾ ਵਾ। ਮਨੂ ਸਮ੍ਰਿਤੀ ਜਿਹੜੀ ਆ ਉਹ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਆਸੇ ਪਾਸੇ ਦੇ ਦੇਸ਼ਾਂ ਦੇ ਉੱਤੇ ਵੀ, ਜਿਵੇਂ ਕਿ ਆਪਾਂ ਵਿਕੀਪੀਡੀਆ ਤੋਂ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਮਨੂ ਸਮ੍ਰਿਤੀ ਦਾ ਗਲਬਾ ਪਿਆ। ਮਨੂ ਸਮ੍ਰਿਤੀ ਬੇਸਿਕਲੀ ਹੈ ਕੀ ਸੀਗੀ? ਮਨੂ ਨੇ ਦੇਖੋ, ਉਹਨੇ ਦੇਖਿਆ ਵੀ ਜਿਹੜਾ ਬੁੱਧਿਜ਼ਮ ਆ ਉਹਨੇ ਵਰਨ ਵਿਵਸਥਾ ਖਤਮ ਕਰ ਦਿੱਤੀ, ਇਹਨਾਂ ਨੇ ਵੀ ਦੁਬਾਰਾ ਰਾਜ ਪੈਦਾ ਕਰਨ ਲਈ, ਕਿਉਂਕਿ ਇਹਨਾਂ ਦੀ ਜਿੱਦਾਂ ਅੱਜ RSS ਆ ਨਾ, ਉਹਦਾ ਜਿਹੜਾ ਉੱਪਰ ਦੇ ਅਹੁਦੇ ਉਹ ਬ੍ਰਾਹਮਣਾਂ ਕੋਲੇ ਹੁੰਦੇ ਆ,
ਇਦਾਂ ਹੀ ਉਸ ਵੇਲੇ ਵੀ ਜਥੇਬੰਦੀਆਂ ਸੀ ਇਹਨਾਂ ਦੀਆਂ। ਨਹੀਂ ਜਿਵੇਂ ਕਿ ਦੇਖੋ ਕਿ ਭਾਰਤੀ ਵਿਵਸਥਾ ਇੰਨੀ ਜ਼ਿਆਦਾ ਕਮਜ਼ੋਰ ਰਹੀ ਆ ਸ਼ੁਰੂ ਤੋਂ ਹੀ, ਕਿ ਕੋਈ ਵੀ ਆਇਆ ਇਹਨਾਂ ਨੂੰ ਚੱਕ ਕੇ ਤੇ ਮਤਲਬ ਇਹਦੇ ਉੱਤੇ ਕਬਜ਼ਾ ਕਰ ਲਿਆ, ਕੋਈ ਵੀ ਆਇਆ ਇਹਨਾਂ ਉੱਤੇ ਚੱਕ ਕੇ। ਦੇਖੋ ਜਿੰਨਾ ਵੀ ਅਸੀਂ ਭਾਰਤੀ ਇਤਿਹਾਸ ਦੇਖਦੇ ਹਾਂ ਕਿ ਇਹਨਾਂ ਦਾ ਮਨੋਵਿਗਿਆਨ ਜਿਹੜਾ ਸੀਗਾ ਉਹ ਇੰਨਾ ਜ਼ਿਆਦਾ ਪੇਤਲਾ ਵਾ ਕਿ ਇਹਨਾਂ ਨੂੰ ਕੋਈ ਵੀ ਆ ਕੇ ਗੁਲਾਮ ਬਣਾ ਸਕਦਾ। ਤੁਸੀਂ ਇੱਕ ਗੱਲ ਜਿਹੜੀ ਆਪਾਂ ਜੇ ਪਿਛਲੇ ਇਤਿਹਾਸ ਨੂੰ ਆਪਾਂ ਕੋਖਦੇ ਆ, ਹੁਣ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਛ ਲਿਖਿਆ ਆ ਕੀ ਉਹੀ ਮੰਨਦੇ ਆ? ਜਦੋਂ ਗੁਰੂ ਗ੍ਰੰਥ ਸਾਹਿਬ ਲਿਖਿਆ ਸਾਨੂੰ ਪਤਾ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ, ਗੁਰੂ ਸਾਹਿਬ ਨੇ ਜੰਗਾਂ ਲੜੀਆਂ ਸਾਡੀ ਖਾਤਰ, ਜੰਗਾਂ ਲੜੀਆਂ ਸਾਨੂੰ ਆਜ਼ਾਦ ਕਰਾਇਆ, ਰਾਜ ਭਾਗ ਪੈਦਾ ਬੰਦਾ ਸਿੰਘ ਬਹਾਦਰ ਨੇ ਪੈਦਾ ਕਰ ਦਿੱਤਾ, ਕੀ ਗੁਰੂ ਗ੍ਰੰਥ ਸਾਹਿਬ ਅਸੀਂ ਮੰਨਦੇ ਹਾਂ? ਮੰਨਦੇ ਤਾਂ ਫੇਰ ਵੀ ਅਸੀਂ ਮਨੁ ਸਿਮਰਤੀ ਹਾਂ। ਜੇ ਅੱਜ ਇੰਨੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਅਸੀਂ ਜਾਤ ਮੰਨਦੇ ਹਾਂ, ਅਸੀਂ ਬ੍ਰਾਹਮਣ ਦੇ ਸਿਸਟਮ ਨੂੰ ਮੰਨਦੇ ਹਾਂ, ਪਰ ਓਦਾਂ ਅਸੀਂ ਕੇਸਾਂ ਧਾਰੀਆਂ, ਦਸਤਾਰ ਵੀ ਪਹਿਨੀ ਹੋਈ ਆ, ਕਿਰਪਾਨ ਵੀ ਪਹਿਨੀ ਹੋਈ ਆ, ਤੇ ਬ੍ਰਾਹਮਣ ਸਾਨੂੰ ਕੁੱਟਦਾ ਵੀ ਆ, ਮਾਰਦਾ ਵੀ ਆ, 84 ਸਾਡਾ ਸਤਿਆਨਾਸ਼ ਵੀ ਕਰ ਦਿੰਦਾ, ਅਸੀਂ ਫਿਰ ਜਾਤ ਮੰਨਦੇ ਹਾਂ? ਤੇ ਇਦਾਂ ਦੇ ਲੋਕ ਉਸ ਵੇਲੇ ਹੋਣਗੇ? ਤੁਸੀਂ ਸੋਚੋ ਅੱਜ ਆਪਾਂ ਆ, ਤੁਸੀਂ 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 ਭਾਰਤੀਆਂ ਦੇ ਮਨੋਵਿਗਿਆਨ ਨੂੰ ਸਮਝਦੇ ਕੀ ਹੋ? ਮੈਂ ਭਾਰਤੀਆਂ ਦੇ ਮਨੋਵਿਗਿਆਨ ਨੂੰ ਕੀ ਸਮਝਦੇ ਹੋ ਕਿ ਬੇਸਿਕਲੀ ਭਾਰਤੀਆਂ ਦਾ ਮਨੋਵਿਗਿਆਨ ਹੈ ਕੀ ਆ? ਸਾਈਕੋਲੋਜੀ ਜਿਹੜੀ ਹੁੰਦੀ, ਦੇਖੋ ਅਜੇ ਤੱਕ ਜਿਹੜੇ ਭਾਰਤ ਦੇ 85% ਲੋਕ ਆ ਇਹ ਜਾਗਰ, ਇਹਨਾਂ ਨੂੰ ਇਹੀ ਨੀ ਪਤਾ ਕਿ ਅਸੀਂ ਗੁਲਾਮ ਹੈ। ਜਦੋਂ ਇਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਅਸੀਂ ਗੁਲਾਮ ਹਾਂ, ਆਜ਼ਾਦ ਤਾਂ ਹੀ ਹੋਊਗੇ। ਇਹਨਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਨੀ ਪੈਂਦੀ ਵੀ ਗੁਲਾਮੀ ਕੀ ਆ। ਹੁਣ ਦੇਖੋ ਤੁਸੀਂ ਵੀ ਇਨਸਾਨ ਆ ਤੇ ਮੈਂ ਵੀ ਇਨਸਾਨ ਹੈ, ਤੁਹਾਡਾ ਨਾਂ ਆ ਤਾਂ ਮੇਰਾ ਵੀ ਨਾਂ ਆ, ਉਹ ਨੌ ਕਰਕੇ ਜਦੋਂ ਸਾਨੂੰ ਕੋਈ ਬੰਦਾ ਬੁਲਾਉਂਦਾ ਅਸੀਂ ਬੋਲਦੇ ਆ ਨਾ। ਉਹ ਨੌ ਤੋਂ ਬਾਅਦ ਜੇ ਕੋਈ ਕਹਿ ਦੇਵੇ ਆਹ ਚਮਾਰ ਤੁਰਿਆ ਜਾਂਦਾ, ਆਹ ਚੂੜਾ ਜਾਂ ਜੱਟ ਤੁਰਿਆ ਜਾਂਦਾ, ਇਹ ਫਿਰ ਵੀ ਸਾਡੇ ਕੰਨ ਖੜੇ ਹੁੰਦੇ, ਫਿਰ ਵੀ ਕਹਿੰਦੇ ਸਾਨੂੰ ਕਿਹਾ, ਉਹ ਵੀ ਨੌ ਹੋ ਗਿਆ ਤੁਹਾਡਾ ਇੱਕ, ਰਾਈਟ? ਉਹ ਜਾਤ ਵੀ ਇਹਦਾ ਮੰਨ ਲਓ ਉਹ ਸਾਡੇ ਮਨੋਵਿਗਿਆਨ ਦੇ ਵਿੱਚ ਉਹ ਗੁਲਾਮੀ ਪੈ ਗਈ ਸਾਡੇ, ਰਾਈਟ? ਜਿੱਦਾਂ ਆਪਾਂ ਬੱਚੇ ਹੁੰਦੇ ਸੀ ਕਿਸੇ ਦਾ ਨੌ ਗਲਤ ਰੱਖ ਲੈਣਾ, ਹਨਾ, ਕਿਸੇ ਦਾ ਨੌ ਨੌਂਗ ਤੇ ਨੌਂਗ ਪਾ ਲੈਣਾ, ਉਹ ਜੇ ਤੁਰਿਆ ਜਾਂਦਾ ਹੋਵੇ ਆਪਾਂ ਉਹਨੂੰ ਪੁੱਠਾ ਜਿਹਾ ਨੌ ਲੈਣਾ, ਸਾਡੇ ਸਿਰ 'ਚ ਫੱਟੀ ਮਾਰ ਦੇਣੀ, ਕਾਹਤੇ ਮਾਰਦਾ ਸੀ? ਕਿਉਂਕਿ ਉਹ ਮੰਨਦਾ ਸੀ ਕਿ ਮੇਰਾ ਨੌ ਰੱਖਿਆ ਇਹਨਾਂ ਨੇ। ਹੁਣ ਸਾਡੇ ਲੋਕ ਇਹ ਨਹੀਂ ਇੱਥੇ 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 ਵਰਨ ਵਿਵਸਥਾ ਨੂੰ ਬਿਲਕੁਲ ਇੱਥੇ ਗੁਲਾਮੀ ਮੰਨੀ ਨਹੀਂ ਜਾ ਰਹੀ ਕਿ ਅਸੀਂ ਸੱਚ ਹੀ ਗੁਲਾਮ ਆ। ਪਹਿਲੀ ਗੱਲ ਗੁਲਾਮ ਮੰਨਦੇ ਹੀ ਨਹੀਂ ਮੈਂ ਗੁਲਾਮ। ਹੁਣ ਸਿੱਖਾਂ ਨੂੰ ਪੁੱਛ ਕੇ ਦੇਖ ਲਓ, ਇਹ ਕਹਿੰਦੇ 84 'ਚ ਸਾਨੂੰ ਕੁੱਟਿਆ, ਅਸੀਂ ਗੁਲਾਮ ਆ। ਇਹ ਇਹ ਮੰਨਦੇ ਨਹੀਂ ਕਿ ਜਾਤ ਵੀ ਗੁਲਾਮੀ ਆ, ਇਹ ਜਾਤ ਮੰਨਦੇ ਆ, ਮਨੂ ਉਹ ਮੰਨਦੇ ਆ ਸਾਰਾ ਕੁਛ, ਪਰ ਇਹ ਨਹੀਂ ਸੋਚਦੇ ਵੀ ਸਾਡੀ ਦੁਸ਼ਮਣ ਕੌਣ ਹੈ। ਉਹ ਦੁਸ਼ਮਣ ਤਾਂ ਉਹ ਆ ਜਿਹਨੇ ਸਾਡੇ ਮਨ ਦੇ ਵਿੱਚ ਜਾਤ ਵੀ ਪਾਤੀ, ਨੌ ਤਾਂ ਸਾਡੇ ਮਾਂ ਬਾਪ ਨੇ ਰੱਖਿਆ, ਜਿਹੜਾ ਨਾਂ ਸਾਡਾ ਰੱਖਿਆ, ਇਹ ਬੋਡੀ ਇਹ ਸਰੀਰ ਬਿਨਾਂ ਨਾਂ ਤੋਂ ਆਇਆ ਸੀ, ਪਰ ਮਾਂ ਬਾਪ ਨੇ ਸਾਡਾ ਨੌ ਰੱਖ ਦਿੱਤਾ, ਅਸੀਂ ਉਹ ਨੌ ਤੇ ਐਕਟਿਵ ਹੋ ਜਾਂਦੇ ਹਾਂ ਵੀ ਹਾਂ ਸਾਨੂੰ ਕਿਸੇ ਬੁਲਾਇਆ, ਹਨਾ। ਤੇ ਇੱਕ ਨੌ ਬ੍ਰਾਹਮਣ ਨੇ ਵੀ ਰੱਖ ਦਿੱਤਾ ਤੁਹਾਡਾ ਜਾਤ, ਅਸੀਂ ਉਹ ਤੇ ਵੀ ਐਕਟਿਵ ਹੋ ਜਾਂਦੇ ਵੀ ਮੈਨੂੰ ਕਿਹਾ, ਹਨਾ। ਹੁਣ ਉਹ ਨੌ ਭੁਲਾਉਣ ਦੇ ਲਈ ਗੁਰੂ ਸਾਹਿਬ ਨੇ ਤੁਹਾਨੂੰ ਸਿੱਖ ਕਹਿਤਾ, ਅਸੀਂ ਐਕਟਿਵ ਤਾਂ ਸਿੱਖ ਨੌ ਤੇ ਵੀ ਹੋ ਜਾਂਦੇ ਹਾਂ, ਪਰ ਜਿਹੜਾ ਨੌ ਗੁਲਾਮੀ ਦਾ ਉਹ ਵੀ ਅੰਦਰ ਹੀ ਰੱਖਦੇ ਹਾਂ, ਉਹ ਕਦੋਂ ਕੱਢਣਾ? ਇੱਦਾਂ ਹੀ ਜਿਹੜੇ ਭਾਰਤ ਦੇ ਮੂਲ ਨਿਵਾਸੀ ਲੋਕ ਆ, ਇਹਨਾਂ ਦੀ ਸਾਈਕੋਲੋਜੀਕਲੀ ਇਹਨਾਂ ਨੂੰ ਗੁਲਾਮ ਕੀਤਾ ਗਿਆ, ਇਹਨਾਂ ਨੂੰ ਮਨੋਵਿਗਿਆਨਿਕ ਤੌਰ ਤੇ ਗੁਲਾਮ ਕੀਤਾ ਗਿਆ, ਇਹਨਾਂ ਦੇ ਕੋਲ ਕੁਛ। ਜੇਕਰ ਹੁਣ ਆਪਾਂ ਦੇਖੋ ਆਪਾਂ ਆਪਾਂ ਇੱਕ ਗੱਲ ਕਰਦੇ ਹਾਂ, ਇੱਥੇ ਤੁਸੀਂ ਜਿਵੇਂ ਗੱਲ ਕੀਤੀ ਇਹਨਾਂ ਦੇ ਕੋਲ ਕੋਈ ਸਿਸਟਮ ਹੈ ਨਹੀਂ, ਨਹੀਂ ਸਵਾਲ ਇਹ ਆਉਂਦੀ ਆ ਇਹਨਾਂ ਦੇ। ਦੇਖੋ ਪਹਿਲੀ ਗੱਲ ਤਾਂ ਇਹਨਾਂ ਨੂੰ ਅਨਐਜੂਕੇਟਡ ਬਹੁਤ ਦੇਰ ਰੱਖਿਆ ਗਿਆ, ਹਨਾ। ਇਹ ਗੱਲ ਜਿਹੜਾ ਅਨਐਜੂਕੇਟਡ ਰਿਹਾ ਹੋਵੇ ਬਹੁਤ ਦੇਰ, ਉਹਨੂੰ ਜੋ ਦੁਬਾਰਾ ਡਿਵੈਲਪ ਕਰਨ ਲਈ ਕਿੰਨਾ ਸਮਾਂ ਲੱਗਦਾ? ਗੁਰੂ ਸਾਹਿਬ ਨੇ ਕਿੰਨਾ ਸਮਾਂ ਲਾਇਆ? ਬਾਬਾ ਨਾਮਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 500 ਬਣਦੇ ਆ, ਉਹਨਾਂ ਨੇ ਇਹਨਾਂ ਦੀ ਖਾਤਰ 500 ਲਾਏ, ਜੰਗਾਂ ਲੜੀਆਂ। ਇਸ 500 ਜੇਕਰ ਇਸ 500 ਤੋਂ ਪਹਿਲਾਂ ਦੀ ਵੀ ਆਪਾਂ ਵਿਵਸਥਾ ਦੀ ਗੱਲ ਕਰੀਏ, ਕੀ ਭਾਰਤ ਦੇ ਕੋਲ ਬੋਧੀਜ਼ਮ, ਜੇ ਬੋਧੀਜ਼ਮ ਤੋਂ ਪਹਿਲਾਂ ਵਾਲੀ ਵਿਵਸਥਾ ਦੀ ਗੱਲ ਕਰੀਏ, ਤੇ ਕੀ ਭਾਰਤ ਦੇ ਕੋਲ ਕੋਈ ਇਹੋ ਜਿਹਾ ਰਾਜਨੀਤਿਕ ਸਿਸਟਮ ਨਹੀਂ ਸੀਗਾ ਕਿ ਆਪਣੀ ਅਮੀਰੀ ਨੂੰ ਸੰਭਾਲ ਸਕਦਾ, ਕਿ ਇੱਥੋਂ ਦੀ ਜਿਹੜੀ ਇਹਨੂੰ ਆਪਾਂ ਸੋਨੇ ਦੀ ਚਿੜੀ ਕਹਿੰਦੇ ਆ, ਆਪਾਂ ਆਪਣੇ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਆ, ਇਹਨੂੰ ਜਿਹੜਾ ਆਇਆ ਇਹਦੇ ਖੰਭ ਤੋੜ ਕੇ ਲੈ ਗਿਆ, ਜਿਹੜਾ ਆਇਆ ਇਹਦੇ ਖੰਭ ਤੋੜ ਕੇ ਲੈ ਗਿਆ, ਕੀ ਭਾਰਤ ਇੰਨਾ ਕਮਜ਼ੋਰ ਆ ਰਾਜਨੀਤਿਕ ਪੱਧਰ ਦੇ ਉੱਤੇ ਕਿ ਅਜੇ ਤੱਕ ਵੀ ਇਹ ਲੋਕ ਵੰਡੇ ਹੋਏ ਨੇ ਕਿ ਇਹਨਾਂ ਨੂੰ ਆਪਣੀ ਰਾਜਨੀਤਿਕ ਵਿਵਸਥਾ? ਇੱਕ ਗੱਲ ਤਾਂ ਬਿਲਕੁਲ ਸਾਫ਼ ਤੇ ਕਲੀਅਰ ਆ ਕਿ ਰਾਜਨੀਤੀ ਤੋਂ ਬਿਨਾਂ ਹਨਾ ਧਰਮ ਤੁਸੀਂ ਨਹੀਂ ਬਚਾ ਸਕਦੇ, ਰਾਜਨੀਤੀ ਤੋਂ ਬਿਨਾਂ, ਸੱਤਾ ਤੇ ਸ਼ਕਤੀ ਤੋਂ ਬਿਨਾਂ, ਉਹ ਚੀਜ਼ ਸਾਡੇ ਕੋਲ ਅਜੇ ਤੱਕ ਨਹੀਂ ਆਈ। ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ? ਮੈਂ ਨਾ ਉੱਥੋਂ ਜਿਹੜੀ ਗੱਲ ਤੁਸੀਂ ਕਹਿੰਦੇ ਆ ਵੀ ਜਿਹੜਾ ਬੁੱਧਿਜ਼ਮ ਤੋਂ ਪਹਿਲਾਂ ਵੀ ਕੀ ਸੀ, ਇੰਨੇ ਕਮਜ਼ੋਰ ਲੋਕ ਸੀ ਕਿ ਅਸੀਂ ਇਹਨਾਂ ਦੇ ਗੁਲਾਮ ਬਣ ਗਏ। ਹੁਣ ਕਰੋਨਾ ਵਾਇਰਸ ਵਾਇਰਸ ਆਇਆ ਨਾ ਇੱਕ ਦੁਨੀਆ ਤੇ ਕਿੰਨੀ ਦੁਨੀਆ ਮਰ ਗਈ ਉਹਨਾਂ, ਕਿਉਂਕਿ ਆਪਾਂ ਅਵੇਅਰ ਨਹੀਂ ਸੀ ਉਹ ਵਾਇਰਸ ਤੋਂ। ਉਸ ਵੇਲੇ ਜਿਹੜੇ ਭਾਰਤੀ ਲੋਕ ਸੀ ਅਵੇਅਰ ਨਹੀਂ ਸੀ
ਕਿ ਲੋਕੀ ਮਨੋਵਿਗਿਆਨਿਕ ਤੌਰ ਤੇ ਵੀ ਗੁਲਾਮ ਕਰ ਲੈਂਦੇ ਆ। ਜਿਹੜਾ ਵਾਇਰਸ ਆਇਆ ਬੁੱਤ ਪੂਜਕ, ਇਹ ਜਿਹੜੇ ਲੋਕ ਆਏ, ਇਹਨਾਂ ਨੂੰ ਨਹੀਂ ਸੀ ਪਤਾ ਕਿ ਲੋਕ ਇੱਦਾਂ ਵੀ ਗੁਲਾਮ ਕਰ ਲੈਂਦੇ ਆ, ਤੇ ਇਹ ਇਸ ਕਰਕੇ ਇਹ ਗੁਲਾਮ ਹੋ ਗਏ। ਉਹ ਵਾਇਰਸ ਤੋਂ ਅਣਜਾਣ ਸੀ ਇਹ, ਪਰ ਅੱਜ ਵਾਇਰਸ ਇਹਨਾਂ ਨੂੰ ਦੱਸਦੇ ਆ, ਗੁਰੂ ਸਾਹਿਬਾਨ ਵੀ ਦੱਸਦੇ ਆ, ਬੁੱਧਿਜ਼ਮ ਵੀ ਦੱਸਿਆ, ਅੰਬੇਡਕਰ ਲੋਕ ਵੀ ਰੌਲਾ ਪਾਉਂਦੇ ਆ, ਪਰ ਇਹ ਸੁਣਨ ਨੂੰ ਤਿਆਰ ਨਹੀਂ, ਇਹ ਸੁਣਨ ਨੂੰ ਤਿਆਰ ਨਹੀਂ ਹੈਗੇ। ਇਹ ਕਹਿੰਦੇ ਸਿਰ ਪੂਜਾ ਕਰਨੀ ਆ, ਅਸੀਂ ਰਾਜ ਨਹੀਂ ਕਹਿੰਦੇ ਲੈਣਾ, ਅਸੀਂ ਉਹਨਾਂ ਨਾਲ ਜਿਹੜੇ ਦੁਸ਼ਮਣ ਆ ਉਹਨਾਂ ਨਾਲ ਮਿਲ ਕੇ ਸਰਕਾਰਾਂ ਬਣਾਉਂਦੇ ਆ। ਦੇਖੋ ਜਿਹੜੀ ਚੀਜ਼ ਤੁਸੀਂ ਕਿੱਦਾਂ ਏਦਾਂ ਸਮਝਦੇ ਆ ਕਿ ਜਿਹੜੀ ਇਹ ਵੰਡ ਸੀਗੀ, ਇਹ ਵੰਡ ਜਿਹੜੀ ਆ ਇਹਨੇ ਕਿੰਨਾ ਅਸਰ ਪਾਇਆ ਸਾਡੇ ਲੋਕਾਂ ਦੇ ਉੱਤੇ, ਕਿ ਉਹ ਜਿਹੜਾ ਅਸਰ ਸੀਗਾ ਸਦੀਆਂ ਤੱਕ ਅਜੇ ਇਹਨਾਂ ਦੇ ਅੰਦਰ ਘਰ ਕੀਤਾ ਹੋਇਆ, ਤੇ ਅਜੇ ਤੱਕ ਰਾਜਨੀਤਿਕ। ਹੁਣ ਤੁਸੀਂ ਦੇਖੋ ਆਪਣਾ ਕਿਸਾਨ ਅੰਦੋਲਨ ਆ, ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਹੋਇਆ ਵਾ, ਰੋਜ਼ ਕਿੰਨੇ ਕਿਸਾਨ ਮਰਦੇ ਪਏ ਆ, ਲੇਕਿਨ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਈਵਨ ਕਿ ਭਾਰਤੀ ਸਿਸਟਮ ਇਹ ਕਹਿ ਰਿਹਾ ਵਾ ਕਿ ਸਾਨੂੰ ਪਤਾ ਹੀ ਨਹੀਂ ਆ ਕਿ ਇਹ ਕਿਸਾਨ ਨੇ ਜਿਹੜੇ ਮਰ ਗਏ ਨੇ, ਜਾਂ ਸਾਡੇ ਕੋਲ ਕੋਈ ਰਿਕਾਰਡ ਨਹੀਂ ਆ ਕਿ ਕਿੰਨੇ ਕਿਸਾਨ ਮਰ ਗਏ ਨੇ। ਤਾਂ ਤੁਸੀਂ ਜਿਹੜੀ ਇਹ ਜਿਹੜੀ ਲੁੱਟ ਖਸੋਟਿਆ, ਕਿਉਂਕਿ ਜ਼ਮੀਨਾਂ ਹੱਤਿਆਈਆਂ ਜਾ ਰਹੀਆਂ ਨੇ ਦੁਬਾਰਾ ਤੋਂ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਇੱਕ ਸੋਚੋ ਉਹਨਾਂ ਦਾ ਸਟਰੋਂਗ ਕਿੰਨੇ ਆ, ਕਿ ਉਹ ਇਕੱਠੇ ਕਿੰਨੇ ਆ। ਔਰਤ ਨੂੰ ਸਤੀ ਹੋਣ ਲਈ ਮਜਬੂਰ ਕਰ ਦਿੱਤਾ, ਔਰਤ ਨੂੰ ਸਤੀ ਹੋਣ ਲਈ ਮਜਬੂਰ ਕਰ ਦਿੱਤਾ, ਲੋਕਾਂ ਨੂੰ ਜਾਤ ਮੰਨਣ ਲਈ ਮਜਬੂਰ ਕਰ ਦਿੱਤਾ, ਫਿਰ ਧਾਰਮਿਕ ਤੌਰ ਤੇ ਬਲਾਤਕਾਰ, ਮੰਦਰਾਂ ਦੇ ਵਿੱਚ ਬਲਾਤਕਾਰ ਹੋਏ ਔਰਤ ਦੇ, ਔਰਤ ਨੂੰ ਸ਼ੂਦਰ ਡਿਕਲੇਅਰ ਕੀਤਾ, ਕਿਉਂਕਿ ਔਰਤਾਂ ਨਾਲ ਨਹੀਂ ਸੀ ਲੈ ਕੇ ਆਏ, ਭਾਰਤ ਦੇ ਮੂਲ ਵਾਸੀ ਲੋਕਾਂ ਦੀਆਂ ਹੀ ਔਰਤਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਰੱਖੀਆਂ। ਉਹਨਾਂ ਦਾ DNA ਵੀ ਸ਼ੂਦਰਾਂ ਨਾਲ ਮਿਲਦਾ, ਹੈ ਨਾ, ਇਹ ਬਾਹਰੋਂ ਲੋਕੀ ਆਏ ਸੀ। ਤੇ ਜਿਹੜੇ ਦਿੱਲੀ ਬੈਠੇ ਆ, ਦਿੱਲੀ ਬੈਠੇ ਉਹ ਕਿਸਾਨ ਜਿਹੜੇ ਮਜ਼ਦੂਰ ਆ, ਉਹਨਾਂ ਨੂੰ ਤਾਂ ਕਹਿੰਦੇ ਵੀ ਸਾਡਾ ਸਾਥ ਦੇਵੋ, ਪਰ ਮਜ਼ਦੂਰਾਂ ਦੀਆਂ ਜੇ ਮੰਗਾਂ ਵੀ ਨਾਲ ਰਲਾ ਕੇ ਵੱਡੇ ਲੈਵਲ ਤੇ ਇਹ ਐਜੂਟੇਸ਼ਨ ਕਰਨ ਤੇ ਜੰਗ ਜਿੱਤ ਸਕਦੇ ਆ, ਪਰ ਉਹਨਾਂ ਦੇ ਦਿਮਾਗ ਦੇ ਵਿੱਚ ਗੁਲਾਮੀ ਇੰਨੀ ਡੂੰਘੀ ਪਈ ਵਾ, ਉਹ ਕਹਿੰਦੇ ਸਿਰਫ ਇਹ 3 ਮੰਗਾਂ ਸਾਡੀਆਂ ਪੂਰੀਆਂ ਕਰ ਲੈਣ। ਉਹਨਾਂ ਨੂੰ ਪੁੱਛਣ ਵਾਲਾ ਹੋਵੇ ਜੇ 3 ਤੁਹਾਡੀਆਂ ਪੂਰੀਆਂ ਵੀ ਕਰ ਲਏ, ਮੈਨੂੰ ਹੋਰ ਤਰੀਕੇ ਨਾਲ ਗੁਲਾਮ ਬਣਾ ਲੈਣਾ ਤੁਹਾਨੂੰ। ਅਸਲੀ ਗੱਲ ਤੇ ਆ ਹੀ ਨਹੀਂ ਰਹੇ। ਜੇ ਅੱਜ ਮੰਗਾਂ ਪੂਰੀਆਂ ਹੋ ਜਾਂਦੀਆਂ ਤੇ 2-4 ਸਾਲ ਬਾਅਦ ਫੇਰ ਕਰ ਲੂਗੇ, ਉਹਨਾਂ ਕੋਲ ਤਾਂ ਬੜੇ ਤਰੀਕੇ ਆ, ਕਿਉਂਕਿ ਵਿਵਸਥਾ ਤੇ ਉਹੀ ਆ ਨਾ, ਵਿਵਸਥਾ ਥੋੜੀ ਚੇਂਜ ਹੋ ਰਹੀ ਆ। ਵਿਵਸਥਾ ਚੇਂਜ ਕਰਨ ਕੋ ਤਿਆਰ ਨਹੀਂ ਹੈਗਾ, ਸੰਵਿਧਾਨ ਨੂੰ ਪੜ੍ਹ ਲੈ ਕੋ ਤਿਆਰ ਨਹੀਂ। ਸੰਵਿਧਾਨ ਤੁਸੀਂ ਕਿਹੜੇ ਸਿਧਾਂਤ ਦੇ ਉੱਤੇ, ਤੁਸੀਂ ਕਿਹੜੇ ਸਿਧਾਂਤ ਦੇ ਉੱਤੇ ਫੋਕਸ ਕਰਾਉਣਾ ਚਾਹੁੰਦੇ ਆ ਕਿ ਵਾਕਈ ਹੀ ਜਿਹੜੇ ਇਹ 85% ਜਿਹੜੇ ਲੋਕ ਨੇ, ਕਿਉਂਕਿ ਜਿਹੜਾ ਮੇਨ ਚੀਜ਼ ਤੇ ਇਹੀ ਆ ਕਿ ਤੁਸੀਂ ਕਿਸੇ ਦੀ ਤਾਕਤ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਉਹਨੂੰ ਵੰਡ ਦਿਓ। ਹੁਣ ਇਹ 3% ਦੀ ਤਾਕਤ ਜਿਹੜੀ ਆ ਉਹ ਪੂਰੇ ਤਰੀਕੇ ਦੇ ਨਾਲ ਜਾਬਤੇ ਦੇ ਵਿੱਚ ਆ, ਪੂਰੇ ਤਰੀਕੇ ਦੇ ਨਾਲ ਤਾਕਤ ਦੇ ਵਿੱਚ ਆ, ਕਿਉਂਕਿ ਉਹਨਾਂ ਦੇ ਜਿੰਨੇ ਵੀ ਅੰਗ ਨੇ ਉਹ ਜੁੜ ਕੇ ਕੰਮ ਕਰਦੇ ਆ। ਇਸ ਗੱਲ ਨੂੰ ਸਮਝਣ ਦੀ ਥੋੜੀ ਜਿਹੀ ਲੋੜ ਆ ਲੋਕਾਂ ਨੂੰ ਵੀ, ਸਾਡਿਆਂ ਨੂੰ। ਤੇ ਇਹ ਲੋਕ ਜਿਹੜੇ ਨੇ, ਅੱਜ ਸਦੀਆਂ ਪੁਰਾਣਾ ਇਤਿਹਾਸ ਆ, ਕਦੀ ਕੋਈ ਆਇਆ ਹੈ ਨਾ, ਮੁਗਲ ਆਏ ਉਹਨਾਂ ਨੇ ਇਹਨਾਂ ਨੂੰ ਕਰ ਲਿਆ, ਗੁਲਾਮ ਬਣਾ ਲਿਆ। ਆਰੀਅਨ ਆਏ ਉਹਨਾਂ ਨੇ ਗੁਲਾਮ ਬਣਾ ਲਿਆ। ਫਿਰ ਉਸ ਤੋਂ ਬਾਅਦ ਮੁਸਲਿਮਸ ਦਾ ਕਿੰਨਾ ਜਿਹੜਾ ਵਾ ਇਹਨਾਂ ਦੀ ਗੁਲਾਮੀ ਰਹੀ ਆ। ਫਿਰ ਉਸ ਤੋਂ ਬਾਅਦ ਅੰਗਰੇਜ਼ ਆਏ ਨੇ, 100-150 ਸਾਲ ਤਾਂ ਉਹ ਖਿੱਚ ਧੂ ਕੇ ਲੈ ਗਏ। ਹੁਣ ਇੱਥੇ ਭਾਰਤੀ ਜਿਹੜੇ ਨੇ, ਭਾਰਤੀਆਂ ਦਾ ਜਿਹੜਾ ਜਿਹੜਾ ਇੱਕ ਮੈਂ ਇਹ ਸੋਚਦੀ ਹਾਂ, ਜਾਂ ਪਿਛਲੇ ਸਾਰੇ ਇਤਿਹਾਸ ਤੋਂ ਇਹ ਸੋਚਿਆ ਸੋਚ ਨਹੀਂ, ਉਹ ਦੱਸਦਾ ਵਾ ਕਿ ਭਾਰਤੀਆਂ ਦੇ ਕੋਲ ਤਾਂ ਫਿਰ ਕੁਛ ਵੀ ਨਾ ਹੋਇਆ। ਜਿਹੜੇ ਇਸਲਾਮ ਆਇਆ ਨਾ ਭਾਰਤ ਦੇ ਵਿੱਚ, ਉਹਨੇ ਸਾਡੇ ਲੋਕਾਂ ਨੂੰ ਆਜ਼ਾਦ ਕੀਤਾ, ਸਾਡੇ ਲੋਕ ਮੁਸਲਮਾਨ ਬਣੇ। ਕਿਉਂਕਿ ਜਿਹੜਾ ਇਸਲਾਮ ਧਰਮ ਆ ਜਾਂ ਕ੍ਰਿਸਚੈਨਿਟੀ ਆ, ਇਹ ਸੇਮ ਹੀ ਆ। ਇਹ ਜੀਸਸ ਕ੍ਰਾਈਸਟ ਤੋਂ ਬਾਅਦ ਹੀ ਇਸਲਾਮ ਨੇ ਟਰਨ ਓਵਰ ਕੀਤਾ। ਜੀਸਸ ਕ੍ਰਾਈਸਟ ਨੇ ਵੀ ਸੁਨਤ ਕਰਾਈ ਸੀ, ਯਹੂਦੀ ਵੀ ਸੁਨਤ ਕਰਾਉਂਦੇ ਆ, ਮੁਸਲਮਾਨ ਵੀ ਸੁਨਤ ਕਰਾਉਂਦੇ ਆ। ਇਹਨਾਂ ਦਾ ਇੱਕੋ ਪਿਤਾ ਐਬਰਾਹਮ, ਐਬਰਾਹਮ ਦੀ ਔਲਾਦ ਇੱਕ ਇਸਮਾਇਲ ਸੀ ਹਾਜਰਾਂ ਤੋਂ, ਤੇ ਐਬਰਾਹਮ ਦੀ ਦੂਜੀ ਔਲਾਦ ਸੀ ਸਹਿਰਾ ਤੋਂ। ਇਹ ਜਿਹੜੀ ਇਸਮਾਇਲ ਤੋਂ ਔਲਾਦ ਸੀਗੀ ਉਹ ਮੁਸਲਮਾਨ ਬਣ ਗਏ, ਜਿਹੜੀ ਸਹਿਰਾ ਤੋਂ ਉਹ ਕ੍ਰਿਸਚਨ ਬਣ ਗਏ। ਇਹ ਜਾਣੀ ਕਿ ਇਹਨਾਂ ਨੇ ਸਾਨੂੰ ਆਜ਼ਾਦ ਕੀਤਾ। ਇਸਲਾਮ ਜਦੋਂ ਭਾਰਤ ਵਿੱਚ ਆਇਆ ਨਾ, ਉਹਨੇ ਆਜ਼ਾਦ ਕੀਤਾ ਸਾਨੂੰ, ਪਰ ਇਹ ਉਹਨਾਂ ਦੇ ਨਾਲ ਰਾਜ ਕਰਨ ਲੱਗ ਪਏ। ਇਹਨਾਂ ਨੇ ਫਿਰ ਸਾਨੂੰ ਗੁਲਾਮ ਬਣਾ ਲਿਆ। ਜਦੋਂ ਗੋਰੇ ਆਏ, ਇਹ ਗੋਰਿਆਂ ਨਾਲ ਮਿਲ ਕੇ ਰਾਜ ਕਰਨ ਲੱਗ ਪਏ। ਗੋਰੇ ਉੱਪਰਲੇ ਅਹੁਦਿਆਂ ਤੇ ਸੀ, ਇਹ ਥੱਲੇ ਦੇ ਅਹੁਦਿਆਂ ਤੇ ਸੀ, ਇਹ ਪ੍ਰਸ਼ਾਸਕ ਸੀ, ਉਹ ਸ਼ਾਸਕ ਸੀ। ਇਹਨਾਂ ਨੇ ਹਰੇਕ ਧਾੜਵੀ ਨਾਲ ਮਿਲ ਕੇ ਰਾਜ ਕੀਤਾ ਤੇ ਗੁਲਾਮ 85% ਰਹੇ। ਸ਼ੂਦਰਾ ਟੂ ਖਾਲਸਾ,
मूवी बनाउण दा मतलब ही इह आ भई जिन्ने सिख आ जिन्ने खालसे आ ओह इह सोचण भी असीं गुलामां तों सिख बणे आ असीं हिंदुआं तों सिख नहीं बणे असीं हिंदू कदे भी नहीं सी ना कोई हिंदू धर्म आ ते ना हिंदू सी ते ना हिंदू हैगा कोई भारत दे विच ना संविधान के हिंदू नूं धर्म आंदा पर साडे लोक कई जांदे आ हिंदू हुण जिहड़े जिहड़े हुण हां हिंदू सिख एकता जिंदाबाद हुण हिंदू शब्द जिहड़ा वा हिंदू शब्द लोगों को पहले तो समझने की लड़ चाहिए है कि हिंदू बेसिकली मतलब इन्हों पता लगे भी शूदरों चो बने हिंदू का मतलब ही कोई नहीं शूदर गुलाम होंगे अभी शूदरों चो सिख बने जी जिवें हुण हिंदू राष्ट्र बनने की गल चलती है औरत की मैं गल करना चाहनी मैं औरत की गल करना चाहनी हाँ औरत जी जिन्ना भी सदी काल तो चलता रहा काम औरत एक तो मानसिक गुलामी है ना एक मानसिक पीड़ना एक ओदी शरीरक पीड़ना जिहड़ी ओदी बहुत ज्यादा वड्डी पीड़ना जिन्नू के कोई भी समाज आया कोई भी धड़वी आया कदे भी जदों साडा समाज गुलाम बनिया ओदी ओ जिहड़ी शरीरक पीड़ सी जिहड़ी कदी बलात्कार दे रूप दे विच उभरदी आ जिहड़ी कदी ओनू मां बन के कुवारी मां बन के उभरदी आ कदी इस तरह दीआं गल्लां जिहड़ियां उभर के आउंदियां ने ओदे विच सब तों वड्डा दर्जे दी जिहड़ी दलित मन्नी जांदी आ मैनूं तां लगदा ओह औरत आ पर अज भी भारत विच बलात्कार हो रहा है ਅੱਜ ਵੀ ਬਹੁਤ ਰੇਪ ਹੋ ਰਹੇ ਬਲਾਤਕਾਰ ਬਾਹਰਲੇ ਦੇਸ਼ਾਂ ਚ ਵੀ ਹੁੰਦੇ ਨੇ ਬਲਾਤਕਾਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ ਦੇਖੋ ਇੱਥੇ ਸਜ਼ਾਵਾਂ ਵੀ ਹੁੰਦੀਆਂ ਇੱਥੇ ਇੰਡੀਆ ਚ ਜ਼ਿਆਦਾ ਬਲਾਤਕਾਰ ਹੁੰਦੇ ਆ ਇੱਥੇ ਜੇ ਹੁੰਦੇ ਆ ਬਹੁਤ ਘੱਟ ਹੁੰਦੇ ਆ ਔਰ ਸਜ਼ਾਵਾਂ ਹੁੰਦੀਆਂ ਇੱਥੇ ਦੇਖੋ ਅੱਜ ਵੀ ਮੁਸਲਿਮ ਪ੍ਰਵਿਰਤੀ ਦੇ ਵਿੱਚ ਵੀ ਤਿੰਨ ਤਿੰਨ ਔਰਤਾਂ ਦੇ ਨਾਲ ਇੱਕ ਮਰਦ ਵਿਆਹ ਕਰਦਾ ਵਾ ਅੱਜ ਵੀ ਔਰਤ ਜਿਹੜੀ ਆ ਉਹ ਬੁਰਕਾ ਬੁਰਕੇ ਦੇ ਵਿੱਚ ਆ ਅੱਜ ਵੀ ਔਰਤ ਨੂੰ ਆਪਣੀ ਗੱਲ ਕਹਿਣ ਦਾ ਜੇ ਅਧਿਕਾਰ ਆ ਤਾਂ ਉਹ ਮਰਦਾਂ ਦੇ ਬਰਾਬਰ ਨਹੀਂ ਆ ਅੱਜ ਵੀ ਜਿਹੜਾ ਵਾ ਉਹ ਜਿਹੜੀ ਔਰਤ ਸਿੱਖ ਔਰਤ ਆ ਜਾਂ ਹਿੰਦੂ ਔਰਤ ਆ ਉਹਦਾ ਜਬਰੀ ਜਿਹੜਾ ਧਰਮ ਪਰਿਵਰਤਨ ਕਰਵਾ ਕੇ ਉਹਨੂੰ ਮੁਸਲਿਮ ਦੇ ਵਿੱਚ ਰੱਖਿਆ ਜਾ ਰਿਹਾ ਵਾ ਔਰਤ ਦਾ ਇਸ ਸਾਰੇ ਸਿਸਟਮ ਦੇ ਵਿੱਚ ਔਰਤ ਦੀ ਸਾਈਕੋਲੋਜੀ ਕਿੱਥੇ ਖਲੋਤੀ ਔਰਤ ਦੀ ਮਾਨਸਿਕਤਾ ਕਿੱਥੇ ਖਲੋਤੀ ਆ ਤੁਹਾਨੂੰ ਕੀ ਲੱਗਦਾ ਵਾ ਕਿ ਔਰਤ ਜਿਹੜੀ ਆ ਕਿਉਂਕਿ ਜਿਹਨਾਂ ਦੇਸ਼ਾਂ ਦੇ ਵਿੱਚ ਔਰਤ ਦੀ ਜਿਹੜੀ ਆ ਉਹ ਆਰਥਿਕਤਾ ਅੱਛੀ ਆ ਔਰਤ ਦਾ ਜਿਹੜਾ ਉਹ ਰਾਜਨੀਤਿਕ ਸਟੇਟਸ ਚੰਗਾ ਵਾ ਔਰਤ ਦੀ ਜਿਹੜੀ ਆ ਉਹ ਮਨੋਵਿਗਿਆਨਕ ਸਥਿਤੀ ਚੰਗੀ ਆ ਉਹਨਾਂ ਦੇਸ਼ਾਂ ਨੇ ਵੀ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਕਿਉਂਕਿ ਔਰਤ 50% ਦੀ ਭਾਗੀਦਾਰੀ ਰੱਖਦੀ ਆ ਰਾਜਨੀਤਿਕ ਸਿਸਟਮ ਦੇ ਵਿੱਚ ਤਾਂ ਭਾਰਤ ਨੇ ਜਿਹੜੀ ਇਹ ਵਰਨ ਵਿਵਸਥਾ ਸੀਗੀ ਜਾਂ ਭਾਰਤ ਦਾ ਜਿਹੜਾ ਸਿਸਟਮ ਸੀਗਾ ਇਹਨੇ ਕਿਸ ਤਰੀਕੇ ਦੇ ਨਾਲ ਔਰਤ ਦਾ ਜਿਹੜੀ ਸ਼ਮੂਲੀਅਤ ਸੀਗੀ ਕਿਉਂਕਿ ਔਰਤ ਨੂੰ ਸਤੀ ਕਰ ਦਿੱਤਾ ਔਰਤ ਨੂੰ ਜਿਹੜਾ ਸੀਗਾ ਉਹ ਪਾਵਿਆਂ ਦੇ ਥੱਲੇ ਰੱਖ ਕੇ ਮਾਰ ਦਿੱਤਾ ਔਰਤ ਦੇ ਲਈ ਇਸ ਤਰ੍ਹਾਂ ਦੇ ਤਰੀਕੇ ਅਪਣਾਏ ਗਏ ਪਿਛਲਾ ਦੌਰ ਇੱਕ ਚੱਲਿਆ ਕਿ ਔਰਤ ਨੂੰ ਕੁੱਖ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਔਰਤ ਦੀ ਸਥਿਤੀ ਦੇ ਰਿਗਾਰਡਿੰਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਭਾਰਤ ਦੇ ਜਿਹੜੇ ਲੋਕ ਆ ਨਾ ਇਹ ਮਾਨਸਿਕ ਤੌਰ ਤੇ ਗੁਲਾਮ ਲੋਕ ਆ ਤੇ ਮਾਨਸਿਕ ਤੌਰ ਤੇ ਇਹ ਬ੍ਰਾਹਮਣ ਦੀ ਗੱਲ ਮੰਨਦੇ ਆ ਇਹ ਨਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕਦੇ ਹਾਂ ਸਰ ਬਾਈਬਲ ਨੂੰ ਪੜ੍ਹਦੇ ਹਾਂ ਕੁਰਾਨ ਨੂੰ ਪੜ੍ਹਦੇ ਹਾਂ ਅਸੀਂ ਇੰਪਲੀਮੈਂਟ ਨਹੀਂ ਕਰਦੇ ਜਿਹੜੀ ਤਿੰਨ ਤਿੰਨ ਚਾਰ ਚਾਰ ਵਿਆਹਾਂ ਦੀ ਗੱਲ ਆਈ ਆ ਇਹ ਇਸਲਾਮ ਇਹ ਜਦੋਂ ਨਾ ਧਰਤੀ ਤੇ ਮਹਾਂਪਰਲੋ ਆਈ ਸੀ ਨੂਹ ਦੇ ਟਾਈਮ ਇੱਕ ਨੂਹ ਪ੍ਰੋਫਿਟ ਹੋਇਆ ਇਤਿਹਾਸ ਦੇ ਵਿੱਚ 4,000 ਸਾਲ ਪਹਿਲਾਂ ਦੀ ਗੱਲ ਆ ਸਾਰੀ ਧਰਤੀ ਤੇ ਪਾਣੀ ਆ ਗਿਆ ਸੀ ਤੇ ਉਹ 8-10 ਬੰਦੇ ਬਚੇ ਸੀ ਸਾਰੇ ਉਦੋਂ ਬਾਅਦ ਜਿਹੜੇ ਸੀ ਇੱਕ ਬੰਦਾ ਦੋ ਦੋ ਚਾਰ ਚਾਰ ਔਰਤਾਂ ਰੱਖ ਕੇ ਔਲਾਦ ਪੈਦਾ ਕਰਦਾ ਸੀ ਇਹਨੂੰ ਬਾਈਬਲ ਦਾ ਓਲਡ ਟੈਸਟਮੈਂਟ ਵੀ ਕਹਿੰਦੇ ਆ ਉਹ ਪੁਰਾਣਾ ਨੇਮ ਕਹਿੰਦੇ ਇਹਨੂੰ ਬਾਈਬਲ ਦਾ ਪੁਰਾਣਾ ਨੇਮ ਜੀਸਸ ਕ੍ਰਾਈਸਟ ਤੋਂ ਪਹਿਲਾਂ ਦਾ ਇਹ ਧਾਰਨਾ ਸੀ ਦੁਨੀਆਂ ਦੇ ਵਿੱਚ ਵੀ ਬੱਚੇ ਵੱਧ ਪੈਦਾ ਕਰੋ ਇੱਕ ਇੱਕ ਬੰਦਾ ਪੰਜ ਪੰਜ ਚਾਰ ਚਾਰ ਔਰਤਾਂ ਰੱਖ ਕੇ ਉਹ ਬੱਚੇ ਵੱਧ ਪੈਦਾ ਕਰਦੇ ਕਿ ਧਰਤੀ ਚ ਇਨਸਾਨ ਪੈਦਾ ਹੋਣ ਕਿਉਂਕਿ ਬਹੁਤ ਨੁਕਸਾਨ ਹੋਇਆ ਸੀ ਦੁਨੀਆਂ ਮਰ ਗਈ ਸੀ ਸਾਰੀ ਤੇ ਜੀਸਸ ਕ੍ਰਾਈਸਟ ਨੇ ਕਿਹਾ ਸੀ ਵੀ ਇੱਕ ਬੰਦਾ ਇੱਕ ਹੀ ਵਿਆਹ ਕਰਾਵੇ ਇਹਨੂੰ ਕਹਿੰਦੇ ਨਿਊ ਟੈਸਟਮੈਂਟ ਨਿਊ ਟੈਸਟਮੈਂਟ ਕਹਿੰਦੇ ਨਵਾਂ ਨੇਮ ਕਹਿੰਦੇ ਆ ਬਾਈਬਲ ਦਾ ਇਹਨੂੰ ਤੇ ਇਸਲਾਮ ਨੇ ਇਹ ਗੱਲ ਮੰਨੀ ਨੀ ਇਸਲਾਮ ਨੇ ਇਹ ਗੱਲ ਮੰਨੀ ਨੀ ਹੈਗੀ ਤੇ ਇੱਥੇ ਇਹੀ ਡਿਫਰੈਂਸ ਹੋਣਾ ਚ ਜੀਸਸ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਮੂਸਾ ਦੀ ਸ਼ਰੀਅਤ ਕਰਕੇ ਜਿਹਨੇ ਮੂਸਾ ਨੇ ਇਜ਼ਰਾਈਲੀਆਂ ਨੂੰ ਮਿਸਰ ਚੋਂ ਕੱਢ ਕੇ ਕਨਾਨ ਦੇਸ਼ ਵਿੱਚ ਲੈ ਗਿਆ ਸੀ ਉਹਨੇ ਸ਼ਰੀਅਤ ਦਿੱਤੀ ਸੀ ਲੋਕਾਂ ਨੂੰ ਵੀ ਆਹ ਲਾ ਐਂਡ ਆਰਡਰ ਹੋਣਾ ਚਾਹੀਦਾ ਪਬਲਿਕ ਵਿੱਚ ਇੱਕ ਦੂਜੇ ਨੂੰ ਪਿਆਰ ਕਰੋ ਸੰਵਿਧਾਨ ਉੱਥੋਂ ਨਿਕਲਿਆ ਮੂਸਾ ਦੀ ਸ਼ਰੀਅਤ ਚੋਂ ਸੰਵਿਧਾਨ ਨਿਕਲਿਆ ਤੇ
ਉਹਨੇ ਇਹ ਗੱਲ ਕਹੀ ਤੇ ਵੀ ਇਹ ਗੱਲ ਯਹੂਦੀਆਂ ਨੇ ਵੀ ਮੰਨੀ, ਯਹੂਦੀ ਮੂਸਾ ਨੂੰ ਮੰਨਦੇ ਉਹਨੂੰ ਟੋਰਾ ਕਹਿੰਦੇ ਆ, ਉਹਦੀ ਸ਼ਰੀਅਤ ਨੂੰ ਟੋਰਾ ਕਹਿੰਦੇ ਆ, ਤੇ ਕਹਿੰਦਾ ਮੰਨ ਲਈ ਤਿੰਨ ਚਾਰ ਜੇ ਜੀਸਸ ਕ੍ਰਾਈਸਟ ਨੇ ਕਿਹਾ ਸੀ ਵੀ ਤੁਸੀਂ ਸਿਰਫ ਸ਼ਰੀਅਤ ਕਰਕੇ ਧਰਮੀ ਆ, ਵੀ ਕਾਨੂੰਨ ਤੋਂ ਡਰਦੇ ਆ ਵੀ ਜੇ ਬੰਦੇ ਨੂੰ ਕਤਲ ਕਰਦੇ ਤੁਹਾਡਾ ਕਤਲ ਹੋਣਾ, ਜੇ ਤੁਸੀਂ ਜਨਾਹ ਕਰਦੇ ਬਲਾਤ ਕਰਦੇ ਤੁਹਾਡਾ ਕਤਲ ਹੋਣਾ, ਤੁਸੀਂ ਕਾਨੂੰਨ ਤੋਂ ਡਰਦੇ ਧਰਮੀ ਆ, ਤੁਸੀਂ ਅੰਦਰੋਂ ਧਰਮੀ ਨਹੀਂ ਹੈਗੇ। ਇਸ ਕਰਕੇ ਸ਼ਰੀਅਤ ਨੂੰ ਕਿਹਾ ਸੀ ਵੀ ਤੁਸੀਂ ਅੰਦਰੋਂ ਕਰੈਕਟਰ ਤੁਹਾਡਾ ਇੱਦਾਂ ਦਾ ਹੋਣਾ ਚਾਹੀਦਾ, ਤੇ ਇੱਕ ਔਰਤ ਨਾਲ ਤੁਸੀਂ ਸ਼ਾਦੀ ਕਰਾਓ, ਇੱਕ ਔਰਤ ਨਾਲ। ਤੇ ਇਹ ਜਾਣ ਕੇ ਜਿਹਨਾਂ ਨੇ ਮੰਨ ਲਈ ਸਾਰੀ ਗੱਲ ਜੀਸਸ ਕ੍ਰਾਈਸਟ ਦੀ, ਅਬਰਾਹਮ ਤੋਂ ਲੈ ਕੇ ਜੀਸਸ ਕ੍ਰਾਈਸਟ, ਉਹਨੇ ਮੰਨ ਲਿਆ ਉਹ ਕ੍ਰਿਸਚਨ ਬਣ ਗਏ, ਤੇ ਇਹ ਇਸਲਾਮ ਬਣ ਗਏ, ਜਿਹੜੇ ਇਕੱਲੇ ਮੂਸਾ ਦੀ ਸ਼ਰੀਅਤ ਨੂੰ ਮੰਨਦੇ ਉਹ ਯਹੂਦੀ ਬਣ ਗਏ, ਹਨਾ। ਤੇ ਇਹ ਇਸ ਤਰੀਕੇ ਨਾਲ ਇਹ ਆਪਾਂ ਹੁਣ ਧਰਮਾਂ ਤੇ ਆਪਾਂ ਅਟੈਕ ਨਹੀਂ ਕਰ ਸਕਦੇ ਕਿਉਂਕਿ ਇਹ ਵੱਡਾ ਮਸਲਾ ਬਣ ਜਾਂਦਾ ਵੀ ਚਾਰ ਵਿਆਹ ਨਾ ਕਰਾਓ, ਤਿੰਨ ਨਾ ਕਰਾਓ, ਹਨਾ। ਨਹੀਂ ਦੇਖੋ, ਜਿਹੜਾ ਭਾਰਤੀ, ਦੇਖੋ ਇੱਕ ਇੱਕ ਇਸਲਾਮ ਕੌਮ ਬਣ ਗਈ, ਇੱਕ ਜਿਹੜੇ ਸੀਗੇ ਮਤਲਬ ਯਹੂਦੀ ਬਣ ਗਏ, ਇੱਕ ਕ੍ਰਿਸਚਨ ਬਣ ਗਏ, ਲੇਕਿਨ ਭਾਰਤੀਆਂ ਦੇ ਇੰਨੇ ਸਾਰੇ ਰੱਬ ਕਿਸ ਤਰ੍ਹਾਂ ਹੋ ਗਏ? ਭਾਰਤੀਆਂ ਨੇ, ਭਾਰਤੀਆਂ ਦਾ ਆਪਣਾ ਕੋਈ ਵਿਧਾਨ, ਆਪਣਾ ਕੋਈ ਸੰਵਿਧਾਨ, ਆਪਣਾ ਕੋਈ ਸਿਧਾਂਤ ਜਿਹੜਾ ਸੀਗਾ, ਉਹ ਧਰਮ ਵਾਲਾ ਜਿਹੜਾ ਸੀਗਾ, ਉਹ ਇਹਨਾਂ ਦੇ ਇੰਨੇ ਸਾਰੇ ਰੱਬ ਹਨਾ, ਉਹ ਰੱਬ ਵੀ ਵੰਡੇ ਗਏ, ਲੋਕ ਵੀ ਵੰਡੇ ਗਏ, ਜਿਹਨਾਂ ਦੇ ਵਜ੍ਹਾ ਕਰਕੇ ਰੱਬ ਦੇ ਵੀ ਵੰਡੀਆਂ ਐਡੀਆਂ ਵੱਡੀਆਂ ਹੋ ਗਈਆਂ, ਲੋਕਾਂ ਦੀਆਂ ਵੀ ਵੰਡੀਆਂ ਇੰਨੀਆਂ ਵੱਡੀਆਂ ਹੋ ਗਈਆਂ। ਵਰਨ ਵਿਵਸਥਾ ਦੇ ਵਿੱਚ ਆਲਰੇਡੀ ਇਹਨਾਂ ਨੂੰ ਧੱਕ ਦਿੱਤਾ ਗਿਆ, ਇਹਨਾਂ ਦਾ ਆਪਣਾ ਕੋਈ ਹਜੇ ਤੱਕ ਰਾਜਨੀਤਿਕ ਸਿਸਟਮ ਭਾਰਤੀਆਂ ਦਾ ਵਿਵਸਥਿਤ ਨਹੀਂ ਹੋ ਪਾ ਰਿਹਾ। ਤਾਂ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਰਤ ਕੀ ਅਜੇ ਤੱਕ ਸਦੀਆਂ ਤੱਕ ਹੋਰ ਵੀ ਵੰਡਿਆ ਚੱਲਿਆ ਜਾਊਗਾ? ਦੇਖੋ, ਜਿਹੜੇ ਮੁਸਲਮਾਨ ਆ ਉਹ ਕੁਰਾਨ ਤੇ ਪਹਿਰਾ ਨਹੀਂ ਦਿੰਦੇ, ਇਹ ਗੱਲ ਨੋਟ ਕਰ ਲਿਓ। ਉਹਨਾਂ ਦੇ ਅੰਦਰ ਵੀ ਜਾਤ ਪਾਤ ਰੱਜ ਕੇ ਆ, ਉਹ ਰੱਬ ਦਾ ਨਾਂ ਹੀ ਉਹਨੇ ਅੱਲਾ ਰੱਖ ਲਿਆ, ਉਹਨੇ ਰੱਬ ਦਾ ਨਾਂ ਅੱਲਾ ਰੱਖ ਲਿਆ। ਸਿੱਖਾਂ ਨੇ ਰੱਬ ਦਾ ਨਾਂ ਅਕਾਲ ਪੁਰਖ ਰੱਖ ਲਿਆ, ਵਾਹਿਗੁਰੂ ਰੱਖ ਲਿਆ, ਹਨਾ। ਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਗੱਲ ਨਹੀਂ ਮੰਨਦੇ, ਅਸੀਂ ਜਾਤ ਪਾਤ ਊਚ ਨੀਚ ਸਾਰੀ ਮੰਨਦੇ ਹਾਂ। ਤੇ ਕ੍ਰਿਸਚਨ ਜਿਹੜੇ ਆ ਉਹ ਗੋਡ ਵੀ ਕਹਿੰਦੇ ਆ, ਉਹ ਯਹੋਵਾ ਵੀ ਕਹਿੰਦੇ ਆ, ਯਹੋਵਾ ਮਤਲਬ ਵੀ ਵਾਹਿਗੁਰੂ, ਯਹੋਵਾ ਦਾ ਮਤਲਬ ਵਾਹੇ, ਵਾਹੇ ਦਾ ਮਤਲਬ ਵਾਹਿਗੁਰੂ, ਗੋਡ, ਯਹੋਵਾ ਦਾ ਮਤਲਬ ਗੋਡ ਹੁੰਦਾ। ਤੇ ਕ੍ਰਿਸਚਨਿਟੀ ਜਿਹੜੀ ਦੁਨੀਆਂ ਤੇ ਆ ਇਹ ਇਹ ਪਹਿਰਾ ਦਿੰਦੀ ਆ ਸਿਧਾਂਤ ਤੇ। ਹੁਣ ਤੁਸੀਂ ਕਹਿਣਾ ਕਿੱਦਾਂ, ਇਹ ਜਿਹੜੇ ਯੂਰੋਪੀਅਨ ਕੰਟਰੀ ਆ, ਅਮੈਰੀਕਾ, ਕੈਨੇਡਾ ਆ, ਇਹਨਾਂ ਦੇ ਸੰਵਿਧਾਨ ਜਿਹੜੇ ਆ ਬਾਈਬਲ ਦੇ ਆਧਾਰਿਤ ਆ, ਔਰ ਇਹ ਉਹ ਸੰਵਿਧਾਨ ਨੂੰ ਮੰਨਦੇ ਆ, ਇਸੇ ਕਰਕੇ ਸਾਰੀ ਦੁਨੀਆਂ ਨੂੰ ਪਿਆਰ ਕਰਦੇ ਆ। ਇਹ ਕਹਿੰਦੇ ਗੁਰਦੁਆਰਾ ਬਣਾਓ ਸਾਡੇ ਇੱਥੇ ਆ ਕੇ, ਸਾਡੇ ਮਸਜਿਦ ਬਣਾਓ, ਜੋ ਮਰਜ਼ੀ ਬਣਾਓ, ਇਹ ਤੁਹਾਨੂੰ ਜੋਬਾਂ ਦਿੰਦੇ ਆ, ਤੁਹਾਡੀ ਹੈਲਪ ਕਰਦੇ ਆ। ਕ੍ਰਿਸਚੈਨਿਟੀ ਬਾਈਬਲ ਤੇ ਸਿਧਾਂਤ ਤੇ ਪਹਿਰਾ ਦਿੰਦੀ ਆ, ਤੇ ਜੋ ਮੁਸਲਮਾਨ ਆ ਜਾਂ ਸਿੱਖ ਆ ਤੇ ਹਿੰਦੂ ਦਾ ਕੋਈ ਧਰਮ ਹੀ ਨਹੀਂ, ਇਹ ਗੁਲਾਮ ਇਸ ਕਰਕੇ ਆ, ਇਹ ਲੇਬਰ ਕਲਾਸ ਇਸ ਕਰਕੇ ਆ ਕਿ ਇਹ ਗੁਰੂ ਜੋ ਅਕਾਲ ਪੁਰਖ ਦਾ ਸਿਧਾਂਤ ਹੈ ਨਾ ਜਿਹੜਾ, ਉਹ ਤੇ ਪਹਿਰਾ ਨਹੀਂ ਦਿੰਦੇ। ਸਿਧਾਂਤ ਇੱਕੋ ਹੀ ਆ, ਸਿਧਾਂਤ ਦੋ ਨਹੀਂ, ਜਿਹੜਾ ਬਾਈਬਲ ਦਾ ਸਿਧਾਂਤ ਆ ਉਹੀ ਗੁਰੂ ਗ੍ਰੰਥ ਸਾਹਿਬ ਵਿੱਚ ਆ, ਉਹੀ ਕੁਰਾਨ 'ਚ ਹੈ, ਜਿਹੜੀ ਕੁਰਾਨ ਆ ਉਹ ਓਲਡ ਪਾਰਟ ਆਫ ਬਾਈਬਲ ਆ। ਇਹ ਗੱਲ ਨੋਟ ਕਰ ਲਿਓ, ਅਬਰਾਹਮ ਜਿਹੜਾ ਉਹ ਮੁਸਲਮਾਨਾਂ ਦਾ ਪ੍ਰੋਫਿਟ ਆ ਤੇ ਉਹੀ ਕ੍ਰਿਸਚਨਾਂ ਦਾ ਪ੍ਰੋਫਿਟ ਆ। ਅਬਰਾਹਮ ਦੀ ਜਿਹੜੀ ਔਲਾਦ ਹਾਜਰਾ ਤੋਂ ਸੀ, ਇਸਮਾਇਲ, ਉੱਥੋਂ ਇਸਲਾਮ ਬਣ ਗਿਆ, ਤੇ ਜਿਹੜੀ ਸੈਰਾ ਸੀ ਉਹ ਅਬਰਾਹਮ ਦੀ ਅਸਲੀ ਵਾਈਫ ਸੀ, ਤੇ ਜਿਹੜਾ ਉਹਦਾ ਪੁੱਤ ਇਸਾਕ ਹੋਇਆ ਉੱਥੋਂ ਉਹ ਜੀਸਸ ਕ੍ਰਾਈਸਟ ਦਾ ਬਲੱਡ ਰਿਲੇਸ਼ਨ ਚੱਲ ਪਈ, ਉਹ ਕ੍ਰਿਸਚੈਨਿਟੀ ਬਣ ਗਈ। ਸਿਧਾਂਤ ਇੱਕੋ ਹੀ ਆ, ਗੋਡ ਇੱਕੋ ਹੀ ਆ, ਪਰ ਇਹਨਾਂ ਨੇ ਮਨ ਮਰਜ਼ੀਆਂ ਕਰਕੇ ਜਿਹੜੇ ਲੋਕ ਆ ਉਹਨਾਂ ਨੇ ਜਾਣੀ ਕਿ ਇਹ ਸਿਸਟਮ ਚਲਾ ਲਿਆ, ਤੇ ਉਹ ਸਿਸਟਮ ਵਿੱਚ ਫਸੇ ਹੋਇਆ, ਰੱਬ ਵੀ ਵੰਡ ਲਿਆ ਇਹਨਾਂ ਨੇ, ਰੱਬ ਵੀ ਇੱਕੋ ਹੀ, ਰੱਬ ਵੀ ਦੋ ਨੇ। ਜਿਹੜੀ ਚੀਜ਼ ਵੇਖਣ ਨੂੰ ਮਿਲਦੀ ਆ ਕਿ ਜਿਹੜੀ ਕੱਟੜਤਾ ਵਾ ਉਹ ਮੁਸਲਿਮਸ ਦੇ ਵਿੱਚ ਵੀ ਬਹੁਤ ਜ਼ਿਆਦਾ ਵਾ, ਉਹ ਸਿੱਖਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਾ, ਇਹਨਾਂ ਜਿਹੜੇ ਇਹ ਦੋ ਜਿਹੜੇ ਤਬਕੇ ਨੇ ਇਹਨਾਂ ਦੇ ਵਿੱਚ ਜਿਹੜੀ ਕੱਟੜਤਾ ਬਹੁਤ ਜ਼ਿਆਦਾ ਵਾ। ਜਦਕਿ ਜਦੋਂ ਆਪਾਂ ਕ੍ਰਿਸਚੈਨਿਟੀ ਦੀ ਗੱਲ ਕਰਦੇ ਹਾਂ, ਉਹ ਇੱਕ ਕੁਦਰਤ ਦੇ ਵੱਲੋਂ ਥਾਪੀ ਹੋਈ ਜਿਹੜੀ ਇੱਕ ਮਨੁੱਖਤਾ ਵਾ, ਔਰਤ ਦੇ ਮਰਦ ਦੇ ਬਰਾਬਰਤਾ ਦੀ ਗੱਲ ਕਰਦੇ ਆ, ਉਹਦੇ ਹੋਂਦ ਦੀ, ਉਹਦੀ ਐਗਜ਼ਿਸਟੈਂਸ ਨੂੰ ਚੰਗੇ ਤਰੀਕੇ ਦੇ ਨਾਲ ਇਸ ਦੁਨੀਆਂ ਦੇ ਵਿੱਚ ਪੇਸ਼ ਕਰਨ ਦੀ ਗੱਲ ਕਰਦੇ ਆ, ਜਦਕਿ ਕ੍ਰਿਸਚੈਨਿਟੀ ਦੇ ਵਿੱਚ ਇੰਨੀ ਕੱਟੜਤਾ ਨਹੀਂ ਵੇਖੀ ਜਾਂਦੀ ਜਿਹੜੀ ਕਿ ਇਹਨਾਂ ਦੋਨਾਂ ਧਰਮਾਂ ਦੇ ਵਿੱਚ ਵੇਖੀ ਜਾਂਦੀ ਆ। ਤਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ ਕਿ ਜੇ ਇਹ ਕੱਟੜਤਾ ਦੇ ਸਿਰ ਤੇ ਹੀ ਰਹਿੰਦੇ ਆ ਤਾਂ ਮਨੁੱਖਤਾ ਇਹਨਾਂ ਦੀ ਕਿੱਥੇ ਗਵਾਚ ਜਾਂਦੀ ਆ? ਸ਼ਾਇਦ ਇਸੇ ਵਜ੍ਹਾ ਕਰਕੇ ਇੱਥੇ ਤੱਕ ਪਹੁੰਚੇ ਹੋਏ ਨੇ। ਦੇਖੋ, ਪਹਿਲੀ ਗੱਲ ਤਾਂ ਇਨਸਾਨ ਜਦੋਂ ਨਾ, ਪਹਿਲਾਂ ਭਾਰਤ ਦੇ ਲੋਕ ਆ, ਅਸੀਂ ਜਾਤੀ ਤੌਰ ਤੇ ਵੀ ਇੱਕ ਦੂਜੇ ਨਾਲ ਬਹੁਤ ਨਫ਼ਰਤ ਕਰਦੇ ਹਾਂ, ਫਿਰ ਜਦੋਂ ਧਰਮ ਆ ਮੁਸਲਮਾਨ ਆ, ਆ ਸਿੱਖ ਆ, ਆ ਬੋਧੀ ਆ, ਈਸਾਈ ਆ, ਆ ਫਲਾਨਾ ਆ, ਅਸੀਂ ਉਹਦੇ ਆਧਾਰ ਤੇ ਵੀ ਨਫ਼ਰਤ ਕਰਦੇ। ਹੁਣ ਧਰਮ ਅਪਣਾ ਕੇ ਤਾਂ ਆਪਾਂ ਨੂੰ ਪਿਆਰ ਵਧਾਉਣਾ ਚਾਹੀਦਾ ਸੀ, ਜਿਹੜਾ ਧਰਮ ਆ
ਧਰਮ ਦਾ ਮਤਲਬ ਫਰਜ਼, ਫਰਜ਼ ਦਾ ਮਤਲਬ ਡਿਊਟੀ ਟਵਰਡਸ ਹਿਊਮਨ ਰਾਈਟ, ਰਾਈਟ। ਉਹ ਤਾਂ ਆਪਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਫਰਜ਼ ਬਣਾ ਕੇ ਪਿਆਰ ਵਧਾਉਣਾ ਚਾਹੀਦਾ ਸੀ। ਕ੍ਰਿਸਚੈਨਿਟੀ ਨੇ ਸਕੂਲ ਕਾਲਜ ਖੋਲੇ, ਹਸਪਤਾਲ ਖੋਲੇ ਸਾਰੇ ਕੰਟਰੀਆਂ ਵਿੱਚ ਆ ਕੇ, ਔਰ ਅਸੀਂ ਭੱਜ ਭੱਜ ਕੇ ਕ੍ਰਿਸਚੀਅਨ ਕੰਟਰੀਆਂ ਨੂੰ ਜਾ ਰਹੇ ਹਾਂ, ਸਾਨੂੰ ਬਰਾਬਰਤਾ ਦਾ ਅਧਿਕਾਰ ਦਿੰਦੇ ਆ। ਮੁਸਲਮਾਨ ਕੰਟਰੀ ਚਲੇ ਜਾਓ, ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਦਿੰਦੇ ਹੋ। ਮੁਸਲਮਾਨ ਕੰਟਰੀ ਚਲ ਜਾਓ, ਤੁਹਾਡਾ ਦੂਜੇ ਦਰਜੇ ਦਾ ਉਹ ਵਿਹਾਰ ਕਰਦੇ ਆ। ਤੇ ਭਾਰਤ ਵਿੱਚ ਤਾਂ ਤੁਹਾਨੂੰ ਪਤਾ ਸੀ ਇੱਕ ਦੂਜੇ ਨਾਲ ਵਿਹਾਰ ਨਹੀਂ ਚੰਗਾ ਕਰਦੇ। ਅਗਰ ਕ੍ਰਿਸਚੀਅਨ ਕੰਟਰੀਆਂ ਵਿੱਚ ਜਾਂਦੇ ਹਾਂ, ਅਸੀਂ ਕਹਿੰਦੇ ਬੈਨੀਫਿਟ ਬੜੇ ਆ, ਕਿਉਂਕਿ ਉਹ ਤੁਹਾਨੂੰ ਬਰਾਬਰਤਾ ਦਿੰਦੇ ਆ, ਇਕੁਐਲਿਟੀ ਫਰੀਡਮ ਐਂਡ ਜਸਟਿਸ ਆ ਉੱਥੇ। ਮੈਂ ਐਜੂਕੇਸ਼ਨ ਦੀ ਤੁਸੀਂ ਗੱਲ ਤੋਰੀ ਆ, ਦੇਖੋ ਹੁਣ ਜਿਹੜਾ ਐਜੂਕੇਸ਼ਨ ਸਿਸਟਮ ਸੀ, ਆਪਾਂ ਫਿਰ ਵਾਪਸੀ ਆਪਣੀ ਸ਼ੁਧਰ ਟੂ ਖਾਲਸਾ ਦੇ ਵੱਲ ਆਉਂਦੇ ਹਾਂ ਕਿ ਉਦੋਂ ਉਹਨਾਂ ਨੇ ਐਜੂਕੇਸ਼ਨ ਸਿਸਟਮ ਜਿਹੜਾ ਸੀ ਡਿਮੋਲਿਸ਼ ਕੀਤਾ, ਹੈਨਾ। ਇਹਨਾਂ ਨੂੰ ਅਧਿਕਾਰ ਨਹੀਂ ਦਿੱਤੇ ਕਿ ਤੁਸੀਂ ਸਿੱਖਿਆ ਲੈ ਸਕਦੇ ਹੋ। ਸੇਮ ਹੁਣ ਇਸ ਸਮੇਂ ਕੀ ਹੋ ਰਿਹਾ ਵਾ ਭਾਰਤ ਦੇ ਵਿੱਚ ਵੀ, ਜਾਂ ਅਸੀਂ ਪਾਕਿਸਤਾਨ ਦੇ ਵਿੱਚ ਵੀ ਗੱਲ ਕਰਦੇ ਹਾਂ, ਜਾਂ ਅਸੀਂ ਹੋਰ ਵੀ ਜਿਹੜੇ ਮੁਸਲਿਮ ਕੰਟਰੀਜ਼ ਦੇ ਵਿੱਚ ਗੱਲ ਕਰਦੇ ਹਾਂ, ਬਟ ਸਭ ਤੋਂ ਜਿਹੜੀ ਸਥਿਤੀ ਆ ਉਹ ਭਾਰਤ ਦੀ ਜੇਕਰ ਗੱਲ ਕਰਦੇ ਹਾਂ, ਤਾਂ ਇੱਥੋਂ ਦੀ ਜਿਹੜੀ ਐਜੂਕੇਸ਼ਨ ਦੀ ਵਿਵਸਥਾ ਵਾ ਉਹ ਕਿਸ ਜਗ੍ਹਾ ਦੇ ਉੱਤੇ ਪਹੁੰਚ ਗਈ ਹੋਈ ਆ ਕਿ ਲੋਕਾਂ ਦੇ ਵਿੱਚੋਂ ਜਿਹੜੇ ਆ ਸਾਡੇ ਮੋਸਟਲੀ ਬੱਚੇ ਜਿਹੜੇ ਨੇ ਉਹ ਐਜੂਕੇਸ਼ਨ ਦੇ ਕਰਕੇ ਹੀ ਵਿਦੇਸ਼ਾਂ ਨੂੰ ਭੱਜਦੇ ਪਏ ਆ। ਸਾਡਾ ਐਜੂਕੇਸ਼ਨ ਦਾ ਸਿਸਟਮ ਅੱਜ ਕਿੱਥੇ ਖਲੋ ਗਿਆ? ਤੁਸੀਂ ਦੇਖੋ ਇਹਨਾਂ ਨੇ 340 ਸੈਕਟਰੇਟ ਦੀਆਂ ਜੋਬਾਂ ਜਿਹੜੀ IAS IPS ਆਫੀਸਰ ਕਰਦੇ ਆ ਨਾ, 340 ਬੰਦੇ ਜਿਹੜੇ ਨੇ IAS ਨਹੀਂ ਕੀਤੀ ਮੋਦੀ ਦੇ ਸਮੇਂ ਤੇ, ਉਹ ਜੋਬਾਂ ਕਰਦੇ 340 ਬੰਦੇ। ਇਹਨੇ IAS ਨੂੰ ਵੀ ਥੱਲੇ ਖੂਹ ਛੱਡ ਦਿੱਤਾ। ਇਹ ਸਿਸਟਮ ਔਰ ਸਾਰੀ ਜਿਹੜੀ ਆ ਜਸਟਿਸ ਸਿਸਟਮ ਆ ਉਹ ਤੇ ਕੁੰਡਾ ਇਹਨਾਂ ਦਾ। ਜਸਟਿਸ ਸਿਸਟਮ ਆਜ਼ਾਦ ਹੁੰਦਾ, ਬਿਊਰੋਕ੍ਰੈਸੀ ਤੇ ਇਹਨਾਂ ਦਾ ਕਬਜ਼ਾ, ਮਿਲਟਰੀ ਤੇ ਏਅਰਫੋਰਸ ਤੇ ਇਹਨਾਂ ਦਾ ਕਬਜ਼ਾ। ਕਹਿੰਦਾ ਮਤਲਬ ਭਾਰਤ ਦੇ ਜਿਹੜੇ ਲੋਕ ਆ 100% ਗੁਲਾਮ ਹੋ ਚੁੱਕੇ ਆ, ਔਰ ਤਾਂ ਸਦੀਆਂ ਤੋਂ ਗੁਲਾਮ ਆ। ਐਜੂਕੇਸ਼ਨ ਤਾਂ ਤੁਹਾਡੇ ਹੈ ਹੀ ਕੱਖ ਨਹੀਂ। ਜਿਹੜੀ ਐਜੂਕੇਸ਼ਨ ਆ ਜਿਹੜੀ ਤੁਹਾਡੀ ਪੜ੍ਹਾਇਆ ਜਾਂਦਾ, ਤੁਹਾਡੇ ਇਤਿਹਾਸ ਦੇ ਉਲਟ ਪੜ੍ਹਾਇਆ ਜਾਂਦਾ। ਦੁਸਹਿਰਾ, ਦੀਵਾਲੀਆਂ, ਲੋਹੜੀਆਂ, ਤੁਹਾਡੀਆਂ ਹਾਰਾਂ ਦੇ ਤਿਉਹਾਰ ਬ੍ਰਾਹਮਣ ਨੂੰ ਮਨਾਉਣੇ ਚਾਹੀਦੇ ਆ, ਪਰ ਉੱਥੇ ਸ਼ੂਦਰ ਜਾ ਕੇ ਭੰਗੜੇ ਪਾਉਂਦਾ। ਦੀਵਾਲੀ ਵਿਆਹ ਤੋਂ ਸਭ ਤੋਂ ਵੱਧ ਸ਼ੂਦਰ ਮਨਾਉਂਦਾ, ਲੋਹੜੀਆਂ ਸ਼ੂਦਰ ਮਨਾਉਂਦਾ। ਬਿਲਕੁਲ, 85% ਜਿਹੜਾ ਸ਼ੂਦਰ ਆ, ਹਨਾ, 85% ਆਪਣੀਆਂ ਹਾਰਾਂ ਦੇ ਜਸ਼ਨ ਮਨਾਉਂਦਾ। ਲੋਕਾਂ ਨੂੰ ਜਿਹੜੇ ਵਾ, ਦੇਖੋ ਭਾਰਤ ਦੀ ਜਿਹੜੀ ਵਿਵਸਥਾ ਵਾ ਉਹਨੂੰ ਜਿਹੜਾ ਵਾ ਇਹ 85% ਜਿਹੜਾ ਅਸੀਂ ਕਹਿੰਦੇ ਹਾਂ ਕਿ ਇੱਕ ਜਨਰਲ ਕਾਸਟ ਦੇ ਜਿਹੜੇ ਉਹ ਇੱਕ ਦੋ ਤਬਕੇ ਛੱਡ ਕੇ ਉਸ ਤੋਂ ਬਾਅਦ ਜਿਹੜਾ ਬਾਕੀ ਸਾਰੀ ਵਿਵਸਥਾ ਵਾ ਉਹ ਗੁਲਾਮੀ ਦੀ ਵਿਵਸਥਾ ਦੇ ਵਿੱਚ ਗੁਜ਼ਰਦੀ ਪਈ ਆ, ਜਿਹਨਾਂ ਨੂੰ ਅਹਿਸਾਸ ਹੀ ਨਹੀਂ ਆ ਕਿ ਅਸੀਂ ਗੁਲਾਮ ਸ਼ੂਦਰਾ ਟੂ ਖਾਲਸਾ ਮੂਵੀ ਸੁਣ ਕੇ ਨਾ ਕਈ ਬੰਦੇ ਕਹਿੰਦੇ ਆ, ਕਹਿੰਦੇ ਯਾਰ ਤੁਸੀਂ ਵੀ ਸਾਨੂੰ ਸ਼ੂਦਰ ਬਣਾਏ ਦਿੱਤਾ। ਮੈਂ ਕਿਹਾ ਜਦੋਂ ਤੁਸੀਂ ਜਾਤ ਪਾਤ ਚ ਵਿਸ਼ਵਾਸ ਕਰਦੇ ਆ ਉਦੋਂ ਨੀ ਤੁਸੀਂ ਆਪਣੇ ਆਪ ਨੂੰ ਸ਼ੂਦਰ ਸਮਝਦੇ? ਅਸੀਂ ਤਾਂ ਫਿਲਮ ਚ ਇਹ ਦੱਸਿਆ, ਸ਼ੂਦਰਾਂ ਚੋਂ ਬਣਿਆ, ਗੁਲਾਮਾਂ ਚੋਂ ਆਜ਼ਾਦ ਕੀਤੇ ਗੁਰੂ ਸਾਹਿਬਾਨ ਨੇ, ਹਨਾ, ਗੁਲਾਮਾਂ ਚੋਂ ਆਜ਼ਾਦ ਕੀਤੇ ਆ। ਇਹ ਹਿੰਦੂਆਂ ਚੋਂ ਨੀ ਬਣੇ ਸਿੱਖ, ਇਹ ਗੁਲਾਮਗਿਰੀ ਨੂੰ ਤੋੜਨ ਦੇ ਲਈ ਸਿੱਖ ਬਣਿਆ। ਵੀ ਹੁਣ ਕੀ ਪੰਜਾਬ ਵਿੱਚ ਹੀ ਆ ਗੁਲਾਮ ਸ਼ੂਦਰ? ਉਹ ਤਾਂ ਭਾਰਤ ਦੇ ਵਿੱਚ ਆ ਸ਼ੂਦਰ, ਉਹਨਾਂ ਕੋਲ ਪਹੁੰਚ ਕਰੋ। ਵੀ ਭਾਈ ਆ 35 ਮਹਾਂਪੁਰਸ਼ ਆ ਭਾਰਤ ਦੇ ਕੋਨੇ ਕੋਨੇ ਚੋਂ, ਇਹਨਾਂ ਨੇ ਬੇਗਮਪੁਰਾ ਖਾਲਸਾ ਖਾਲਿਸਤਾਨ ਲਈ ਕੁਰਬਾਨੀਆਂ ਦਿੱਤੀਆਂ, ਆਓ ਆਪਾਂ ਇਕੱਠੇ ਤੁਰੀਏ। ਇੱਧਰ ਨੂੰ ਨੀ ਤੁਰਨਾ ਕਹਿੰਦੇ ਜੀ। ਵਾਪਸੀ ਆਪਾਂ ਆਉਂਦੇ ਹਾਂ, ਵਾਪਸੀ ਆਪਾਂ ਆਉਂਦੇ ਹਾਂ ਕਿ ਇਸ ਸਮੇਂ ਸਿੱਖ ਧਰਮ ਦੀ ਸਭ ਤੋਂ ਵੱਡੀ ਸੰਸਥਾ ਜਿਹੜੀ ਆ ਉਹ ਵੱਖਰੇ ਵੱਖਰੇ ਥਾਵਾਂ ਦੇ ਉੱਤੇ, ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਆ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਵਿੱਚ ਆ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਸਿੱਖੀ ਦੇ ਪ੍ਰਚਾਰ ਦੇ ਲਈ ਇਹ ਪ੍ਰਬੰਧਕ ਕਮੇਟੀਆਂ ਬਣਾਈਆਂ ਗਈਆਂ ਨੇ। ਕੀ ਇਹ ਜਿਹੜਾ 85% ਇਨਸਾਨ ਇਹਨਾਂ ਥਾਵਾਂ ਦੇ ਉੱਤੇ ਜਾ ਰਿਹਾ ਵਾ, ਸਿਰਫ ਉਹ ਮਹਿਜ਼ ਜਿਹੜਾ ਵਾ ਉਹ ਗੁਰੂ ਨੂੰ ਭੇਟ ਕਰਦੇ ਨੇ ਜਿਹੜਾ ਪੈਸਾ, ਜਾਂ ਵੱਡੇ ਵੱਡੇ ਜਿਹੜੇ ਚਿੱਟੇ ਹਾਥੀ ਜਿਹੜੇ ਚਿੱਟੇ ਮਹਿਲ ਉਸਾਰੇ ਜਾ ਰਹੇ ਨੇ, ਸੋਰੀ ਮੈਂ ਇਹ ਗੱਲ ਵਿੱਚ ਕੀਤੀ ਆ, ਜਿਹੜੇ ਚਿੱਟੇ ਮਹਿਲ ਉਸਾਰੇ ਜਾ ਰਹੇ ਨੇ, ਇਮਾਰਤਾਂ ਨੇ ਜਿਹੜਾ ਉਹ ਲੋਕਾਂ ਨੂੰ ਕੁਛ ਦੇਣਾ ਵਾ, ਕਿ ਜਾਂ ਜਿਹੜਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਨੇ ਉਹਨਾਂ ਨੇ ਕੁਛ ਦੇਣਾ ਵਾ? ਦੇਖੋ ਜੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੁੰਦਾ, ਇਹਨਾਂ ਨੇ ਯੂਨੀਵਰਸਿਟੀਆਂ ਖੋਲਣੀਆਂ ਸੀ, ਇਹਨਾਂ ਨੇ ਹਸਪਤਾਲ ਖੋਲਣੇ ਸੀ, ਰਾਈਟ, ਇਹਨਾਂ ਨੇ ਵੱਡੇ ਵੱਡੇ ਪਬਲਿਕ ਵੈਲਫੇਅਰ ਜਿਹੜੇ ਅਦਾਰੇ ਖੋਲਣੇ ਸੀ, ਤਾਂ ਕਿ ਪਬਲਿਕ ਐਜੂਕੇਟ ਹੁੰਦੀ, ਐਜੂਕੇਟ ਹੋ ਕੇ ਭਾਰਤ ਦੇ ਤਖ਼ਤ ਤੇ ਕਬਜ਼ਾ ਕਰਦੀ। ਦੇਖੋ ਜਿਹੜੀ ਵਿਵਸਥਾ ਵਾ ਕਿ ਇੱਥੋਂ ਲੋਕ ਜਾ ਰਹੇ ਨੇ, ਉੱਥੇ ਉਹਨਾਂ ਨੇ ਯਹੂਦੀਆਂ ਨੇ ਕ੍ਰਿਸਚੀਅਨਸ ਨੇ ਸਕੂਲ ਖੋਲੇ, ਲੇਕਿਨ ਇਹ ਅੱਜ ਉੱਥੇ ਜਾ ਕੇ ਵੀ ਮੰਦਿਰ ਖੋਲ ਰਹੇ ਨੇ, ਅੱਜ ਵੀ ਉੱਥੇ ਜਾ ਕੇ ਗੁਰਦੁਆਰੇ ਖੋਲ ਰਹੇ ਨੇ।
ਜਦਕਿ ਇੱਥੋਂ ਲੈਣ ਐਜੂਕੇਸ਼ਨ ਜਾ ਰਹੇ ਨੇ ਤਾਂ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਹਜੇ ਵੀ ਭਾਰਤ ਦੀ ਗੁਲਾਮੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਰਤ ਅੱਜ ਵੀ ਜਿਹੜਾ ਵਾ ਉਹ ਕ੍ਰਿਸਚੀਅਨਸ ਜਿਹੜੇ ਜਿਨ੍ਹਾਂ ਲੋਕਾਂ ਨੇ ਬਰਾਬਰਤਾ ਦਾ ਅਧਿਕਾਰ ਦਿੱਤਾ, ਜਿਨ੍ਹਾਂ ਨੇ ਕਿਸੇ ਦੀ ਵੀ ਜਾਤ ਨਹੀਂ ਦੇਖੀ, ਜਿਨ੍ਹਾਂ ਨੇ ਕਿਸੇ ਦੀ ਵੀ ਵਰਨ ਨਹੀਂ ਵੇਖਿਆ, ਜਿਨ੍ਹਾਂ ਨੇ ਕਿਸੇ ਦੀ ਵੀ ਵਿਵਸਥਾ ਨਹੀਂ ਦੇਖੀ ਵੀ ਤੂੰ ਕਾਲਾ ਵਾਂ ਜਾਂ ਗੋਰਾ ਵਾਂ ਜਾਂ ਕਿਸ ਤਰ੍ਹਾਂ ਦਾ ਵਾ, ਉਹਨੇ ਉੱਥੇ ਜਾ ਕੇ ਉਹਨੂੰ ਬਰਾਬਰ ਦੀ ਇਕੁਐਲਿਟੀ, ਬਰਾਬਰ ਦੀ ਐਜੂਕੇਸ਼ਨ ਦਿੱਤੀ। ਔਰ ਬੜੇ ਸਾਰੇ ਜਿਹੜੇ ਸਾਡੇ ਭਾਰਤੀ, ਬੜੇ ਸਾਰੇ ਜਿਹੜੇ ਭਾਰਤੀ, ਮੈਂ ਉਹ ਗੱਲ ਤੇ ਆਉਣ ਲੱਗੀ ਹਾਂ, ਬਾਈਡਨ ਪ੍ਰਸ਼ਾਸਨ ਨੇ ਬਹੁਤ ਸਾਰੇ ਭਾਰਤੀਆਂ ਨੂੰ ਆਪਣੇ ਜਿਹੜੇ ਜਿਹੜੀ ਉਹਨਾਂ ਦੇ ਬਿਊਰੋਕਰੇਟਸ ਨੇ ਉਹਨਾਂ ਦੇ ਵਿੱਚ ਜਗ੍ਹਾ ਦਿੱਤੀ, ਉਹਨਾਂ ਦੇ ਜਿਹੜਾ ਰਾਜਨੀਤਿਕ ਸਿਸਟਮ ਆ ਉਸ ਨੂੰ ਚਲਾਉਣ ਦੇ ਲਈ ਉਹਨਾਂ ਨੂੰ ਪਹਿਲੀਆਂ ਅਹੁਦਿਆਂ ਦੇ ਉੱਤੇ ਰੱਖਿਆ। ਜੇਕਰ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਵੀ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨੇ ਆਪਣਾ ਇੱਕ ਸਿੱਖ ਜਿਹੜਾ ਵਾ ਉਹਨੇ ਆਪਣੀ ਸਾਰੀ ਸੈਨਾ ਦੇ ਵਿੱਚ ਉਹਦਾ ਹੈੱਡ ਰੱਖਿਆ ਹੋਇਆ ਵਾ ਕਿ ਮੇਰੀ ਜਿਹੜੀ ਆ ਉਹ ਮਤਲਬ ਉਹ ਭਾਰਤੀਆਂ ਨੂੰ ਇੱਕ ਬੜਾ ਵਧੀਆ ਜੰਗਜੂ ਬੰਦਾ ਮੰਨਦੇ ਆ। ਤਾਂ ਕਿਉਂ ਭਾਰਤ ਦੇ ਵਿੱਚ ਇਹੀ ਭਾਰਤੀ ਜਿਹੜੇ ਨੇ ਜਾਂ ਇਹੀ ਸਿੱਖ ਜਾਂ ਇਹ ਜਿਹੜੀ ਵਿਵਸਥਾ ਵਾਲੇ ਲੋਕ ਨੇ ਉਹ ਇਸ ਤਰ੍ਹਾਂ ਦੀ ਵਿਵਸਥਾ ਤੇ ਪਹੁੰਚ ਚੁੱਕੇ ਹੋਏ ਨੇ ਕਿ ਰੋਜ਼ ਦਿਹਾੜੀ ਕੁੱਟ, ਰੋਜ਼ ਦਿਹਾੜੀ ਧਰਨੇ, ਰੋਜ਼ ਦਿਹਾੜੀ ਸਾਰਾ ਕੁਛ? ਆਖਿਰ ਮਨੋਵਿਗਿਆਨ ਜਿਹੜਾ ਵਾ ਉਹ ਕਿੱਥੇ ਖਲੋਤਾ ਵਾ? ਦੇਖੋ ਸਿਧਾਂਤ ਨਾਲ ਜਦੋਂ ਖਿਲਵਾੜ ਕਰਦੇ ਆ, ਹੁਣ ਦੇਖੋ ਪਸ਼ੂ ਆ ਨਾ, ਮੈਂ ਇੱਕ ਐਗਜ਼ਾਮਪਲ ਦਿੰਦਾ, ਪਸ਼ੂ ਆ, ਪਸ਼ੂ ਨੂੰ ਤੁਸੀਂ ਖਿੱਚ ਕੇ ਪਾਣੀ ਪਿਲਾਉਂਦੇ ਆ, ਹਨਾ, ਪਸ਼ੂ ਪਾਣੀ ਵਿੱਚ ਗੋਹਾ ਕਰ ਦੇਵੇ। ਇਹ ਜਿਹੜੇ ਅਸੀਂ ਲੋਕ ਆ, ਸਿਧਾਂਤ ਇੱਕ ਪਾਣੀ ਆ, ਸਾਨੂੰ ਅਗਰ ਪੀ ਲਈਏ ਸਾਡਾ ਜਿਹੜਾ ਅੰਦਰ ਸਾਫ਼ ਹੋ ਜਾਣਾ ਔਰ ਅਸੀਂ ਸਿਧਾਂਤਕ ਬਣ ਜਾਣਾ, ਅਸੀਂ ਸਿਧਾਂਤ ਲਾਗੂ ਕਰ ਦੇਣਾ, ਅਸੀਂ ਸੈਟਿਸਫਾਈ ਹੋ ਜਾਣਾ, ਤੇ ਲੋਕਾਂ ਨੇ ਕਹਿਣਾ ਵੀ ਰੱਬ ਵੱਸਦਾ ਬੰਦੇ ਦੇ ਵਿੱਚ, ਹਨਾ, ਤੇ ਅਸੀਂ ਸਿਧਾਂਤ ਨੂੰ ਪਲੂਟਡ ਕਰ ਦਿੱਤਾ, ਅਸੀਂ ਧਰਮਾਂ ਨੂੰ ਪਲੂਟਡ ਕਰਨ ਵਾਲੇ ਲੋਕ ਹਾਂ। ਅਸੀਂ ਇਸਲਾਮ ਵਿੱਚ ਗਏ ਹਾਂ ਨਾ, ਮੁਸਲਮਾਨ ਇੱਕ ਬਹੁਤ ਵਧੀਆ ਧਰਮ ਆ, ਬਾਈਬਲ ਹੀ ਆ, ਕੁਰਾਨ ਜਿਹੜਾ ਬਾਈਬਲ ਦਾ ਓਲਡ ਪਾਰਟ ਹੈ, ਹਨਾ, ਤੇ ਇੱਦਾਂ ਬਾਈਬਲ ਆ ਸਾਰਾ ਸਿਧਾਂਤ ਆ, ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਆ ਸਿਧਾਂਤ। ਅਸੀਂ ਸਿੱਖ ਬਣੇ ਹਾਂ, ਅਸੀਂ ਜਾਤ ਪਾਤ ਊਚ ਨੀਚ ਵਿੱਚ ਲੈ ਕੇ ਗਏ ਉੱਥੇ, ਅਸੀਂ ਸਿੱਖ ਧਰਮ ਨੂੰ ਪਲੂਟਡ ਕਰ ਦਿੱਤਾ, ਅਸੀਂ ਇਸਲਾਮ ਨੂੰ ਪਲੂਟਡ ਕਰ ਦਿੱਤਾ। ਸਾਡੇ ਲੋਕ ਕ੍ਰਿਸਚਨ ਬਣ ਰਹੇ ਆ, ਅਜੇ ਤੇ ਨਹੀਂ ਕੋਈ ਖਬਰ ਆਈ, ਪਤਾ ਨੀ ਆਉਣ ਵਾਲੇ ਸਮੇਂ ਚ ਕ੍ਰਿਸਚੀਅਨਿਟੀ ਨੂੰ ਵੀ ਪਲੂਟਡ ਕਰ ਦੇਣ ਦਾ ਕੀ ਪਤਾ, ਕਿਉਂਕਿ ਅਸੀਂ ਲੋਕ ਬਹੁਤ ਸਾਰਾ ਦੇਖੋ ਜਿਹੜਾ ਡੇਰਾਵਾਦ ਆ ਨਾ, ਜਿਹੜਾ ਡੇਰਾਵਾਦ ਆ, ਬਿਲਕੁਲ ਅਸੀਂ ਲੋਕ ਧਰਮ ਨਹੀਂ ਮਾੜੇ ਹੈਗੇ, ਨਾ ਸਿੱਖ ਧਰਮ ਮਾੜਾ ਨਾ ਇਸਲਾਮ ਮਾੜਾ, ਉਹ ਤਾਂ ਸਿਧਾਂਤ ਹੈ, ਅਸੀਂ ਲੋਕ ਮਾੜੇ ਆ। ਹੁਣ ਜਿਨ੍ਹਾਂ ਨੇ ਬਾਈਬਲ ਨੂੰ ਅੰਦਰ ਵਸਾ ਲਿਆ ਔਰ ਅੰਦਰ ਵਸਾ ਕੇ ਪਾਰਲੀਮੈਂਟ ਵਿੱਚ ਚੱਲ ਗਏ, ਸੰਵਿਧਾਨ ਤਿਆਰ ਕਰ ਦਿੱਤਾ, ਬਰਾਬਰਤਾ ਸਾਰਿਆਂ ਨੂੰ ਦੇਤੀ, ਤੇ ਉਹ ਲੋਕ ਚੰਗੇ ਆ? ਜੇ ਭਾਰਤ ਦੇ ਲੋਕ, ਜਿਹੜਾ ਸਾਡਾ ਭਾਰਤ ਦਾ ਜਿਹੜਾ ਭਾਰਤ ਦਾ ਰਾਜਨੀਤਿਕ ਸਿਸਟਮ ਆ, ਉਹ ਕਿਹੜਾ ਸੰਵਿਧਾਨ ਆ ਤੇ ਉਹ ਕਿਹੜਾ ਸਿਧਾਂਤ ਲੈ ਕੇ ਵਿਧਾਨ ਸਭਾ ਚ ਜਾ ਰਿਹਾ ਵਾ ਕਿ ਉਹਨੂੰ ਅੱਜ ਵੀ ਉਹ ਭਾਰਤ ਦੇ ਲੋਕਾਂ ਨੂੰ ਉਸੇ ਹੀ ਤਰੀਕੇ ਦੇ ਨਾਲ ਵੰਡ ਕੇ ਰੱਖ ਰਿਹਾ ਵਾ, ਉਸੇ ਹੀ ਤਰੀਕੇ ਦੇ ਨਾਲ ਜਿਹੜਾ ਵਾ ਇਹ ਰਾਜਨੀਤਿਕ ਵਿਵਸਥਾ ਜਿਹੜੀ ਆ, ਜਦੋਂ ਤੱਕ ਕੀ ਕਹਿੰਦੇ ਨਾ, ਧਰਮ ਬਿਨਾ ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਦੇਖੋ ਰਾਜ ਧਰਮ ਬਿਨਾ ਸਭ ਦਲੇ ਮਲੇ, ਇਹਦਾ ਮਤਲਬ ਪਤਾ ਕੀ ਆ? ਰਾਜ ਬਿਨਾ ਨਾ ਧਰਮ ਚੱਲੇ। ਹੁਣ ਧਰਮ ਦਾ ਮਤਲਬ ਹੁੰਦਾ ਫਰਜ਼, ਡਿਊਟੀ। ਹੁਣ ਰਾਜ ਤੋਂ ਬਿਨਾ ਉਹ ਜਿਹੜਾ ਕਾਨੂੰਨ ਆ ਉਹ ਨਹੀਂ ਚੱਲ ਸਕਦਾ। ਜੇ ਤੁਹਾਡਾ ਰਾਜ ਹੋਊਗਾ ਤਾਂ ਕਾਨੂੰਨ ਇੰਪਲੀਮੈਂਟ ਕਰੂੰਗੇ। ਸਿਵਲ ਵਾਰ ਲੱਗ ਸਕਦੀ ਹੈ, ਦਲੇ ਮਲੇ ਹੈ, ਸਭ ਇੱਕ ਦੂਜੇ ਨੂੰ ਮਾਰੂਗੇ ਜੇ ਕਾਨੂੰਨ ਨਾ ਹੋਵੇ। ਪਰ ਕਾਨੂੰਨ ਨੂੰ ਲਾਗੂ ਕਿੱਦਾਂ ਕਰੂੰਗੇ? ਰਾਜ ਭਾਗ ਹੋਣਾ ਚਾਹੀਦਾ ਤੁਹਾਡੇ ਕੋਲ। ਸਿੱਖਿਜ਼ਮ ਇਜ਼ ਅ ਕਨਸੈਪਟ ਆਫ ਖਾਲਿਸਤਾਨ, ਬੇਗਮਪੁਰਾ ਖਾਲਸਾ ਰਾਜ, ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਕਨਸੈਪਟ ਆ ਬੇਗਮਪੁਰਾ ਖਾਲਸਾ ਰਾਜ ਖਾਲਿਸਤਾਨ ਦਾ। ਜਿੱਦਾਂ ਬ੍ਰਾਹਮਣ ਦਾ ਹਿੰਦੂ ਰਾਸ਼ਟਰ ਜਿਹੜਾ ਆ, ਉਹਦਾ ਧਰਮ ਦਾ ਉਹ ਧਰਮ ਨਾਲ ਜੋੜਦਾ, ਉਹਦਾ ਧਰਮ ਕਹਿੰਦਾ ਇਹਨਾਂ ਲੋਕਾਂ ਨੂੰ ਗੁਲਾਮ ਕਰਕੇ ਹਿੰਦੂ ਰਾਸ਼ਟਰ ਬਣਾਓ ਭਾਰਤ, ਤੇ ਸਿੱਖਾਂ ਦਾ ਧਰਮ ਕਹਿੰਦਾ 85% ਲੋਕਾਂ ਨੂੰ ਆਜ਼ਾਦ ਕਰਕੇ ਉਹ ਜਿਹੜੇ 15% ਹੰਕਾਰੀ ਆ ਉਹਨਾਂ ਨੂੰ ਵੀ ਆਜ਼ਾਦ ਕਰੋ ਤੇ ਭਾਰਤ ਦਾ ਬੇਗਮਪੁਰਾ ਖਾਲਸਾ ਰਾਜ ਬਣਾਓ। ਆ ਲੜਾਈ ਸਾਡੀ। ਬਿਲਕੁਲ, ਤੁਸੀਂ ਬੜੀ ਵਧੀਆ ਜਾਣਕਾਰੀ ਇਸ ਚੀਜ਼ ਦੇ ਪ੍ਰਤੀ ਦੇ ਰਹੇ ਹੋ। ਤਾਂ ਮੈਂ ਇੱਕ ਚੀਜ਼ ਕਹਿਣੀ ਇੱਥੇ ਪੁੱਛਣਾ ਚਾਹੁੰਦੀ ਹਾਂ ਕਿ ਦੇਖੋ ਮੰਡਲ ਕਮਿਸ਼ਨ ਦੀ ਰਿਪੋਰਟ ਬਾਰ ਬਾਰ ਗੱਲ ਕਰਦੀ ਆ, ਜਿਹੜੀ ਰਿਜ਼ਰਵੇਸ਼ਨ ਬਾਰ ਬਾਰ ਗੱਲ ਆਉਂਦੀ ਆ ਕਿ SC ਨੂੰ ਬਰਾਬਰਤਾ ਦਿੱਤੀ ਜਾਵੇ। ਜਿਹੜੀ ਸਾਡੀ ਫਿਲਮ ਆ ਦਲਿਤਾਂ ਦੇ ਰਿਗਾਰਡਿੰਗ, ਕਿ ਮੂਲ ਨਿਵਾਸੀ ਸ਼ੂਦਰ ਟੂ ਖਾਲਸਾ, ਹੁਣ ਜਿਹੜਾ ਸ਼ੂਦਰ ਟੂ ਖਾਲਸਾ ਫਿਲਮ ਜਿਹੜੀ ਆ ਉਹ ਸਾਰੇ ਕੰਸੈਪਟ ਦੇ ਦੁਆਲੇ ਘੁੰਮਦੀ ਆ।
ਇਹਦੇ ਵਿੱਚ ਜਿਵੇਂ ਹੁਣ ਦੇਖੋ 100 ਕਲਿਆਣਕਾਰੀ ਯੋਜਨਾਵਾਂ ਨੇ ਕੇਂਦਰ ਨੂੰ ਬੰਦ ਕਰ ਦਿੱਤਾ। ਮੂਲ ਨਿਵਾਸੀ ਜਿਹੜੇ ਬਹੁਜਨ ਨੇ ਉਹਨਾਂ ਨੂੰ ਇੱਕ ਮਾਰਨ ਦਾ ਜਿਹੜਾ ਵਾ ਉਹ ਨਵਾਂ ਸ਼ੜਯੰਤਰ ਸ਼ੁਰੂ ਕਰ ਦਿੱਤਾ ਹੋਇਆ ਵਾ। ਤਾਂ ਇਹ ਚੀਜ਼ ਜਿਹੜੀ ਆ ਤੁਸੀਂ ਇਹਨੂੰ ਕਿਸ ਹਿਸਾਬ ਦੇ ਨਾਲ ਲੈਂਦੇ ਜੇ ਕਿ ਮੂਲ ਨਿਵਾਸੀ ਹੁਣ ਕਿਤੇ ਨਾ ਕਿਤੇ ਰਿਜ਼ਰਵੇਸ਼ਨ ਦੇ ਕਰਕੇ, ਮੂਲ ਨਿਵਾਸੀ ਦਲਿਤ, ਮੈਂ ਮੂਲ ਨਿਵਾਸੀਆਂ ਦਾ ਹੁਣ ਪਰਿਭਾਸ਼ਾ ਜਿਹੜੀ ਬਦਲ ਚੁੱਕੀ ਆ, ਜਿਸ ਤਰ੍ਹਾਂ ਤੁਸੀਂ ਸਾਰਾ ਕੁਝ ਆਪਾਂ ਕੱਲ ਪਰਸੋਂ ਚੌਥ ਦੀਆਂ ਡਿਸਕਸ਼ਨਾਂ ਦੇ ਵਿੱਚੋਂ ਨਿਕਲਿਆ, ਉਹਨਾਂ ਦੇ ਵਿੱਚ ਮੂਲ ਨਿਵਾਸੀਆਂ ਦੀ ਭਾਸ਼ਾ ਸਿਰਫ ਮੂਲ ਨਿਵਾਸੀ ਇਹ ਦਲਿਤਾਂ ਨੂੰ ਹੀ ਮੰਨਦੇ ਆ, ਸਿਰਫ ਦਲਿਤਾਂ ਨੂੰ ਮੂਲ ਨਿਵਾਸੀ ਮੰਨਦੇ ਆ। ਇਸ ਚੀਜ਼ ਦੇ ਬਾਰੇ ਇੱਕ ਖੁਲਾਸਾ ਕਰੋ, ਇਸ ਚੀਜ਼ ਦੇ ਬਾਰੇ ਇੱਕ ਖੁਲਾਸਾ ਕਰੋ ਕਿ ਸਿਰਫ ਇਹ ਮਜ਼ਹਬੀ ਭਾਈਚਾਰੇ ਨੂੰ, ਜਿਵੇਂ ਜਿਹੜੇ ਮਤਲਬ ਜਿਹਨਾਂ ਨੂੰ ਇਹ ਨੀਵੀਆਂ ਜਾਤਾਂ ਕਹਿੰਦੇ ਨੇ, ਹਨਾ, ਜਿਹੜੇ ਬਿਲੋ ਪਾਵਰਟੀ ਲਾਈਨ ਵੀ ਆਪਾਂ ਮੰਨ ਸਕਦੇ ਹਾਂ, ਇਹ ਉਹਨਾਂ ਨੂੰ ਹੀ ਇਕੱਲੇ ਮੂਲ ਨਿਵਾਸੀ ਮੰਨਦੇ ਨੇ, ਤਾਂ ਕਿੰਨੀ ਵੱਡੀ ਬੇਵਕੂਫੀ ਵਾਲੀ ਗੱਲ ਆ ਕਿ ਹਜੇ ਤੱਕ ਮੂਲ ਨਿਵਾਸੀਆਂ ਦੀ ਡੈਫੀਨੇਸ਼ਨ ਨਹੀਂ ਸਮਝ ਆਈ। ਸਮਾਜ ਨੂੰ ਗਿਆਨ ਨਹੀਂ, ਜਿਹੜੇ ਮੂਲ ਵਾਸੀ ਆ ਜੱਟਾਂ ਤੋਂ ਲੈ ਕੇ ਟੱਪਰੀ ਵਾਸਾਂ 6743 ਜਾਤਾਂ ਵਾਲੇ ਲੋਕ ਆ ਨਾ, ਇਹ ਮੂਲ ਵਾਸੀ ਆ ਭਾਰਤ ਦੇ, ਇਹਨਾਂ ਨੂੰ ਸਾਰੇ ਮੂਲ ਵਾਸੀ ਆ। ਇਹ ਪਤਾ ਕੀ ਆ, ਇਹਦਾ ਰੰਗ ਕਾਲਾ ਦੇਖ ਕੇ ਕਹਿੰਦੇ ਆ ਮੂਲ ਵਾਸੀ ਆ। ਜੱਟਾਂ ਤੋਂ ਲੈ ਕੇ ਟੱਪਰੀ ਵਾਸਾਂ ਤੱਕ ਜਿਹਦੀ ਜਾਤ ਹੁੰਦੀ ਆ ਉਹ ਭਾਰਤ ਦਾ ਮੂਲ ਵਾਸੀ ਆ, ਤੇ ਜਿਹੜਾ ਕਹਿੰਦਾ ਮੇਰੀ ਜਾਤ ਉੱਚੀ ਆ 52% ਉਹ 52% ਲਾਣਾ ਭਾਰਤ ਦੇ ਵਿੱਚ, ਜਿਹੜਾ ਕਹਿੰਦਾ ਮੇਰੀ ਜਾਤ ਉੱਚੀ ਆ ਉਹ ਹੈਗਾ ਸ਼ੂਦਰ। ਦਲਿਤ ਕੌਣ ਆ, ਜਿਹੜਾ ਕਹਿੰਦਾ ਮੈਨੂੰ ਜਾਤ ਕਬੂਲ ਨਹੀਂ ਕੀਤੀ, ਜਾਣੇ ਜਿਹੜਾ ਲੜਦਾ ਰਿਹਾ ਮਰਦਾ ਰਿਹਾ ਉਹਨੂੰ ਅਛੂਤ ਕਹਿੰਦਾ ਬ੍ਰਾਹਮਣ, ਉਹਨੇ ਜਾਤ ਨਹੀਂ ਕਬੂਲ ਕੀਤੀ, ਉਹ ਵਰਨ ਵਿਵਸਥਾ ਤੋਂ ਬਾਹਰ ਰਿਹਾ, ਤੇ ਉਹ ਹੈਗਾ 22.5%। ਜਿਹੜਾ SC ST ਐਕਟ ਬਣਿਆ ਜਿਹੜਾ ਸੰਵਿਧਾਨ ਦੇ ਵਿੱਚ, ਉਹਦਾ ਕੀ ਫੰਡਾ ਸੀ ਉਸਨੂੰ ਬਣਾਉਣ ਦਾ? ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਜਿਹੜਾ ਐਕਟ ਬਣਿਆ, ਇਹ ਉਹ ਲੋਕ ਆ ਭਾਰਤ ਦੇ ਮਾਰਸ਼ਲ ਕੌਮ ਜਿਨ੍ਹਾਂ ਨੇ ਜਾਤ ਨਹੀਂ ਕਬੂਲ ਕੀਤੀ, ਵਰਨ ਵਿਵਸਥਾ ਦੇ ਜੰਗ ਲੜੀ, ਇਹ ਲੋਕ ਬਾਹਰ ਪਿੰਡਾਂ ਚੋਂ ਰਹਿ ਰਹਿ ਕੇ ਬ੍ਰਾਹਮਣਾਂ ਨੂੰ, ਖੱਤਰੀਆਂ ਵੈਸ਼ਾਂ ਨੂੰ ਘੇਰ ਘੇਰ ਕੇ ਮਾਰਦੇ ਸੀ, ਇਹ ਲੜਦੇ ਸੀ, ਜੰਗਾਂ ਲੜੀਆਂ, ਤੇ ਇਹਨਾਂ ਨੇ ਜਾਤ ਨਹੀਂ ਕਬੂਲ ਕੀਤੀ। ਤੇ ਬਾਬਾ ਸਾਹਿਬ ਇਹਨਾਂ ਦਾ ਫਿਰ ਜਦੋਂ ਜੰਗਾਂ ਬੰਦ ਹੋ ਗਈਆਂ, ਇਹਨਾਂ ਲੋਕਾਂ ਨੂੰ ਸਿਵਿਆਂ ਦੇ ਕੰਢੇ ਤੇ ਛੱਪੜਾਂ ਦੇ ਕੰਢਿਆਂ ਤੇ ਥਾਂ ਦਿੱਤਾ ਰਹਿਣ ਲਈ, ਤੇ ਬ੍ਰਾਹਮਣ ਖੱਤਰੀ ਵੈਸ਼ਾਂ ਦੇ ਘਰ ਹਰ ਪਿੰਡ ਦੇ ਵਿੱਚ ਵਿਚਾਲੇ ਹੁੰਦੇ ਸੀ ਸਾਰੇ ਭਾਰਤ ਦੇ ਵਿੱਚ, ਤੇ ਆਲੇ ਦੁਆਲੇ ਜਿਹੜੇ ਘਰ ਹੁੰਦੇ ਸੀ ਸ਼ੂਦਰਾਂ ਦੇ, ਜੱਟਾਂ ਸੈਣੀਆਂ ਤਰਖਾਣਾ ਜਿਹਨਾਂ ਨੂੰ ਉੱਚੀਆਂ ਜਾਤਾਂ ਦੇ ਵੀ ਕਹਿੰਦੇ, ਇਹਨਾਂ ਦੇ ਘਰ ਹੁੰਦੇ ਸੀ, ਤੇ ਬ੍ਰਾਹਮਣ ਇਹਨਾਂ ਨੂੰ ਵਰਤਦਾ ਹੁੰਦਾ ਸੀ ਕਿ ਉਹਨਾਂ ਲੋਕਾਂ ਨੂੰ ਮੇਰੇ ਨੇੜੇ ਨਾ ਆਣ ਦਿਓ ਜਿਹੜੇ ਛੱਪੜਾਂ ਦੇ ਤੱਕ ਦੁਆਲੇ ਸੇਵਿਆਂ ਦੇ ਕੰਢੇ ਰਹਿੰਦੇ ਆ, ਇਹ ਲੋਕ ਮਾੜੇ ਆ, ਇਹ ਛੋਟੀ ਜਾਤ ਦੇ ਆ, ਇਹ ਨੀਚ ਆ, ਇਹ ਮੇਰੇ ਨੇੜੇ ਨਾ ਆਉਣ। ਤੇ ਜਿਹੜਾ ਅਦਰ ਬੈਕਵਰਡ ਕਲਾਸ ਉਸੇ ਹੀ ਤਰ੍ਹਾਂ ਹੁਣ ਜਿਹੜਾ ਉਸੇ ਹੀ ਤਰ੍ਹਾਂ ਹੁਣ ਕੁਝ ਲੋਕ ਜਿਹੜੇ ਨੇ ਉਹ ਇਸ ਮਤਲਬ ਇਹਨਾਂ ਲੋਟੂ ਟੋਲੇ ਦੇ ਨਾਲ ਮਿਲ ਗਏ ਤੇ ਉਹ ਆਪਣੇ ਆਪ ਨੂੰ ਵੀ ਉੱਚੀ ਜਾਤ ਸਮਝ ਲਾ ਕੇ ਬੇਸਿਕਲੀ ਹੈਗੇ ਉਹ ਵੀ ਮੂਲ ਨਿਵਾਸੀ ਨਾ, ਜਿਹੜੇ ਉਦੋਂ ਬਣਾਏ ਉਹ ਬ੍ਰਾਹਮਣ ਦਾ ਖੇੜਾ ਨਹੀਂ ਛੱਡਦੇ, ਉਹ ਅਜੇ ਵੀ ਉਹਨਾਂ ਨਾਲ ਮਿਲ ਕੇ ਸਰਕਾਰਾਂ ਬਣਾਉਂਦੇ ਆ, ਉਹਨਾਂ ਦੇ ਵਿੱਚ ਉਹਨਾਂ ਦੀ ਪ੍ਰਾਪਰਟੀਆਂ ਬਹੁਤ ਬਣਾ ਲਈਆਂ, ਹਨਾ, ਉਹ ਉਹਨਾਂ ਦੇ ਨਾਲ ਜੁੜੇ ਆ, ਉਹ ਆਪਣੇ ਲੋਕਾਂ ਨੂੰ ਜਿੱਦਾਂ ਹੁਣ 84 ਚ ਸਿੱਖ ਮਾਰ ਦਿੱਤੇ, ਹਨਾ, ਅਦਰ ਬੈਕਵਰਡ ਕਲਾਸ ਦੇ ਲੋਕਾਂ ਉਹਨੇ ਆਪਣੇ ਬੰਦੇ ਮਰਵਾ ਦਿੱਤੇ ਉਹਨਾਂ ਤੋਂ, ਤੇ ਬਾਅਦ ਵਿੱਚ ਫਿਰ ਉਹਨਾਂ ਨਾਲ ਮਿਲ ਕੇ ਸਰਕਾਰ ਬਣਾ ਲਈ। ਇਹ ਜਿਹੜਾ 52% ਲਾਣਾ ਆ ਇਹ ਨਾ ਤਾਂ ਆਪਣਾ ਹੱਕ ਸਮਝਦਾ, ਹੁਣ ਜਿੱਦਾਂ ਅਦਰ ਬੈਕਵਰਡ ਕਲਾਸਿਸ ਜਿਹੜਾ ਮੰਡਲ ਕਮਿਸ਼ਨ ਆ, ਬਾਬਾ ਸਾਹਿਬ ਨੇ ਇਹਨਾਂ ਨੇ ਜਦੋਂ ਮੰਡਲ ਦੂਜਾ ਨਾ ਆਇਆ ਸੀ ਸਾਈਮਨ ਕਮਿਸ਼ਨ ਭਾਰਤ ਦੇ ਵਿੱਚ, ਇਹ 52% ਲੋਕਾਂ ਨੇ ਉਹਦੀ ਵਿਰੋਧਤਾ ਕੀਤੀ ਵੀ ਸਾਨੂੰ ਨਹੀਂ ਹੱਕ ਚਾਹੀਦੇ, ਗੋਰੇ ਚੱਲ ਜਾਣ, ਸਾਨੂੰ ਆਪਣੇ ਹੱਕ ਨਹੀਂ ਚਾਹੀਦੇ। ਉਹਦੇ ਵਿੱਚ ਭਗਤ ਸਿੰਘ ਵੀ ਸੀ, ਲਾਲਾ ਲਾਜਪਤ ਰਾਏ, ਉਹ ਤਾਂ ਸੀਗਾ ਲਾਲਾ ਚਲਾਉਣ ਤੱਕ ਵਿਰੋਧਤਾ ਕਰਨੀ ਸੀ, ਤੇ ਸਾਰੇ ਮੋਸਟਲੀ ਸਿੱਖ ਸੀ ਉਹਦੇ ਵਿੱਚ, ਉੱਚੀਆਂ ਜਾਤਾਂ ਵਾਲੇ ਸਿੱਖ ਵੀ ਗੋ ਬੈਕ ਸਾਈਮਨ ਕਮਿਸ਼ਨ, ਸਾਨੂੰ ਹੱਕ ਨਹੀਂ ਚਾਹੀਦੇ ਆਪਣੇ। ਤੇ ਬਾਬਾ ਸਾਹਿਬ ਨੂੰ ਪਤਾ ਸੀ ਵੀ ਸਾਡੇ ਲੋਕ ਆ, ਵੀ ਮੇਰੇ ਲੋਕ ਆ, ਵੀ ਇਹਨਾਂ ਨੂੰ ਨੌਲੇਜ ਨਹੀਂ, ਇਹ ਲੀਡਰ ਉਹਨਾਂ ਨੂੰ ਗੁੰਮਰਾਹ ਕਰ ਰਿਹਾ ਭੋਲੇ ਲੋਕਾਂ ਨੂੰ। ਤੇ ਬਾਬਾ ਸਾਹਿਬ ਨੇ ਆਰਟੀਕਲ 340 ਲਿਖ ਦਿੱਤਾ ਸੰਵਿਧਾਨ 'ਚ ਵੀ ਭਾਰਤ ਵਿੱਚ ਅਜੇ ਵੀ ਜਾਤਾਂ ਤੇ ਜਮਾਤਾਂ ਹੈਗੀਆਂ ਜਿਨ੍ਹਾਂ ਦੀ ਗਿਣਤੀ ਕੀਤੀ ਜਾਵੇ ਤੇ ਉਹਨਾਂ ਨੂੰ 19% ਹੱਕ ਦਿੱਤੇ ਜਾਣ। ਤੇ ਜਦੋਂ ਭਾਰਤ ਆਜ਼ਾਦ ਹੋ ਗਿਆ ਤੇ ਬਾਬਾ ਸਾਹਿਬ ਨੇ ਕਿਹਾ ਨਹਿਰੂ ਨੂੰ ਵੀ ਆਰਟੀਕਲ 340 ਤੇ ਕਮਿਸ਼ਨ ਬਹਾਲ ਤਾਂ ਕਿ ਭਾਰਤ ਵਿੱਚ ਜਿਹੜੇ ਅਦਰ ਬੈਕਵਰਡ ਕਲਾਸਿਸ ਦੇ ਲੋਕ 52 ਉਹਨਾਂ ਦੀ ਗਿਣਤੀ ਕਰਾ ਤੇ 52% ਉਹਨਾਂ ਨੂੰ ਜੋਬਾਂ ਦੇ। ਕਾਕਾ ਕਾਲ ਕੇਅਰ ਕਮਿਸ਼ਨ ਬਹਿ ਗਿਆ, ਉਹਨੇ 1800 ਜਾਤ ਲੱਭ ਲਈ। ਤੇ ਜਦੋਂ ਬਾਬਾ ਸਾਹਿਬ ਦੀ ਡੈਥ ਹੋ ਗਈ ਨਹਿਰੂ ਨੇ ਉਹ ਕਾਕਾ ਕਾਲ ਕਮਿਸ਼ਨ ਬੰਦ ਕਰਤਾ। ਉਦੋਂ ਬਾਅਦ ਫਿਰ ਮੰਡਲ ਕਮਿਸ਼ਨ ਬਹਾਲਿਆ, ਦਲਿਤਾਂ ਦਾ ਜ਼ੋਰ ਪਿਆ ਵੀ ਉਹ ਮੰਡਲ ਕਮਿਸ਼ਨ ਬੈਠਾ, ਉਹਨਾਂ ਨੇ 3743 ਜਾਤਾਂ ਲੱਭ ਲਈਆਂ ਜਿਨ੍ਹਾਂ ਦੇ ਵਿੱਚ ਜੱਟਾਂ ਤੋਂ ਲੈ ਕੇ ਜਿੰਨੀਆਂ ਉੱਚੀਆਂ ਜਾਤਾਂ ਦੇ ਆਪਣੇ ਕਹਿੰਦੇ ਆ ਇਹ ਮੰਡਲ ਕਮਿਸ਼ਨ 'ਚ ਉਹਨਾਂ ਨੂੰ ਦੁਆ ਕੀਤਾ। ਤੇ ਦਲਿਤ ਰੌਲਾ ਪਾਉਂਦੇ ਆ ਕਿ ਮੰਡਲ ਕਮਿਸ਼ਨ ਲਾਗੂ ਕਰੋ ਤਾਂ ਕਿ ਇਹ ਖੁਦਕੁਸ਼ੀਆਂ ਨਾ ਕਰਨ, ਜੋਬਾਂ ਲੈਣ ਸੰਵਿਧਾਨ ਦੇ ਮੁਤਾਬਕ। ਇਹਨਾਂ ਨੂੰ ਪਤਾ ਜਿਹੜੀਆਂ ਨੇ ਜਿਹੜੀ ਜੋਬ ਦੀ ਵਿਵਸਥਾ ਬਣੀ ਹੋਈ ਆ
ਉਹ ਜਿਹੜਾ ਵਾ ਉਹਨੂੰ ਵੀ ਜਰਾ ਇੱਕ ਵਾਰੀ ਖੋਲ ਕੇ ਆਪਾਂ ਇੱਥੇ ਰੱਖੀਏ ਜਾਣਕਾਰੀ ਦੇ ਵਿੱਚ ਕਿ ਇਸ ਸਮੇਂ ਜਿਹੜਾ ਜੋਬਸ ਦੇ ਉੱਪਰ ਗਲਬਾ ਵਾ ਕਿਉਂਕਿ ਜੋਬ ਜਿਹੜਾ ਵਾ ਤੁਹਾਡੀ ਸਿੱਧੀ ਇਕਨੋਮੀ ਦੇ ਨਾਲ ਜੁੜਦਾ ਵਾ ਕਿਉਂਕਿ ਵੱਡੇ ਜਿਹੜੇ ਨੇ ਹਨਾ ਜਦੋਂ ਇਕੋਨਮੀ ਦੇ ਨਾਲ ਜੁੜਦਾ ਜਦੋਂ ਵੱਡੇ ਖੇਤਰਾਂ ਦੀਆਂ ਜੋਬ ਜਿਹੜੀਆਂ ਨੇ ਉਹ ਇੱਕ ਹੀ ਧਿਰ ਦੇ ਕੋਲ ਜਾਣ ਡਈਆਂ ਨੇ ਦੂਜੀ ਧਿਰ ਜਿਹੜੀ ਆ ਉਹਦੇ ਵਿੱਚ ਆ ਹੀ ਨਹੀਂ ਰਹੀ ਹੁਣ ਦੇਖੋ ਨੀਟ ਦੇ ਵਿੱਚ ਵੀ ਜਿਹੜੀ ਸੀਗੀ ਪ੍ਰੀਖਿਆ ਦੇ ਵਿੱਚ ਵੀ ਜਿਹੜੀ ਓਬੀਸੀ ਦੀ ਰਿਜ਼ਰਵੇਸ਼ਨ ਆ ਉਹ ਪਿਛਲੇ ਪਿਛਲੇ ਦਿਨਾਂ ਦੇ ਦੌਰਾਨ ਵੀ ਮੁੱਦਾ ਚੁੱਕਿਆ ਗਿਆ ਸੀਗਾ ਤਾਂ ਜਿਹੜੀਆਂ ਦਲਿਤਾਂ ਦੀ ਜਿਹੜੀ ਰਿਜ਼ਰਵੇਸ਼ਨ ਬਿਲਕੁਲ 52% ਦੀ ਗੱਲ ਹੁਣ ਜਿਹੜੀ 52% ਵਾਲੀ ਗੱਲ ਆ ਉਹ ਕਿਤੇ ਨਾ ਕਿਤੇ ਓਬੀਸੀ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਆ ਲੇਕਿਨ ਜੇ ਇਹ ਅਜੇ ਸ਼ੁਰੂ ਹੋ ਗਈ ਆ ਤਾਂ ਪਤਾ ਕਿੰਨੇ ਪਰਸੈਂਟ ਸ਼ੁਰੂ ਹੋਈ ਆ ਜਸਟ 2-3% ਦੋ ਜਾਂ 3% ਲੋਕ ਜਾਗੇ ਨੇ ਮਤਲਬ ਇਹ ਕਿੱਡੀ ਵੱਡੀ ਦੇਖੋ ਗੱਲ ਆ ਕਿ ਇਹ ਖਿੱਤਿਆਂ ਦੇ ਵਿੱਚ ਵੰਡਿਆ ਹੋਇਆ ਸਾਰਾ ਕੁਛ ਆ ਇੱਕ ਖਿੱਤੇ ਦੀ ਭਿਣਕ ਦੂਜੇ ਨੂੰ ਨੀ ਲੱਗਣ ਦਿੰਦੇ ਦੂਜੇ ਦੀ ਖਿੱਤੇ ਦੀ ਭਿਣਕ ਤੀਜੇ ਨੂੰ ਨੀ ਲੱਗਣ ਦਿੰਦੇ ਤਾਂ ਇਸੇ ਹੀ ਵਿਵਸਥਾ ਦੇ ਵਿੱਚ ਜਿਹੜੀ ਲੁੱਟ ਖਸੋਟ ਆ ਉਹ ਸਦੀਆਂ ਪਾਰ ਕਰਦੀ ਜਾ ਰਹੀ ਆ ਦੇਖੋ ਖੁਦਕੁਸ਼ੀਆਂ ਕਰ ਰਹੇ ਆ ਜਿਹੜਾ ਇਹਨਾਂ ਨੂੰ ਫਸਲ ਦਾ ਮੁੱਲ ਦੇਣਾ ਸੀ ਨਾ ਸਰਕਾਰ ਨੇ ਉਹ ਇਹਨਾਂ ਨੂੰ ਉਹਦੇ ਬਦਲੇ ਕਰਜ਼ਾ ਦੇਤਾ ਉਹਨਾਂ ਨੂੰ ਪਤਾ ਸੀ ਮੂਲ ਨਿਵਾਸੀਆਂ ਵਿੱਚੋਂ ਕਿਸਾਨ ਹੀ ਸਟਰੋਂਗ ਆ ਹਨਾ ਉਹਨੀ ਸਟਰੋਂਗ ਨੂੰ ਹੱਥ ਪਾ ਲਿਆ ਵੀ ਇਹਨਾਂ ਦੀਆਂ ਜ਼ਮੀਨਾਂ ਤੇ ਦੁਬਾਰਾ ਫੇਰ ਕਰਜ਼ਾ ਕਰਨਾ ਉਹਨਾਂ ਨੂੰ ਫਸਲ ਦਾ ਮੁੱਲ ਦੇਣ ਦੀ ਬਜਾਏ ਕਰਜ਼ਾ ਦੇਤਾ ਕਰਜ਼ਾ ਦੇ ਕੇ ਇਹ ਮੁੱਛਾਂ ਨੂੰ ਮਰੋੜੇ ਦੇ ਕੇ ਦਲਿਤਾਂ ਨੂੰ ਗਰੀਬ ਕਹਿਣ ਲੱਗ ਪਿਆ ਛੋਟੀ ਜਾਤ ਦਾ ਕਹਿਣ ਲੱਗ ਪਿਆ ਆਪ ਉੱਚੀ ਦਾ ਬਣ ਲੱਗ ਪਿਆ ਤੇ ਹੁਣ ਦਿੱਲੀ ਜਾ ਕੇ ਬੈਠੇ ਆ ਅਜੇ ਵੀ ਦਲਿਤਾਂ ਨੂੰ ਨਾਲ ਨੀ ਲੈ ਰਹੇ ਦਲਿਤ ਇਹਨਾਂ ਦੀ ਖਾਤਰ ਜੰਗ ਲੜਦੇ ਵੀ ਮੰਡਲ ਕਮਿਸ਼ਨ ਲਾਗੂ ਕਰੋ ਦਲਿਤ ਹੁਣ ਵੀ ਕਹਿੰਦੇ ਆ ਮੰਡਲ ਕਮਿਸ਼ਨ ਲਾਗੂ ਕਰੋ ਇਹਨਾਂ ਨੂੰ ਜੋਬਾਂ ਮਿਲਣ ਇਹ ਖੁਦਕੁਸ਼ੀ ਨਾ ਕਰਨ ਇਹਨਾਂ ਨੂੰ ਜਾਗੇ ਨੀ ਆ ਰਹੀ ਗੱਲ ਸਮਝਣ ਵਾਲੀ ਇਹ ਆ ਕਿ ਇਹ ਲੁੱਟੀ ਜਿਹੜੀ ਜਾ ਰਹੇ ਲੋਕ ਨੇ ਸੰਵਿਧਾਨ ਬੈਤਕਰਾ ਨੀ ਕਰਦਾ ਉਹਨਾਂ ਨਾਲ ਕਿਉਂਕਿ ਉਹ ਸਦੀਆਂ ਤੋਂ ਇੱਥੇ ਰਹਿੰਦੇ ਉਹਨੂੰ ਇੱਥੇ ਰਹਿਣਾ ਪਰ ਉਹਨਾਂ ਦੀ ਗਿਣਤੀ ਦੇ ਮੁਤਾਬਕ ਉਹਨਾਂ ਨੂੰ ਜੋਬਾਂ ਮਿਲਣੀਆਂ ਤੇ ਤੁਹਾਡੇ ਸੰਵਿਧਾਨਿਕ ਪੱਧਰ ਤੇ ਬਿਲਕੁਲ ਸੰਵਿਧਾਨਿਕ ਪੱਧਰ ਤੇ ਵੀ ਜੇ ਸੋਚਿਆ ਜਾਵੇ ਬਿਲਕੁਲ ਤਾਂ ਕਿ ਦੁਬਾਰਾ ਲੋਕਾਂ ਨੂੰ ਗੁਲਾਮ ਕਰ ਲੈਣ ਪਰ ਇਹ 52% ਨੂੰ ਅਕਲ ਹੀ ਨਹੀਂ ਆ ਰਹੀ ਬਿਲਕੁਲ ਜੇ ਸੰਵਿਧਾਨਿਕ ਪੱਧਰ ਤੇ ਵੀ ਆਪਾਂ ਗੱਲ ਕਰਦੇ ਹਾਂ ਜੇ ਜਾਤ ਵਰਨ ਵਿਵਸਥਾ ਦੇ ਵਿੱਚ ਨਾਮ ਹੀ ਵੜਿਆ ਜਾਵੇ ਤੇ ਜੇਕਰ ਆਪਾਂ ਸੰਵਿਧਾਨ ਦੀ ਕਾਊਂਟਿੰਗ ਦੀ ਵੀ ਗੱਲ ਕਰਦੇ ਹਾਂ ਤਾਂ ਜਿੰਨੇ ਪਰਸੈਂਟ ਇਹਨਾਂ ਤਿੰਨਾਂ ਦੇ ਸਿਸਟਮ ਦੇ ਵਿੱਚ ਆਉਂਦਾ ਵਾ ਜੇ ਜਨਰਲ ਅਸੀਂ ਦੇਖਦੇ ਹਾਂ ਤੇ 18-20% ਆਉਂਦਾ ਵਾ ਜੇਕਰ ਓਬੀਸੀ ਸੋਚਦੇ ਹਾਂ ਤੇ 52% ਚਲੇ ਜਾਂਦਾ ਜੇਕਰ ਆਪਾਂ ਐਸਸੀ ਸੋਚਦੇ ਹਾਂ ਤਾਂ ਉਹ 28-30% ਚਲੇ ਜਾਂਦਾ ਜੇ ਅਸੀਂ ਕਿਸੇ ਵੀ ਜਾਤ ਨੂੰ ਵਿੱਚ ਨਾ ਲੈ ਕੇ ਆਈਏ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨੂੰ ਵਿੱਚ ਨਾ ਲੈ ਕੇ ਆਈਏ ਤਾਂ ਇਹਨਾਂ ਦੀ ਕਾਊਂਟਿੰਗ ਦੇ ਮੁਤਾਬਕ ਵੀ ਜੇਕਰ ਰਾਜਨੀਤੀ ਜਿਹੜੀ ਆ ਉਹ ਆਪਣੀ ਸੱਤਾ ਦੇ ਵਿੱਚ ਅਧਿਕਾਰ ਖੇਤਰ ਦੇ ਵਿੱਚ ਗੱਲ ਕਰਦੀ ਆ ਤਾਂ ਇਹਨਾਂ ਦੀ ਪਰਸੈਂਟੇਜ ਦੇ ਮੁਤਾਬਕ ਵੀ ਜੇਕਰ ਇਹਨਾਂ ਨੂੰ ਅਧਿਕਾਰ ਮਿਲ ਜਾਂਦੇ ਆ ਤੇ ਤਾਂ ਵੀ ਰਾਜਨੀਤਿਕ ਵਿਵਸਥਾ ਬੜੀ ਵਧੀਆ ਸੈੱਟ ਹੋ ਸਕਦੀ ਆ ਸੰਵਿਧਾਨ ਬਾਬਾ ਸਾਹਿਬ ਨੇ ਨਾ ਕਿਸ ਤਰੀਕੇ ਨਾਲ ਬਣਾਇਆ ਸੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਨਾ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਜਾਤ ਪਾਤ ਨੂੰ ਖਤਮ ਕਰਕੇ ਸਿੱਖ ਸਿੰਘ ਕੌਰ ਤੇ ਖਾਲਸਾ ਚਾਰ ਸ਼ਬਦ ਦੇ ਦਿੱਤੇ ਤੁਹਾਨੂੰ ਹਨਾ ਵੀ ਤੁਸੀਂ ਜਾਤ ਨੀ ਮੰਨਣੀ ਤੁਸੀਂ ਸਿੱਖ ਹੋ ਤੁਸੀਂ ਸਿੰਘ ਹੋ ਕੌਰ ਹੋ ਜਾਂ ਖਾਲਸਾ ਰਾਈਟ ਤੇ ਸੰਵਿਧਾਨ ਕਹਿੰਦਾ ਵੀ ਜਿਹੜੀ 1700 ਜਾਤ ਸ਼ਡਿਊਲ ਕਾਸਟ ਦੀ ਆ 1700 ਕੁਛ ਜਾਤਾਂ ਸ਼ਡਿਊਲ ਕਾਸਟ ਦੀਆਂ ਰਾਈਟ ਵੀ ਤੁਸੀਂ ਸਾਰੀਆਂ ਨੂੰ ਇੱਕ ਸੂਚੀ ਦੇਤੀ ਸ਼ਡਿਊਲ ਕਾਸਟ ਜਾਤਾਂ ਦੀ ਸੂਚੀ ਕਹਿੰਦਾ ਮਤਲਬ ਦੋ ਬੰਦੇ ਕਹਿ ਦੇਣ ਵੀ ਆਹ ਬੰਦਾ ਇਸ ਜਾਤ ਦਾ ਇਸ ਪਿੰਡ ਦਾ ਆ ਵੀ ਮੈਂ ਇਹਨੂੰ ਜਾਣਦਾ ਹਾਂ ਦੋ ਬੰਦੇ ਲਿਖ ਕੇ ਦੇ ਦੇਣ ਤਾਂ ਉਹਦਾ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਬਣ ਜਾਣਾ ਦੋ ਬੰਦੇ ਲਿਖ ਕੇ ਦੇ ਦੇਣ ਐਫੀਡੈਵਿਟ ਸ਼ਡਿਊਲ ਟ੍ਰਾਈਬ ਦਾ ਸਰਟੀਫਿਕੇਟ ਬਣ ਜਾਣਾ ਅਦਰ ਬੈਕਵਰਡ ਕਾਸਟ 52% ਦੋ ਬੰਦੇ ਐਫੀਡੈਵਿਟ ਦੇ ਦੇਣ ਵੀ ਇਹ ਬੰਦਾ ਜੱਟ ਆ ਇਹਦਾ ਅਦਰ ਬੈਕਵਰਡ ਕਲਾਸਿਸ ਦਾ ਸਰਟੀਫਿਕੇਟ ਬਣਾਇਆ ਜਾਵੇ ਤਾਂ ਉਹਦਾ ਸਰਟੀਫਿਕੇਟ ਬਣ ਜਾਣਾ ਅਦਰ ਬੈਕਵਰਡ ਕਲਾਸਿਸ ਦਾ ਹੁਣ ਜਿਹੜਾ ਅਦਰ ਬੈਕਵਰਡ ਕਲਾਸਿਸ ਦਾ ਸਰਟੀਫਿਕੇਟ ਬਣਨਾ ਜਾਂ ਸ਼ਡਿਊਲ ਕਾਸਟ ਦਾ ਜਾਂ ਸ਼ਡਿਊਲ ਟ੍ਰਾਈਬ ਦਾ ਸਰਟੀਫਿਕੇਟ ਬਣਨਾ ਉਹ ਤੇ ਨਹੀਂ ਜਾਤ ਹੋਣੀ ਜਾਤ ਨਹੀਂ ਹੋਣੀ ਉਹ ਤੇ ਨਹੀਂ ਜਾਤ ਹੋਣੀ ਪਰ ਹੁਣ ਤਾਂ ਜਾਤ ਲਿਖੀ ਜਾ ਰਹੀ ਨਹੀਂ ਨਹੀਂ ਉਹ ਗਲਤ ਆ ਉਹ ਕਾਨੂੰਨ ਦੇ ਮੁਤਾਬਕ ਗਲਤ ਆ ਜਾਤ ਐਫੀਡੈਵਿਟ ਤੇ ਹੋਣੀ ਆ ਉਹ ਤਹਿਸੀਲਦਾਰ ਨੇ ਐਫੀਡੈਵਿਟ ਦੇਖ ਕੇ ਉਹਦਾ ਸਰਟੀਫਿਕੇਟ ਬਣਾ ਦੇਣਾ ਤਾਂ ਉਹ ਜਿਹੜਾ ਰਿਕਾਰਡ ਦਾ ਹਿੱਸਾ ਬਣਾਉਣਾ ਐਫੀਡੈਵਿਟ ਜਿਹੜਾ ਉਹ ਉਹਦੀ ਬਾਹਰ ਲਿਖਣਾ ਉਹ ਸਰਟੀਫਿਕੇਟ ਦਾ ਮਤਲਬ ਵੀ ਇਹ ਜਿਹੜੇ ਲੋਕ ਆ ਕਦੇ ਨਾ ਕਦੇ ਇਹ ਜਾਤਾਂ ਨਾਲ ਸੰਬੰਧ ਰੱਖਦੇ ਸੀ ਤਾਂ ਕਿ ਭਾਰਤ ਵਿੱਚ ਇਹ ਟਰੈਕ ਬਣਾ ਕੇ ਇਹਨਾਂ ਨੂੰ 85% ਹਿੱਸੇਦਾਰੀ ਦਿੱਤੀ ਜਾਵੇ ਹੁਣ ਪ੍ਰੋਬਲਮ ਤੇ ਇੱਥੇ ਹੀ ਆ ਰਹੀ ਆ ਨਾ ਕਿ 20% ਵਾਲਿਆਂ ਨੇ 80% ਦੇ ਉੱਤੇ ਕਬਜ਼ਾ ਕਰ ਲਿਆ ਬਸ ਜਿੰਨੀਆਂ ਵੀ ਨੌਕਰੀਆਂ ਜਿੰਨੇ ਵੀ ਸੁੱਖ ਦੇ ਸਾਧਨ ਬਿਲਕੁਲ ਯੂਪੀ ਚ ਜਿਹੜਾ ਰਾਜਪੂਤ ਆ ਉਹ ਤਾਂ ਆਪਣੇ ਆਪ ਨੂੰ ਬ੍ਰਾਹਮਣਾਂ ਦਾ ਭਰਾ ਸਮਝਦਾ ਰਾਜਪੂਤ ਤਾਂ ਸ਼ੂਦਰ ਹੁੰਦੇ ਆ
ਜਿਹੜੇ ਰਾਜਪੂਤ ਆ ਸ਼ੂਦਰ ਹੁੰਦੇ ਆ, ਇਹ ਰਖੇਲਾਂ ਦੀ ਲਾਦ ਹੈ। ਜਦੋਂ ਨਾ ਜਿਹੜੇ ਪੁਰਾਣੇ ਰਾਜੇ ਹੁੰਦੇ ਸੀ, ਪੁਰਾਣੇ ਰਾਜੇ ਉਹਨਾਂ ਦੀਆਂ ਮਹਾਰਾਣੀਆਂ ਤਾਂ ਇੱਕ ਹੁੰਦੀ ਸੀ ਤੇ ਰਖੇਲਾਂ ਜ਼ਿਆਦਾ ਹੁੰਦੀਆਂ ਸੀ। ਰਖੇਲਾਂ ਸਾਰੀਆਂ ਹੁੰਦੀਆਂ ਸੀ, ਜਿਹੜੀ ਸੁਨੱਖੀ ਕੁੜੀ ਮਿਲਣੀ ਉਹ ਆਪਣੀ 1500-1600 ਰਖੇਲਾਂ ਰੱਖ ਲੈਣੀਆਂ। ਜਿਹੜੀ ਉਹਨਾਂ ਦੀ ਔਲਾਦ ਹੋਈ ਉਹ ਰਾਜਪੂਤ ਕਹਾਏ। ਬ੍ਰਾਹਮਣ ਨੇ ਜਿਹੜੀ ਉਹਨਾਂ ਦੀ ਮਹਾਰਾਣੀ ਦੀ ਔਲਾਦ ਸੀਗੀ ਖੱਤਰੀਆਂ ਦੀ, ਉਹਨਾਂ ਨੂੰ ਠਾਕਰ ਕਹਿਣ ਲੱਗ ਪਏ। ਬ੍ਰਾਹਮਣ ਨੇ ਉਹਨਾਂ 'ਚ ਵੀ ਲੜਾਈ ਕਰਾਤੀ ਵੀ ਤੁਸੀਂ ਵੀ ਬਰਾਬਰ ਦੀ ਹਿੱਸੇਦਾਰੀ ਮੰਗੋ, ਤੁਸੀਂ ਵੀ ਰਾਜੇ ਦੇ ਪੁੱਤ ਆ, ਇਕੱਲੇ ਠਾਕਰੇ ਥੋੜੋ ਰਾਜੇ ਦੇ ਪੁੱਤ ਹੈ, ਤੁਸੀਂ ਵੀ ਰਾਜੇ ਦੇ ਪੁੱਤ ਹੈ। ਇਹ ਰਾਜਪੂਤ ਕ੍ਰੀਏਟ ਹੋ ਗਏ। ਫਿਰ ਜਿਸ ਪਿੰਡ ਦੇ ਵਿੱਚੋਂ ਕੁੜੀਆਂ ਲੈ ਕੇ ਆਉਂਦੇ ਸੀ ਉਹ ਪਿੰਡ ਨੂੰ ਉਹਦਾ ਲਗਾਨ ਮਾਫ਼ ਕਰ ਦਿੰਦੇ ਸੀ ਟੈਕਸ, ਉਹ ਪਿੰਡ ਨੂੰ ਅਪਗ੍ਰੇਡ ਕਰ ਦਿੰਦੇ ਸੀ ਵੀ ਸਾਰਾ ਪਿੰਡ ਰਾਜਪੂਤਾਂ ਦਾ, ਅਸੀਂ ਟੈਕਸ ਨਹੀਂ ਲੈਣਾ। ਇੱਦਾਂ ਕੁੜੀਆਂ ਲਿਆ ਕੇ ਰਾਜਿਆਂ ਨੂੰ ਇਹ ਦੁਆ ਕਰਦੇ। ਇਹ ਇੱਦਾਂ ਹਰੇਕ ਜਾਤੀ ਵਿਵਸਥਾ ਇੱਦਾਂ ਬਣੀ ਆ, ਇਹ ਸ਼ੂਦਰ ਵਾ ਸਾਰੇ। ਬਿਲਕੁਲ ਇਸੇ ਹੀ ਤਰ੍ਹਾਂ ਪਟਿਆਲਾ ਘਰਾਣੇ ਦਾ ਵੀ ਜਿਹੜਾ ਇੱਕ ਫੋਟੋ ਵੀ ਉਹਨਾਂ ਦੀ ਬੜੀ ਵਧੀਆ ਇੱਕ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਆ ਕਿ ਰਾਜਾ ਜਿਹੜਾ ਵਾ ਜੋ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਪਿਛਲੇ ਜਿਹੜੇ ਨੇ ਇੱਕ ਉਹ ਇੱਕ ਜਿਹੜੀ ਆ ਰਾਣੀ ਨਾਲ ਖਲੋਤੀ ਹੋਈ ਆ, ਲੇਕਿਨ ਉਸ ਤੋਂ ਪਿੱਛੇ ਜਿਹੜੀਆਂ ਕਾਫੀ ਜ਼ਿਆਦਾ ਔਰਤਾਂ ਜਿਹੜੀਆਂ ਖਲੋਤੀਆਂ ਹੋਈਆਂ ਨੇ ਉਹ ਵੀ ਉਹਦੀਆਂ ਪਤਨੀਆਂ ਹੀ ਨੇ, ਲੇਕਿਨ ਉਹ ਪਤਨੀਆਂ ਨੇ ਜ਼ਮੀਨਾਂ ਦੇ। ਦੇਖੋ ਇਹ ਖੁਦ ਵੀ ਸ਼ੂਦਰ ਹੈ, ਕੈਪਟਨ ਵੀ ਸ਼ੂਦਰ ਹੈ, ਇਹ ਕਿਵੇਂ ਜੱਟ ਹੈ, ਕੈਪਟਨ ਵੀ ਸ਼ੂਦਰ ਆ, ਸ਼ੂਦਰ ਹੋਰ ਕੌਣ ਹੋਏ, ਬਾਦਲ ਵੀ ਸ਼ੂਦਰ ਹੈ। ਬਿਲਕੁਲ ਜਿਹੜੇ ਸ਼ੂਦਰਾਂ ਚੋਂ ਅਮੀਰ ਹੋ ਜਾਂਦੇ ਆ ਇਹ ਆਪਣੇ ਲੋਕਾਂ ਦਾ ਭਲਾ ਨਹੀਂ ਸੋਚਦੇ, ਬ੍ਰਾਹਮਣ ਰਲ ਜਾਂਦੇ ਆ। ਹੁਣ ਜਿਹੜੇ ਦਲਿਤਾਂ ਦੇ ਵਿੱਚੋਂ ਅਮੀਰ ਹੋ ਜਾਂਦੇ ਆ ਉਹ ਵੀ ਬ੍ਰਾਹਮਣ ਦਾ ਸਾਥ ਦਿੰਦੇ, ਉਹ ਆਪਣੇ ਲੋਕਾਂ ਦਾ ਭਲਾ ਨਹੀਂ ਸੋਚਦੇ। ਜਿਹਨਾਂ ਨੇ ਰਿਜ਼ਰਵੇਸ਼ਨ ਲੈ ਕੇ ਤਰੱਕੀਆਂ ਕੀਤੀਆਂ ਉਹ ਆਪਣੇ ਲੋਕਾਂ ਦਾ ਭਲਾ ਨਹੀਂ ਕਰਦੇ, ਉਹ ਬ੍ਰਾਹਮਣ ਨਾਲ ਰਲ ਜਾਂਦੇ। ਬੇਸਿਕਲੀ ਜਿਹੜੇ ਲੋਕੀ ਜੋਬਾਂ ਤੇ ਜਾਂਦੇ ਆ ਇਹ ਘਪਲੇਬਾਜ਼ੀਆਂ ਕਰਦੇ ਆ, ਬ੍ਰਾਹਮਣ ਉਹਨਾਂ ਨੂੰ ਬਲੈਕਮੇਲ ਕਰਦਾ ਵੀ ਜੇ ਤੈਂ ਆਪਣੇ ਲੋਕਾਂ ਦਾ ਸਾਥ ਦਿੱਤਾ ਤਾਂ ਤੇਰਾ ਮੈਂ ਪਰਦਾ ਫਾਸ਼ ਕਰਕੇ ਤੈਨੂੰ ਅੰਦਰ ਦੇ ਦੇਣਾ। ਬਿਲਕੁਲ ਇਸੇ ਹੀ ਤਰ੍ਹਾਂ ਦੇ ਕਮਿਸ਼ਨ ਬਣੇ ਹੋਏ ਸੀਗੇ ਕਿ ਜਿਵੇਂ ਬਿਲਕੁਲ ਰਿਜ਼ਰਵੇਸ਼ਨ ਦੇ ਵਿੱਚ ਵੀ ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਇੱਕ ਕਮਿਸ਼ਨ ਬਣਾਇਆ ਹੋਇਆ ਸੀਗਾ ਕਿ ਜਦੋਂ ਇਹ SC ਲੋਕਾਂ ਨੂੰ SC ਲੋਕਾਂ ਨੂੰ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਇੱਕ ਸੁਸਾਇਟੀ ਤਿਆਰ ਕੀਤੀ ਹੋਈ ਸੀਗੀ ਕਿ ਜਦੋਂ ਤੁਸੀਂ ਇੱਥੇ ਸ਼ਕਤੀ ਸੱਤਾ ਦੇ ਵਿੱਚ ਆ ਜਾਣਾ ਵਾ ਤੇ ਤੁਸੀਂ ਬਾਅਦ ਦੇ ਵਿੱਚ ਆਪਣੇ ਜਿਹੜੇ ਤੁਹਾਡੀ ਕੈਟਾਗਰੀ ਆ ਉਹਦੇ ਲਈ ਕੰਮ ਕਰੋ, ਲੇਕਿਨ ਉਹ ਕਿੱਥੇ ਗਿਆ ਕੌਂਸਲ ਤੇ ਕਿੱਥੇ ਗਈ ਉਹ ਸਾਰੀ ਸੁਸਾਇਟੀ? ਕੋਈ ਵੀ ਜਿਹੜਾ ਵਿਧਾਨ ਸਭਾ ਦੀਆਂ ਪੌੜੀਆਂ ਇਹ ਰਿਜ਼ਰਵੇਸ਼ਨ ਚ ਉੱਠ ਕੇ ਜਿਹੜਾ ਵੀ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਪੌੜੀਆਂ ਚੜ ਜਾਂਦਾ ਵਾ ਉਹ ਬਾਅਦ ਦੇ ਵਿੱਚ ਨਾ ਉਹ ਆਪਣੇ ਆਪ ਨੂੰ ਮਜ਼ਬੀ ਕਹਿੰਦਾ, ਨਾ ਉਹ ਆਪਣੇ ਆਪ ਨੂੰ ਸਾਸੀ ਕਹਿੰਦਾ, ਨਾ ਉਹ ਆਪਣੇ ਆਪ ਨੂੰ ਤੇ ਨਾ ਹੀ ਉਹ ਆਪਣੇ ਕਿਸੇ ਧਿਰ ਦੀ ਜਾ ਕੇ ਗੱਲ ਹੀ ਸੁਣਵਾਈ ਕਰਦਾ। ਤਾਂ ਬੜੀ ਸੋਹਣੀ ਗੱਲ ਤੁਸੀਂ ਅੱਜ ਦੇ ਵੀ ਸਾਰੇ ਇਸ ਆਪਣੇ ਡਿਸਕਸ਼ਨ ਦੇ ਵਿੱਚ ਬੜੀ ਵਧੀਆ ਰਹੀ ਔਰ ਡਿਸਕਸ਼ਨ ਲਗਾਤਾਰ ਚੱਲਦੀ ਰਹੂਗੀ। ਸੋ ਜੈ ਭੀਮ, ਜੈ ਮਸੀਹ, ਅਦਾਬ, ਸਤਿ ਸ੍ਰੀ ਅਕਾਲ। ਤੇ ਇਹ ਜਿਹੜੇ ਸਾਰੇ ਚਿੰਨ੍ਹ ਨੇ ਉਹ ਸਾਡੇ ਸਾਰੇ ਸਿਸਟਮ ਨੂੰ ਆਪਸ ਦੇ ਵਿੱਚ ਜੋੜਨ ਦੇ ਵਾਸਤੇ ਰੱਖੇ ਗਏ ਸੀਗੇ ਤੇ ਇਹ ਸਾਰੇ ਸਿਸਟਮ ਨੂੰ ਬਰਾਬਰਤਾ ਦੇ ਵਿੱਚ ਲੈ ਕੇ ਜੇਕਰ ਅਸੀਂ ਕ੍ਰਿਸਚੈਨਿਟੀ ਦੀ ਗੱਲ ਕਰਦੇ ਹਾਂ ਤੇ ਬਰਾਬਰਤਾ ਦੀ ਗੱਲ ਦੇ ਵੱਲ ਸਾਨੂੰ ਆਉਣਾ ਚਾਹੀਦਾ, ਕਿਉਂਕਿ ਜਿੱਥੇ ਕੁਦਰਤ ਨੇ ਜਾਤ ਤਾਂ ਬਣਾਈ ਇੱਕ ਮਰਦ ਤੇ ਇੱਕ ਔਰਤ, ਹੈ ਨਾ, ਜਾਤ ਤਾਂ ਬਣਾਈ ਇੱਕ ਮਰਦ ਤੇ ਇੱਕ ਔਰਤ ਤੇ ਸਿਧਾਂਤ ਦਿੱਤਾ ਉਹਨੇ ਮਨੁੱਖਤਾ ਦਾ ਕਿ ਸਾਰੇ ਜਣੇ ਜੀਓ ਤੇ ਜੀਣ ਦੇ ਉਹਦਾ ਸਿਧਾਂਤ ਹੋਵੇ। ਉਹੀ ਸਿਧਾਂਤ ਜਿਹੜਾ ਵਾ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜਿਹੜਾ ਵਾ ਉਹ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਵਾ ਜਿਹੜਾ ਕਿ ਸਾਡਾ ਮੂਲ ਨਿਵਾਸੀਆਂ ਦਾ ਸ਼ੂਦਰ ਟੂ ਖਾਲਸਾ ਦੇ ਵੱਲ ਸਾਨੂੰ ਲੈ ਕੇ ਜਾਂਦਾ ਵਾ। ਸੋ ਫਿਲਮ ਸ਼ੂਦਰ ਟੂ ਖਾਲਸਾ ਜਿਹੜੀ ਆ ਉਹ ਇਸ ਸਾਰੀ ਚਰਚਾ ਦੇ ਦੁਆਲੇ ਅਸੀਂ ਘੁੰਮ ਰਹੇ ਹਾਂ ਲਗਾਤਾਰ। ਉਹ ਬਹੁਤ ਸਾਰੀਆਂ ਬਰੀਕੀਆਂ ਜਿਹੜੀਆਂ ਤੁਸੀਂ ਦੱਸੀਆਂ ਨੇ ਔਰ ਉਹ ਸਾਰੀ ਬਰੀਕੀ ਜਿਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਦਲਿਤ ਡਿਕਲੇਅਰ ਹੁੰਦਾ ਵਾ, ਪੰਜਾਬ ਦਾ ਮੁੱਖ ਮੰਤਰੀ ਵੀ ਮੂਲ ਨਿਵਾਸੀ ਡਿਕਲੇਅਰ ਹੁੰਦਾ ਵਾ, ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਵਾ। ਜਿੱਥੇ ਭਾਰਤ ਦਾ ਰਾਸ਼ਟਰਪਤੀ ਇਹਨਾਂ ਮੂਲ ਨਿਵਾਸੀਆਂ ਦੇ ਵਿੱਚੋਂ ਹੀ ਉੱਠ ਕੇ ਰਾਸ਼ਟਰਪਤੀ ਬਣਦਾ ਵਾ ਤੇ ਲੇਕਿਨ ਉਹਨੂੰ ਮੰਦਿਰ ਦੇ ਵਿੱਚ ਜਾ ਕੇ ਪੂਜਾ ਕਰਨ ਦਾ ਅਧਿਕਾਰ ਨਹੀਂ ਮਿਲਦਾ। ਗਿਆਨੀ ਜੈਲ ਸਿੰਘ ਤੋਂ ਵੱਡੀ ਗਿਆਨੀ ਜੈਲ ਸਿੰਘ ਜੀ ਨੂੰ ਵੀ ਬਿਲਕੁਲ ਉਹਨਾਂ ਦੀ ਜਿਹੜੀ ਬੇਟੀ ਨੂੰ ਵਿਆਹ ਦੇ ਲਈ ਵੀ ਬੜੀਆਂ ਸਮੱਸਿਆਵਾਂ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਫੇਸ ਕਰਨੀਆਂ ਪਈਆਂ। ਈਵਨ ਕਿ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਜਦੋਂ ਰਾਸ਼ਟਰਪਤੀ ਦੇ ਅਹੁਦੇ ਤੇ ਸੀਗੇ ਤੇ ਜਦੋਂ ਆਪਣੇ ਉਸ ਸਿਸਟਮ ਦੇ ਵਿੱਚ ਗੱਲਬਾਤ ਕਰਦੇ ਸੀ ਉਸ ਤੋਂ ਬਾਅਦ ਜਦੋਂ ਉਹ ਉੱਥੋਂ ਉੱਠਦੇ ਸੀਗੇ ਤੇ ਉਹਨਾਂ ਨੂੰ ਗੁੱਲੀ ਘੜ ਸ਼ਬਦ ਦੇ ਨਾਲ ਜਿਹੜਾ ਵਾ ਉਹ ਸੰਬੋਧਨ ਕੀਤਾ ਜਾਂਦਾ ਸੀਗਾ। ਬਿਲਕੁਲ ਬਿਲਕੁਲ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਦੁੱਖਦਾਈ ਨੇ ਕਿਉਂਕਿ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਜਾਂ ਜਿਹੜੇ ਧਾੜਵੀ ਆਉਂਦੇ ਨੇ ਉਹ ਬਾਰ ਬਾਰ ਭਾਰਤ ਦੇ ਲੋਕਾਂ ਨੂੰ ਆ ਕੇ ਲੁੱਟਦੇ ਨੇ, ਕੁੱਟਦੇ ਨੇ ਤੇ ਘਸੀਟਦੇ ਨੇ, ਹਨਾ, ਉਹਦਾ ਕਾਰਨ ਕੀ ਬਣਦਾ ਵਾ ਕਿ ਇਹ ਲੋਕ ਜਿਹੜੇ ਨੇ ਉਹ ਛੋਟੇ ਛੋਟੇ ਖਿੱਤਿਆਂ ਚ, ਵਰਗਾਂ ਚ, ਜਾਤਾਂ ਦੇ ਵਿੱਚ, ਆਪਣੇ ਮਫਾਦਾਂ ਦੇ ਵਿੱਚ, ਨਿੱਕੇ ਨਿੱਕੇ ਜਾਤ ਵਰਗ ਵੰਡ ਦੇ ਵਿੱਚ ਵੰਡੇ ਹੋਏ ਨੇ ਤੇ ਇੰਨੇ ਬੁਰੇ ਤਰੀਕੇ ਦੇ ਨਾਲ ਵੰਡੇ ਹੋਏ ਨੇ
ਜਿਹਨੂੰ ਧਰਮ ਦਾ ਪਾੜਾ ਪਾ ਕੇ ਵੀ ਉਹਦੇ ਉੱਤੇ ਅੱਗ ਪਾਉਣ ਦੀ ਗੱਲ ਕੀਤੀ ਜਾਂਦੀ ਉਸ ਵੰਡ ਦੇ ਵਿੱਚ, ਤਾਂ ਉਹ ਜ਼ਿਆਦਾ ਪ੍ਰਚੰਡ ਹੁੰਦੀ ਆ ਕਿ ਕੋਈ ਵੀ ਬੰਦਾ ਕਿਸੇ ਨੂੰ ਦੂਜੇ ਨੂੰ ਨਾਲ ਲਾ ਕੇ ਖੁਸ਼ ਨਹੀਂ ਆ, ਜਿਹਦੀ ਵਜ੍ਹਾ ਕਰਕੇ ਰਾਜਨੀਤਿਕ ਪੱਧਰ ਦੇ ਉੱਤੇ ਅਜੇ ਤੱਕ ਵੀ ਇਹ ਲੁੱਟੇ ਜਾ ਰਹੇ ਨੇ, ਤੇ ਉਹੀ ਮਨੁਵਾਦੀ ਵਿਵਸਥਾ ਜਿਹੜੀ ਆ ਦੁਬਾਰਾ ਤੋਂ ਇਹਨਾਂ ਦੇ ਉੱਤੇ ਇੰਪਲੀਮੈਂਟ ਕਰਨ ਦੀ ਆ ਖੇਤੀ ਕਾਨੂੰਨਾਂ ਦੇ ਰਾਹੀਂ, ਮਤਲਬ ਜਿਹੜੇ ਜਿਹੜਾ ਇੱਕ ਫਾਰਮੂਲਾ ਬਣ ਰਿਹਾ ਵਾ ਇਹਨਾਂ ਦੇ ਉੱਤੇ, ਜਿਹੜਾ ਫਾਰਮੂਲਾ ਜਾਂ ਜਿਹੜਾ ਸਿਧਾਂਤ ਹੁਣ ਤੱਕ ਇਹਨਾਂ ਦੇ ਉੱਤੇ ਬਣਿਆ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਤੋੜਿਆ ਗਿਆ, ਕਿਸ ਤਰ੍ਹਾਂ ਇਹਨਾਂ ਨੂੰ ਮਰੋੜਿਆ ਗਿਆ, ਕਿਸ ਤਰ੍ਹਾਂ ਇਹਨਾਂ ਨੂੰ ਵੱਢਿਆ ਗਿਆ, ਕਿਸ ਤਰ੍ਹਾਂ ਇਹਨਾਂ ਦੇ ਉੱਤੇ ਛੋਟੇ ਲੋਕਾਂ ਨੇ ਇਹਨਾਂ ਦੀ ਵੱਡੀ ਗਿਣਤੀ ਦੇ ਉੱਤੇ ਕਿਸ ਤਰ੍ਹਾਂ ਇਹਨਾਂ ਦੇ ਸਾਧਨਾਂ ਦੇ ਉੱਤੇ ਕਬਜ਼ਾ ਕਰ ਲਿਆ, ਕਿਸ ਤਰ੍ਹਾਂ ਇਹਨਾਂ ਨੂੰ ਅਜੇ ਤੱਕ ਵੀ ਮਤਲਬ ਮਾਰਿਆ ਜਾ ਰਿਹਾ, ਤੇ ਨਵੀਂ ਜਿਹੜੀ ਗੱਲ ਕਰ ਦਿੱਤੀ ਗਈ ਆ ਇੱਕ ਮੂਲ ਨਿਵਾਸੀਆਂ ਦਾ ਸਭ ਤੋਂ ਝੰਡਾ ਬਰਦਾਰ ਜਿਹੜਾ ਇੱਕ ਜੱਟ ਸਿਸਟਮ ਸੀਗਾ ਉਹਦੀਆਂ ਜ਼ਮੀਨਾਂ ਨੂੰ ਦੁਬਾਰਾ ਤੋਂ ਜਿਹੜਾ ਵਾ ਉਹ ਹਥਿਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਗੁਲਾਮੀ ਦੇ ਵੱਲ ਨੂੰ ਹੋਰ ਤੀਬਰਤਾ ਦੇ ਵੱਲ ਲੈ ਕੇ ਜਾ ਰਹੇ ਆ। ਤੁਹਾਡਾ ਬਹੁਤ ਜ਼ਿਆਦਾ ਜਿਹੜਾ ਦਿਲਬਾਗ ਜੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਸਾਰੀਆਂ ਵਿਵਸਥਾਵਾਂ ਨੂੰ ਸਾਰੇ ਸਿਸਟਮ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਟੱਚ ਕੀਤਾ। ਕੋਈ ਗੱਲ ਤੁਸੀਂ ਅਖੀਰ ਤੇ ਕਹਿਣੀ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਜਦੋਂ ਬੰਦਾ ਸਿੰਘ ਬਹਾਦਰ ਵੇਲੇ ਨਾ ਜ਼ਮੀਨਾਂ ਤੇ ਕਬਜ਼ੇ ਕੀਤੇ, ਜ਼ਮੀਨਾਂ ਦੇ ਮਾਲਕ ਬ੍ਰਾਹਮਣ ਬਾਣੀਏ ਸੀ ਸਾਰੇ, ਜਦੋਂ ਜ਼ਮੀਨਾਂ ਤੇ ਕਬਜ਼ੇ ਕਰ ਲਏ ਸਾਡੇ ਲੋਕ ਫਸਲਾਂ ਉਗਾਉਣ ਲੱਗ ਪਏ, ਅਸੀਂ ਰੋਟੀ ਖਾਣ ਲੱਗ ਪਏ ਸਾਰੇ, ਹਨਾ ਬ੍ਰਾਹਮਣ ਦੀ ਉਦੋਂ ਤੋਂ ਅੱਖ ਸੀ ਜ਼ਮੀਨ ਤੇ ਵੀ ਇਹ ਦੁਬਾਰਾ ਕਬਜ਼ਾ ਕਰਨਾ, ਮੈਂ ਇੱਥੇ ਦੁਬਾਰਾ ਕਬਜ਼ਾ ਕਰਨਾ, ਉਹ ਹੁਣ ਦੁਬਾਰਾ ਕਬਜ਼ਾ ਕਰਨਾ ਚਾਹੁੰਦਾ। ਬ੍ਰਾਹਮਣ ਨੇ ਜੇਕਰ ਅਸੀਂ ਇਸ ਗੱਲ ਨੂੰ ਮੂਲ ਜੇਕਰ ਅਸੀਂ ਇਸ ਗੱਲ ਨੂੰ ਜਿਹੜਾ ਵਾ ਉਹ ਮਨੁਵਾਦੀ ਸਿਸਟਮ ਵੱਲ ਨੂੰ ਲੈ ਕੇ ਚੱਲੀਏ, ਕਿਉਂਕਿ ਬ੍ਰਾਹਮਣ ਇੱਕ ਸ਼ਬਦ, ਕਿਉਂਕਿ ਬ੍ਰਾਹਮਣ ਐਸੇ ਬ੍ਰਾਹਮਣ ਵੀ ਮੈਂ ਦੇਖੇ ਨੇ ਜਿਨ੍ਹਾਂ ਨੂੰ ਰੋਟੀ ਦੇ ਵੀ ਲਾਲੇ ਨੇ। ਦੇਖੋ ਜਿਹੜਾ ਬੰਦਾ ਨਾ ਸਿਧਾਂਤ ਨੂੰ ਸਮਝ ਜਾਂਦਾ ਉਹ ਬ੍ਰਾਹਮਣ ਨਹੀਂ ਰਹਿੰਦਾ। ਮੇਰਾ ਫਰੈਂਡ ਆ, ਮੇਰਾ ਬੈਸਟ ਫਰੈਂਡ ਬ੍ਰਾਹਮਣ ਹੈ ਫਰਾਂਸ ਵਿੱਚ, ਉਹ ਮੈਂ ਕਿਤੇ ਗੱਲ ਕੇ ਅੰਬਰ ਰੈਡੀ ਤੁਹਾਨੂੰ, ਮੇਰਾ ਬੈਸਟ ਫਰੈਂਡ ਬ੍ਰਾਹਮਣਾਂ ਦਾ ਮੁੰਡਾ, ਉਹ ਕਹਿੰਦਾ ਮੈਂ ਹੈ ਹੀ ਨਹੀਂ ਬ੍ਰਾਹਮਣ, ਮੈਂ ਬੰਦਾ ਹਾਂ ਯਾਰ ਕਹਿੰਦਾ। ਪਰ ਜਿਹੜਾ ਬ੍ਰਾਹਮਣ ਸਮਝਦਾ ਮੈਂ ਉਹਨੂੰ ਬ੍ਰਾਹਮਣ ਕਹਿੰਦਾ, ਜਿਹੜੇ ਸਾਨੂੰ ਨੀਚ ਸਮਝਦੇ, ਰਾਈਟ, ਜਿਹੜਾ ਸਿਧਾਂਤ ਨੂੰ ਸਮਝ ਲੈਂਦਾ ਵਾ ਉਹ ਤਾਂ ਆਪਣੇ ਆਪ ਨੂੰ ਮਨੁੱਖੀ ਸਮਝਦਾ ਹੈ ਨਾ। ਸਭ ਤੋਂ ਪਹਿਲਾਂ ਮੈਂ ਨੰਗਾ ਕਰਦਾ ਵੀ ਮੈਂ ਮਨੁਵਾਦੀ ਸ਼ਬਦ ਵਿੱਚ ਮੈਂ ਉਹਨੂੰ ਲੁਕਾਉਣਾ ਨਹੀਂ ਚਾਹੁੰਦਾ, ਉਹਨੂੰ ਮੈਂ ਨੰਗਾ ਕਰਦਾ। ਹੁਣ ਉਹ ਜ਼ਮੀਨਾਂ ਤੇ ਕਬਜ਼ੇ ਦੁਆਰਾ ਕਰਨ ਲੱਗੇ ਹੋਇਆ, ਅਸੀਂ ਨਾ ਕਿਸਾਨ ਕਹਿੰਦੇ ਹਾਂ ਕਿਸਾਨਾਂ ਨੂੰ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਆ ਇਹ ਸਾਰੀਆਂ ਦਲਿਤਾਂ ਨੂੰ ਦੇ ਦਿਓ, ਬੇਜ਼ਮੀਨਾਂ ਨੂੰ ਦੇ ਦਿਓ, ਇਹ ਵੀ ਮੰਗ ਰੱਖਦੇ, ਦੇਣੀਆਂ ਵੀ ਚਾਹੀਦੀਆਂ, ਇਹ ਦੇਣੀਆਂ ਵੀ ਚਾਹੀਦੀਆਂ, ਇਹ ਮੰਗ ਰੱਖ ਦਿਓ ਵੀ ਸਾਰੇ ਦਲਿਤ ਮੈਂ ਗਰਾਊਂਡ ਤੇ ਆ ਜਾਣੇ, ਔਰ ਮੰਡਲ ਕਮਿਸ਼ਨ ਦੀ ਮੰਗ ਰੱਖ ਦਿਓ 52% ਸਾਨੂੰ ਜੋਬਾਂ ਮਿਲਣ, ਤੇ ਸਾਰੇ ਦਲਿਤ ਜਥੇਬੰਦੀਆਂ ਗਰਾਊਂਡ ਤੇ ਆ ਜਾਣੀਆਂ। ਜਦੋਂ ਦਲਿਤਾਂ ਕੋਲ ਜ਼ਮੀਨ ਹੋਊਗੀ ਨਾ ਪੰਚਾਇਤੀ, ਉਹਨਾਂ ਨੂੰ ਇਹਨਾਂ ਦੇ ਖੇਤਾਂ 'ਚ ਜਾ ਕੇ ਕੰਮ ਨਹੀਂ ਕਰਨਾ ਪਊਗਾ, ਕਿਉਂਕਿ ਜਦੋਂ ਇਹਨਾਂ ਦੇ ਖੇਤਾਂ 'ਚ ਉਹ ਜਾਂਦੇ ਆ ਇਹ ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਣ ਲੱਗ ਪੈਂਦੇ ਆ, ਅੰਨਦਾਤੇ ਸਮਝਣ ਲੱਗ ਪੈਂਦੇ ਆ, ਉਹਨਾਂ ਨਾਲ ਵਾਧੀ ਕਰਦੇ ਆ, ਇਹਨਾਂ ਦਾ ਬੈਰ ਘੱਟ ਜਾਊ, ਇਹ ਵੀ ਉਹ ਵੀ ਬਰਾਬਰ, ਉਹ ਵੀ ਆਪਣੀ ਫਸਲ ਅਗਾ ਕੇ ਰੋਟੀ ਖਾ ਸਕਦੇ ਆ, ਉਹਨਾਂ ਦਾ ਵੀ ਸ਼ੋਸ਼ਣ ਨਾ ਹੋਊ। ਇਹ ਜਥੇਬੰਦੀਆਂ ਨੇ ਗੱਲ ਨਹੀਂ ਮੰਨੀ, ਤੇ ਉਹ ਕਿਉਂ ਬਰਾਬਰ ਨੇ ਗੱਲ ਨਹੀਂ ਮੰਨੀ? ਦੇਖੋ ਇਸੇ ਵਜ੍ਹਾ ਕਰਕੇ, ਕਿਉਂਕਿ ਵੰਡ ਜਿਹੜੀ ਆ ਇਹਨਾਂ ਦੀ ਆਪਸੀ ਵੰਡ, ਗੁਲਾਮੀ ਅਸੀਂ ਉਹ ਨਹੀਂ ਯਾਦ ਕਰਨੀ, ਉਹ ਗਰੀਬ ਲੋਕ ਨਹੀਂ ਕਹਿੰਦੇ ਅਸੀਂ ਯਾਦ ਕਰਨੇ, ਅਸੀਂ ਕੱਲੀ ਆਪਣੀਆਂ ਜ਼ਮੀਨਾਂ ਲੈਣੀਆਂ ਉਹਨਾਂ ਨੂੰ ਨਹੀਂ ਦੇਣੀਆਂ, ਇੱਥੇ ਗੱਲ ਫਸੀ ਆ। ਅਸੀਂ ਆਜ਼ਾਦ ਤਾਂ ਹੋ ਸਕਦੇ ਹਾਂ, ਅਸੀਂ ਖੁਸ਼ੀ ਦੀ ਜ਼ਿੰਦਗੀ ਤਾਂ ਬਤੀਤ ਕਰ ਸਕਦੇ ਹਾਂ ਜੇ ਸਾਡਾ ਗੁਆਂਢੀ ਵੀ ਖੁਸ਼ ਹੋਊਗਾ, ਬਰਾਬਰਤਾ ਦੀ ਗੱਲ ਜਿਹੜੀ ਆ ਉਹ ਵਿਸ਼ਵ ਦਾ ਬਿਲਕੁਲ, ਅਦੇ ਮੇਰੇ ਕਹਿੰਦੇ ਮਾਲ ਪੜੋਸੀ ਨੂੰ ਬੈਰ ਰੱਖਦੇ ਨੇ ਲੋਕੀ, ਮੈਂ ਪੜੋਸੀ ਦਾ ਮਤਲਬ ਇਹ ਨਹੀਂ ਕਿ ਇੱਕੋ ਹੀ ਬੰਦਾ ਹੁੰਦਾ, ਕੋਈ ਵੀ ਬੰਦਾ ਗਰੀਬ ਜੇ ਭੁੱਖਾ ਸੌਂਦਾ ਤਾਂ ਤੁਸੀਂ ਜ਼ਿੰਦਗੀ ਇੰਜੋਏ ਨਹੀਂ ਕਰ ਸਕਦੇ। ਬਿਲਕੁਲ ਬੜੀ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਬਰਾਬਰਤਾ ਦਾ ਜਿਹੜਾ ਸਿਧਾਂਤ ਆ ਖੁੱਲਾ ਦਿਲ ਖੜਨਾ ਚਾਹੀਦਾ, ਬੇਜ਼ਮੀਨੇ ਲੋਕਾਂ ਦੇ ਲਈ ਜ਼ਮੀਨ ਦੀ ਮੰਗ ਕਰਨ ਉਹ ਵੀ ਗਰਾਊਂਡ ਤੇ ਆਉਣ, ਮੰਡਲ ਕਮਿਸ਼ਨ ਇਹਨਾਂ ਦੀਆਂ ਜੋਬਾਂ ਦੀ ਮੰਗ ਕਰਨ, ਮੈਂ ਗਰੰਟੀ ਦਿੰਦਾ 2 ਦਿਨ ਦੇ ਵਿੱਚ ਵਿੱਚ ਮੋਦੀ ਮੰਨ ਜਾਓ, ਉਹਨਾਂ ਨੂੰ ਲੱਗ ਜਾਣਾ 85% ਇਕੱਠੇ ਹੋ ਗਏ, ਇਹ ਤਾਂ ਰੈਵੋਲੂਸ਼ਨ ਹੋਣ ਲੱਗਾ। ਸਿਧਾਂਤ ਦੇ ਉੱਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਆ, ਜਿਹੜੀਆਂ ਅੱਜ ਜਿਹੜੀਆਂ ਭਾਰਤ ਦੀ ਵਿਵਸਥਾ ਦੀਆਂ ਜਿਹੜੀਆਂ ਗੱਲਾਂ ਚੱਲਣ ਰਹੀਆਂ ਨੇ ਇਹ ਸੰਵਿਧਾਨ ਤੇ ਪਹਿਰਾ ਦੇਣ ਦੇ ਨਾਲ ਹੀ ਠੀਕ ਹੋਣਗੀਆਂ, ਜਦੋਂ ਤੱਕ ਸਾਡੇ ਲੋਕ ਵੰਡੇ ਰਹਿਣਗੇ, ਟੁੱਟੇ ਰਹਿਣਗੇ, ਲੁੱਟੇ ਜਾਂਦੇ ਰਹਿਣਗੇ। ਅਸੀਂ ਭੈਣ ਜੀ ਬੇਸਿਕਲੀ 85% ਦੇ ਲੋਕ ਆ ਨਾ, ਅਸੀਂ ਧਰਮਾਂ ਦੇ ਵੀ ਗਦਾਰ ਹਾਂ, ਅਸੀਂ ਗੁਰੂ ਸਾਹਿਬਾਨ ਦਾ 12 ਵੀ ਗਾਉਂਦੇ ਹਾਂ, ਅਸੀਂ ਇਹ ਵੀ ਕਹਿੰਦੇ ਉਹਨਾਂ ਨੇ ਪੁੱਤ ਸਾਡੀ ਖਾਸ ਸ਼ਹੀਦ ਕਰਦੇ, ਪਰ ਜੋ ਸਾਨੂੰ ਉਹ ਦੱਸ ਕੇ ਗਏ ਉਹ ਕਰਦੇ ਨਹੀਂ, ਇਹ ਗਦਾਰ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਥੋੜੇ ਚੱਲਦੇ ਹਾਂ। ਬਿਲਕੁਲ ਦਿਲਬਾਗ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਿਮਰਨ ਜੀ ਜਿਹੜਾ ਸਾਡਾ ਅੱਜ ਪ੍ਰੋਗਰਾਮ ਜਿਹੜਾ ਵਾ ਉਹ ਅਖੀਰ ਵੱਲ ਨੂੰ ਜਾ ਰਿਹਾ ਵਾ, ਤੇ ਤੁਸੀਂ ਅਖੀਰ ਤੇ ਕੋਈ ਗੱਲ ਜਿਹੜਾ ਵਾ ਉਹ ਸੰਵਿਧਾਨਿਕ ਪੱਧਰ ਦੇ ਉੱਤੇ ਜਾਂ ਲੋਕਾਂ ਨੂੰ ਕੋਈ ਗੱਲ ਕਹਿਣੀ ਚਾਹੁੰਦੇ ਹੋ ਕਿ ਸਿਧਾਂਤ ਦੇ ਉੱਤੇ ਪਹਿਰਾ ਉਹ ਕਿਸ ਤਰ੍ਹਾਂ ਦੇਣ, ਤੁਸੀਂ ਗੱਲ ਕਰ ਦਿੱਤੀ ਆ
ਕਿ ਜਿਹੜੇ ਜੱਟ ਨੇ ਉਹਨਾਂ ਨੂੰ ਜਿਹੜੇ ਹੁਣ ਇਸ ਵੇਲੇ ਜ਼ਮੀਨਾਂ ਦੇ ਨਾਲ ਲੜਦੇ ਪਏ ਨੇ ਉਹਨਾਂ ਨੂੰ ਆਪਣੀ ਉਸ ਵਿਵਸਥਾ ਦੇ ਨਾਲ ਵੀ ਅੱਗੇ ਆਉਣਾ ਚਾਹੀਦਾ ਕਿ ਜਿਹੜੀਆਂ ਪਿੰਡਾਂ ਦੀਆਂ ਜ਼ਮੀਨਾਂ ਨੇ ਉਹ ਦਲਿਤਾਂ ਨੂੰ ਦਿੱਤੀਆਂ ਜਾਣ ਤਾਂ ਕਿ ਬਰਾਬਰਤਾ ਦਾ ਜਿਹੜਾ ਸਿਧਾਂਤ ਆ ਉਹ ਸਾਰੇ ਵਰਗਾਂ ਦੇ ਵਿੱਚ ਆ ਜਾਏ। ਉਹ ਵੀ ਸੀ ਜਿਹੜਾ ਵਾ ਉਹ ਮੰਡਲ ਕਮਿਸ਼ਨ ਜਿਹੜਾ ਜੇਕਰ ਲਾਗੂ ਹੋ ਜਾਂਦਾ ਵਾ ਤੇ ਉਹ ਸਾਰੀ ਵਿਵਸਥਾ ਜਿਹੜੀ ਆ ਭਾਰਤ ਦੀ ਵੀ ਜਿਹੜੀ ਆ ਉਹ ਬਰਾਬਰਤਾ ਦੇ ਵੱਲ ਆਊਗੀ, ਪਰ ਕਰੂਗਾ ਕੌਣ? ਸਵਾਲ ਬਹੁਤ ਵੱਡਾ ਵਾ ਜੀ। ਸਿਮਰਨ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੋਨਾਂ ਹੀ ਮਹਾਨ ਸ਼ਖਸੀਅਤਾਂ ਦਾ, ਖਾਸ ਤੌਰ 'ਤੇ ਸਾਡੇ ਸਤਿਕਾਰਯੋਗ ਵੀਰ ਦਿਲਬਾਗ ਸਿੰਘ ਜੀ, ਬੜੀ ਬੇਸ਼ਕੀਮਤੀ ਜਾਣਕਾਰੀ ਜਿਹੜੀ ਅੱਜ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੁਸੀਂ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਜਿੱਦਾਂ ਕਹਿੰਦੇ ਗਿਆਨ ਦਾ ਖਜ਼ਾਨਾ ਆ, ਕੱਲ੍ਹ ਵੀ ਸੁਣਿਆ ਤੁਹਾਨੂੰ ਅੱਜ ਵੀ ਸੁਣਿਆ, ਅਤੇ ਬਹੁਤ ਸਾਰਾ ਕੁਛ ਜਿਹੜਾ ਸੰਵਿਧਾਨ ਦੇ ਤੌਰ ਦੇ ਉੱਤੇ, ਕਿਉਂਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਉਹਦੀਆਂ ਅੰਦਰ ਦੀਆਂ ਪਰਤਾਂ ਨੂੰ ਖੋਲ੍ਹ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੇਨਤੀ ਤੁਹਾਨੂੰ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਲਿਖਿਆ ਔਰ ਲੋਕਾਂ ਦੇ ਹੱਕਾਂ ਦੀ ਗੱਲ, ਉਹ ਅਸੀਂ ਸਾਡਾ ਟੀਵੀ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਔਰ ਤੁਹਾਡਾ ਸਾਥ ਸਾਨੂੰ ਹਮੇਸ਼ਾ ਹੀ ਚਾਹੀਦਾ ਅੱਜ ਦੇ ਪ੍ਰੋਗਰਾਮ ਦੇ ਵਾਸਤੇ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ, ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਡੇ ਨਾਲ ਮਿਲਦੇ। ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ। सबसे नीच है ये मूल निवासी शूद्र। इस कुएं से हम पानी नहीं ले सकते। अरे अरे पिशाच बनकर तुम हमारा खून चूसते हो। अपने पुरखों की दर्दनाक मौत और हार का जश्न मनाने वालों होश में आओ। साई मियां मीर, भाई गनी खान, नबी खान, मलेरकोटला के नवाब शेर मोहम्मद खान आदि गुरु साहब के साथ डट के खड़े हैं। तुम अपनी पगड़ियां उतार कर यहां फेंक दो। नहीं नहीं, हम अपनी पगड़ी नहीं उतारेंगे, ये हमारी इज्जत और शान है। मूर्ख, गुलाम की शान सर पे पगड़ी रखने से नहीं, मालिक के जूते चाटने से होती है। गुरुदेव, ये सिंधु घाटी है। ये घाटी तो सोने की चिड़िया है। चलो इसे लूटते हैं। मूल निवासियों को उनके छीने गए हक वापस दिलाने के लिए महामानव गौतम बुद्ध का जन्म हुआ। मेरे भाई, तुम्हें शून्य से मुझे कुछ नहीं हुआ। अरे हम शूद्र नहीं रहे। भगवान डर जादू टोना टोटका के चक्रों में ऐसा उलझाएंगे, ये सदा के लिए हमारे गुलाम तो होंगे ही, इनकी आने वाली पीढ़ियां भी इसी अंधविश्वास में उलझी रहेंगी। तिनके संग साथ वटिया स्यो क्यारीस, नीचा अंदर नीच।